Vaheguru. Parma Samman Yoga Guru Rup Guru Sangat Ji Apan Sari Guru Sangat Tan 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 Sahib Shri Guru Nanak Dev Sahib Maharaj Sache Parsha Guru Ji De Sade Panjasau Sala Prakash Devshno Agar Pab Rakhdeya ਦਰਬਾਰ ਸੰਪਰਦਾਇ ਲੋਪੋ ਸਾਹਿਬ ਦੇ ਬਾਨੀ ਸਵਾਮੀ ਸੰਤ ਦਰਬਾਰਾ ਸਿੰਘ ਜੀ ਉਹਨਾਂ ਦੀ ਦਰਸਾਈ ਹੋਈ ਗੁਰੂ ਮਰਜ਼ਾਦਾ ਨੂੰ ਅਗਰ ਭਾਵ ਰੱਖਦੇ ਸਵਾਮੀ ਸੰਤ ਜੋਰਾ ਸਿੰਘ ਜੀ ਲੋਪੋ ਵਾਲੇ ਉਹਨਾਂ ਦੇ ਪ੍ਰਵਚਨਾਂ ਤੇ ਪੁਸ਼ਪ ਚਾੜਦੇ ਆਂ ਮੀਰੀ ਪੀਰੀ ਦੇ ਮਾਲਕ ਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਲੋਪੋ ਨਗਰੀ ਨੂੰ ਬਖਸ਼ੀਆਂ ਨੇ ਉਹਨਾਂ ਦੀ ਰਹਿਮਤ ਕਿਰਪਾ ਦੇ ਖਜ਼ਾਨੇ ਦੇ ਵਿੱਚੋਂ ਜੋ ਭੰਡਾਰੇ ਮਿਲੇ ਹੈ ਉਹ ਦਰਬਾਰ ਸੰਪਰਦਾਇ ਲੋਪੋ ਵੱਲੋਂ ਹਮੇਸ਼ਾ ਗੁਰਸੰਗਤ ਦੇ ਸਮਰਪਿਤ ਕਰੇ ਗਏ ਗੁਰੂ ਬਾਣੀ ਦਾ ਉਪਦੇਸ਼ ਸਾਨੂੰ ਸਾਰਿਆਂ ਨੂੰ ਹੈ ਸੇਵਾ ਕਰਨੀ ਔਰ ਕਰਾਉਣੀ ਸਤਸੰਗ ਕਰਨਾ ਔਰ ਕਰਾਉਣਾ ਨਾਮ ਜਪਣਾ ਔਰ ਜਪਾਉਣਾ ਗੁਰੂ ਪਿਆਰਿਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਮੇਸ਼ਾ ਚਰਨਾਂ ਵਿੱਚ ਸਮਰਪਿਤ ਰਹਿਣਾ ਗੁਰੂ ਬਾਣੀ ਦੇ ਨਾਲ ਪ੍ਰੇਮ ਪਿਆਰ ਕਰਨਾ ਗੁਰੂ ਬਾਣੀ ਦਾ ਹੁਕਮ ਹੈ ਜੋ ਉਹਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਣਾ ਗੁਰੂ ਹੁਕਮ ਅਨੁਸਾਰ ਆਪਣੇ ਜੀਵਨ ਦੇ ਕਰਮ ਕਰਨੇ ਗੁਰੂ ਸੰਗਤ ਜੀ ਆਪ ਗੁਰਸੰਗਤਾਂ ਆਪਾਂ ਵੱਡੇ ਭਾਗਾਂ ਵਾਲੇ ਹਾਂ ਜਿਹੜੇ ਦਸਾਂ ਗੁਰੂਆਂ ਦੀ ਆਤਮਕ ਜੋਤ ਸ਼ਬਦ ਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਲੜ ਸਾਨੂੰ ਲਵਾ ਕੇ ਗਏ ਨੇ ਦਸਵੇਂ ਹਜ਼ੂਰ ਬਾਜਾਂ ਵਾਲੇ ਤਾਜਾਂ ਵਾਲੇ ਸਤਿਗੁਰੂ ਸਰਬੰਸ ਬਾਨੀ ਗੁਰੂ ਤੇ ਪੰਥ ਦੇ ਬਾਨੀ ਗੁਰੂ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਰਹਿਮਤਾਂ ਨੇ ਜੋ ਆ ਬਖਸ਼ਿਸ਼ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਕੱਲ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਲਾਹੀ ਬਾਣੀ ਦੇ ਅਖੰਡ ਜਾਪ ਚੱਲ ਰਹੇ ਹੈ ਗ੍ਰੰਥੀ ਸਾਹਿਬਾਨਾਂ ਨੇ ਸ਼ਰਧਾ ਪ੍ਰੇਮ ਭਾਵਨਾ ਨਾਲ ਗੁਰੂ ਬਾਣੀ ਨੂੰ ਆਦ ਤੋਂ ਮੱਧ ਦੀ ਅਰਦਾਸ ਤੋਂ ਉਪਰੰਤ ਅੱਗੇ ਪ੍ਰਵਾਹ ਚੱਲ ਰਹੇ ਹੈ ਸ਼ਾਮਾਂ ਦੇ ਇਹ ਦੀਵਾਨ ਨੇ ਜੋ ਤਿੰਨ ਦੀਵਾਨ ਗੁਰਸੰਗਤਾਂ ਨੂੰ ਪ੍ਰਾਪਤ ਹੋਏ ਅੱਜ ਆਪਾਂ ਸਾਰੀ ਗੁਰਸੰਗਤ ਦੂਸਰੇ ਦਰਬਾਰ ਧਾਰਮਿਕ ਨੂਰੀ ਦੀਵਾਨ ਵਿੱਚ ਸ਼ਾਮਲ ਹੈ ਗੁਰੂ ਪਿਆਰਿਓ 4 ਵਜੇ ਤੋਂ ਇਹ ਮੰਚ ਚੱਲ ਰਿਹਾ ਹੈ ਤਬੀਸ਼ਰੀ ਜੱਥੇ ਆਪਣੇ ਪ੍ਰੇਮ ਭੇਟਾ ਗੁਰੂ ਮਹਾਰਾਜ ਦਾ ਜਸ ਸਾਰੀਆਂ ਗੁਰਸੰਗਤਾਂ ਦੇ ਅਰਪਣ ਕਰਕੇ ਗਏ ਹੈ ਕਿਉਂਕਿ ਜੋ ਵੀ ਦਾਤ ਦਾਤੇ ਨੇ ਕਿਸੇ ਨੂੰ ਦਿੱਤੀ ਹੈ ਨਾ ਉਹ ਪ੍ਰੇਮ ਨਾਲ ਗੁਰੂ ਮਹਾਰਾਜ ਦੇ ਅਰਪਣ ਕਰਦਾ ਕਿਸੇ ਨੂੰ ਗੁਰੂ ਮਹਾਰਾਜ ਦਾ ਜਸ ਬਖਸ਼ਿਆ ਉਹ ਗੁਰੂ ਦਾ ਜਸ ਕਰਦਾ ਕਿਸੇ ਨੂੰ ਸੇਵਾ ਦੀ ਭਾਵਨਾ ਦਿੱਤੀ ਹੈ ਉਹ ਸੇਵਾ ਕਰਦੇ ਹੈ ਕਿਸੇ ਭਾਗਾਂ ਵਾਲੇ ਪੁਰਸ਼ਾਂ ਨੂੰ ਗੁਰੂ ਮਹਾਰਾਜ ਦੀ ਸੰਗਤ ਵਿੱਚ ਸ਼ਾਮਲ ਹੋ ਕੇ ਇਹ ਸਤਸੰਗ ਦੇ ਨਜ਼ਾਰੇ ਮਾਨਣ ਦਾ ਸੁਭਾਗ ਮਿਲਿਆ ਉਹ ਇਹਦਾ ਆਨੰਦ ਲੈ ਰਹੇ ਹੈ ਕਿਸੇ ਗੁਰਮੁਖਾਂ ਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਗੁਰੂ ਮਹਾਰਾਜ ਦੇ ਅਰਪਣ ਭੇਟਾ ਕਰਨਾ ਤਾਂ ਕਿ ਸੇਵਾਵਾਂ ਚੱਲਦੀਆਂ ਰਹਿਣ ਇਹ ਦਸਵੰਧ ਗੁਰੂ ਸੰਗਤਾਂ ਗੁਰੂ ਮਹਾਰਾਜ ਦੇ ਅਰਪਣ ਕਰ ਰਹੇ ਹੈ ਗੁਰੂ ਪਿਆਰਿਓ
ਹੁਣ ਸਮਾਂ ਮਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਲਾਹੀ ਬਾਣੀ ਦੇ ਮਹਾਤਮ ਬਹੁਤ ਵੱਡੇ ਨੇ ਗੁਰੂ ਬਾਣੀ ਦੀ ਅਮਰ ਕਥਾ ਇਹ ਬੜਾ ਵੱਡਾ ਮਹਾਤਮ ਹੈ ਤੁਲਸੀਦਾਸ ਵਰਗੇ ਮਹਾਤਮਾ ਕਹਿੰਦੇ ਧਨ ਦਾਰਾ ਸੁਤ ਲਛਮੀ ਪਾਪੀ ਕੇ ਭੀ ਹੋਏ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ ਇਹ ਸੰਤਾਂ ਦਾ ਸਮਾਗਮ ਤੇ ਵਾਹਿਗੁਰੂ ਦੇ ਨਾਮ ਦੀ ਅਮਰ ਕਥਾ ਇਹ ਦੁਰਲੱਭ ਨੇ ਭਾਗਾਂ ਵਾਲੇ ਲੋਕਾਂ ਦੇ ਹਿੱਸੇ ਆਉਂਦੀ ਹੈ ਕਬੀਰ ਜੀ ਵਰਗੇ ਮਹਾਨ ਬੰਦਗੀ ਭਗਤੀ ਦੇ ਸੋਮੇ ਸ਼੍ਰੋਮਣੀ ਭਗਤ ਉਹ ਆਪਣੇ ਸ਼ਬਦਾਂ ਵਿੱਚ ਬਖਸ਼ਿਸ਼ ਕਰਕੇ ਗਏ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਡਿਊਟੀ ਹੈ ਮੈਂ ਪੁਰਸ਼ਾਂ ਦਾ ਕਰਮ ਹੈ ਗੁਰੂ ਸੰਗਤ ਨੂੰ ਗੁਰੂ ਮਹਿਰੀ ਦੇ ਲੜ ਲਾਉਣਾ ਗੁਰੂ ਬਾਣੀ ਦਾ ਉਪਦੇਸ਼ ਦੇਣਾ ਤੇ ਪ੍ਰਭੂ ਦੀ ਡਿਊਟੀ ਹੈ ਸਾਨੂੰ ਪਾਰ ਲਾ ਜਾਣਾ ਗੁਰੂ ਪਿਆਰਿਓ ਪਰ ਜੀਵਨ ਚ ਕਰਮ ਕਰਨੇ ਪੈਂਦੇ ਹੈ ਕਰਮ ਕੀ ਹੈ ਭਗਤ ਜੀ ਕਹਿੰਦੇ ਲੂਟਣਾ ਹੈ ਤੇ ਲੂਟ ਲਹੇ ਰਾਮ ਨਾਮ ਹੈ ਲੂਟ ਫਿਰ ਪਾਛੇ ਪਸਤਾਏਗੋ ਪ੍ਰਾਣ ਜਾਹੇਂਗੇ ਛੂਟ ਜੇ ਦੋ ਗੁਰਮੁਖ ਮਿਲਣ ਦੂਰੋਂ ਨਜ਼ਰ ਮਿਲਦੀ ਹੈ ਜਦੋਂ ਨਜ਼ਰ ਮਿਲੀ ਵੇਖੋ ਕਿੱਡੀ ਪ੍ਰੇਮ ਦੀ ਖੇਡ ਹੈ ਕਹਿੰਦੇ ਅੰਦਰੋਂ ਖੁਸ਼ੀ ਪ੍ਰਾਪਤ ਹੋਈ ਜਿਹੜੀ ਅੰਦਰਲੀ ਖੁਸ਼ੀ ਹੈ ਉਹ ਚਿਹਰੇ ਤੇ ਝਲਕਦੀ ਹੈ ਬੱਤੀ ਦੰਦ ਨੇ ਮੁੱਖ ਦੇ ਵਿੱਚ ਕਹਿੰਦੇ ਬੱਤੀ ਦੇ ਬੱਤੀ ਦੰਦ ਹੈ ਮੋਤੀਆਂ ਵਾਂਗੂ ਖਿਲ ਉੱਠਦੇ ਆ ਫਿਰ ਕਹਿੰਦੇ ਪ੍ਰੇਮ ਦੀ ਡੋਰ ਦੇ ਵਿੱਚ ਬੱਝਿਆ ਹੋਇਆ ਨੇੜੇ ਆਉਂਦਾ ਨੇੜੇ ਆ ਕੇ ਕਹਿੰਦੇ ਵੀਸ ਮਿਲੈ ਕਰ ਜੋੜ ਪੰਜ ਉਂਗਲਾਂ ਨੇ ਇੱਕ ਹੱਥ ਤੇ ਪੰਜ ਇੱਕ ਤੇ ਜੇ ਦੋ ਹੱਥ ਇਕੱਠੇ ਕਰ ਦਈਏ ਨਾ ਦਸ ਉਂਗਲਾਂ ਹੋ ਜਾਂਦੀਆਂ ਦਸ ਇੱਕ ਗੁਰਮੁਖ ਪਿਆਰੇ ਦੀਆਂ ਉਂਗਲਾਂ ਦਸ ਇੱਕ ਦੀਆਂ ਦੋ ਇੱਕ ਗੁਰਮੁਖ ਦੇ ਹੱਥ ਦੋ ਇੱਕ ਗੁਰਮੁਖ ਦੇ ਹੱਥ ਹੱਥ ਜੋੜ ਕੇ ਫਿਰ ਕੀ ਕਹੀਦਾ ਆਓ ਆਪਾਂ ਸਾਰੀ ਗੁਰਸੰਗ ਗੁਰੂ ਮਹਾਰਾਜ ਨੂੰ ਨਮਸਕਾਰ ਕਰੀਏ ਤੇ ਸਾਰੀ ਗੁਰਸੰਗਤ ਨੂੰ ਹੱਥ ਜੋੜ ਕੇ ਗੁਰੂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਮਹਾਤਮ ਵੇਖੋ ਕਿੱਡਾ ਵੱਡਾ ਕਹਿੰਦੇ ਬੀਸ ਮਿਲੈ ਕਰ ਜੋੜ ਹਰ ਜਣ ਕੋ ਹਰ ਜਣ ਮਿਲੈ ਖੀਲੈ ਸਾਤ ਕਰੋੜ ਸਾਡੇ ਸਰੀਰ ਤੇ ਸਾਢੇ ਤਿੰਨ ਕਰੋੜ ਰੋਮ ਹੈ ਜੇ ਦੋ ਗੁਰਮੁਖ ਮਿਲ ਜਾਣ ਤਾਂ ਸੱਤ ਕਰੋੜ ਰੋਮ ਭਾਵ ਰੋਮ ਰੋਮ ਤੋਂ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਅੱਜ ਤਾਂ ਆ ਵਾਹਿਗੁਰੂ ਧੰਨ ਗੁਰੂ ਨਾਨਕ ਨਿਰੰਕਾਰ ਦੀਆਂ ਬਖਸ਼ਿਸ਼ਾਂ ਨੇ ਬੇਅੰਤ ਗੁਰੂ ਦੇ ਪਿਆਰੇ ਇਕੱਠੇ ਹੋਏ ਵੇ ਆ ਤੇ ਸਾਰਿਆਂ ਨੇ ਹੱਥ ਜੋੜ ਕੇ ਗੁਰੂ ਫਤਿਹ ਦੀ ਸਾਂਝ ਪਾਈ ਹੈ ਗੁਰੂ ਪਿਆਰਿਓ ਕੋਈ ਅੰਦਾਜ਼ਾ ਹੈ ਵੀ ਇਹਦਾ ਮਹਾਤਮ ਕਿੱਡਾ ਵੱਡਾ ਇੱਕ ਵਾਰੀ ਜੇ ਮੁੱਖ ਦੇ ਵਿੱਚੋਂ ਇੱਕ ਯੁੱਗ ਦੇ ਅੱਖਰ ਨੂੰ ਪ੍ਰਾਪਤ ਕਰ ਲਈਏ ਨਾ ਚਾਰ ਯੁੱਗ ਨੇ ਜਿਸ ਤਰ੍ਹਾਂ ਵਾਹਵਾ ਸ਼ਬਦ ਸਤਿਯੁਗ ਦਾ ਉਸ ਵੇਲੇ ਰੱਬੀ ਰੂਪ ਰੱਬ ਦੀ ਲਾਈ ਹੋਈ ਡਿਊਟੀ ਵਜਾਉਣ ਲਈ ਬਾਵਣ ਜੀ ਆਏ ਤ੍ਰੇਤੇ ਵਿੱਚ ਰਾਮ ਜੀ ਦੁਆਪਰ ਚ ਕ੍ਰਿਸ਼ਨ ਜੀ ਤੇ ਕਲਯੁਗ ਦੇ ਵਿੱਚ ਗੁਰੂ ਨਾਨਕ ਨਿਰੰਕਾਰ ਪਰਮੇਸ਼ਰ ਜੀ ਆਪ ਆਏ ਤੇ ਗੁਰੂ ਜੀ ਨੇ ਦਸ ਸਰੂਪ ਧਾਰਨ ਕਰੇ ਦਸਾਂ ਗੁਰੂਆਂ ਦੀ ਆਤਮਕ ਜੋਤ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਿਆਰਿਓ ਫਿਰ ਇਹ ਗੁਰੂ ਹੈ ਜੇ ਇੱਕ ਸ਼ਬਦ ਬੋਲ ਦਈਏ ਨਾ ਕਹਿੰਦੇ ਇੱਕ ਵਾਰ ਜ਼ੁਬਾਨ ਚੋਂ ਰਾਮ ਕਹਿਣਾ ਮਨਾ ਸੈਂਕੜੇ ਪਾਪਾਂ ਦਾ ਨਾਸ ਹੋਵੇ ਜੇ ਇੱਕ ਵਾਰੀ ਜ਼ੁਬਾਨ ਚੋਂ ਪਰਮੇਸ਼ਰ ਦਾ ਨਾਮ ਲੈ ਦਈਏ ਨਾ ਪ੍ਰਭੂ ਦਾ ਨਾਮ ਸੈਂਕੜੇ ਪਾਪ ਖਤਮ ਹੋ ਜਾਂਦੇ ਆ ਤੇ ਜਿਹੜਾ ਵਾਹਿਗੁਰੂ ਸ਼ਬਦ ਹੈ ਇਹ ਚਾਰ ਯੁੱਗਾਂ ਦਾ ਜਾਪ ਹੋ ਜਾਂਦਾ ਪਰਮੇਸ਼ਰ ਦਾ ਨਾਮ ਹੈ ਤੇ ਪਿਆਰਿਓ ਆਪਾਂ ਇੱਕ ਵਾਰੀ ਲਿਆ
ਪਰ ਇਹਦਾ ਮਹਾਤਮ ਕਿੰਨਾ ਸੰਗਤਾਂ ਦਾ ਬਹੁਤ ਭਾਰੀ ਤਦਾਦ ਵਿੱਚ ਗੁਰਸੰਗਤਾਂ ਸ਼ਾਮਿਲ ਹੋਈਆਂ ਨੇ ਆਏ ਗੁਰਸੰਗਤਾਂ ਦੀਆਂ ਬਹੁਤ ਪ੍ਰੇਮ ਨਾਲ ਆ ਰਹੇ ਆ ਜਿਵੇਂ ਸਮੁੰਦਰ ਦੀਆਂ ਛੱਲਾਂ ਚੱਲਦੀਆਂ ਨੇ ਕਿਉਂਕਿ ਗੁਰੂ ਨੂੰ ਸਮਰਪਿਤ ਹੈ ਆਉਂਦੇ ਆ ਉੱਥੋਂ ਉੱਚੇ ਉੱਠ ਉੱਠ ਕੇ ਦਿੰਦੇ ਆ ਗੁਰੂ ਮਹਾਰਾਜ ਦੇ ਦੀਦਾਰ ਕਰਦੇ ਆ ਪਰ ਆਉਂਦੇ ਆਉਂਦੇ ਗੁਰੂ ਮਹਾਰਾਜ ਦੇ ਸਨਮੁਖ ਢਹਿ ਢੇਰੀ ਹੋ ਜਾਂਦੇ ਆ ਜਿਵੇਂ ਸਮੁੰਦਰ ਦੀ ਛੱਲ ਉੱਠਦੀ ਹੈ ਉੱਚੀ ਉੱਠ ਕੇ ਕਹਿੰਦੇ ਸਮੁੰਦਰ ਦੇ ਵਿੱਚ ਐਂ ਸਮਾ ਜਾਂਦੀ ਹੈ ਇਸੇ ਤਰ੍ਹਾਂ ਰੱਬ ਦੇ ਪਿਆਰੇ ਗੁਰਮੁਖ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਐਨ ਇਹਦੇ ਵਿੱਚ ਹੀ ਸਮਰਪਿਤ ਹੋ ਜਾਂਦੇ ਆ ਇਹ ਹੈ ਪਿਆਰੇ ਉਹ ਪ੍ਰੇਮ ਇਹ ਪ੍ਰੇਮ ਦੀ ਖੇਡ ਹੈ ਇਹ ਜਿਹੜਾ ਅਜੀਬ ਲੋਕ ਪਿਆਰੇ ਇਹਨੂੰ ਖੇਡ ਲੈਂਦੇ ਆ ਨਾ ਮਹਾਰਾਜ ਕਹਿੰਦੇ ਉਹ ਪ੍ਰਭੂ ਨੂੰ ਪਾ ਲੈਂਦੇ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਥਨ ਹੈ ਕੀ ਬਖਸ਼ਿਸ਼ ਕਰਦੇ ਕਹਿੰਦੇ ਗੁਰੂ ਪਿਆਰਿਓ ਵਾਹਿਗੁਰੂ ਦੀਆਂ ਰਹਿਮਤਾਂ ਬਖਸ਼ਿਸ਼ਾਂ ਮਿਲਦੀਆਂ ਨੇ ਕਿੰਨਾ ਨੂੰ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕਰਿਆ ਪਰਮਾਤਮਾ ਨੂੰ ਪਾ ਲਿਆ ਪ੍ਰੇਮ ਵਿਸ਼ੇਸ਼ ਹੈ ਇੱਕ ਮੋਹ ਹੈ ਇੱਕ ਪਿਆਰ ਹੈ ਇੱਕ ਪ੍ਰੇਮ ਹੈ ਮੋਹ ਪਿਆਰ ਪ੍ਰੇਮ ਮੋਹ ਕੀ ਹੈ ਮੋਹ ਜਾਲ ਹੈ ਜਿਵੇਂ ਮੱਕੜੀ ਆਪਣਾ ਜਾਲ ਬੁਣਦੀ ਹੈ ਨਾ ਉਹਦੇ ਚ ਫਸ ਜਾਂਦੀ ਹੈ ਤਾਂ ਜੀਵ ਆਪਣੇ ਗ੍ਰਸਤੀ ਜਾਲ ਦੇ ਵਿੱਚ ਉਲਝ ਜਾਂਦਾ ਤੇ ਫਸ ਜਾਂਦਾ ਨਿਕਲਣ ਨੂੰ ਥਾਂ ਨਹੀਂ ਇੱਥੇ ਆਉਂਦਾ ਗਾ ਅਖੀਰ ਮੱਕੜੀ ਉਹਦੇ ਵਿੱਚ ਹੀ ਫਸ ਕੇ ਖਤਮ ਹੋ ਜਾਂਦੀ ਹੈ ਤੇ ਜੇ ਕੋਈ ਮਾਰਗ ਦਰਸ਼ ਕਰਨ ਵਾਲਾ ਹੋਵੇ ਤਾਂ ਨਿਕਲ ਸਕਦਾ ਇਹ ਆਪਣੇ ਤੇ ਕਿਰਪਾ ਵਾ ਜਾਲ ਆਪਣਾ ਵੀ ਬੁਣਿਆ ਵਾ ਗ੍ਰਸਤ ਦੇ ਵਿੱਚ ਪਰਿਵਾਰੀ ਉਹਦਾ ਮੋਹ ਦਾ ਭਾਰੀ ਪ੍ਰਭਾਵ ਹੈ ਮਨੁੱਖ ਫਸ ਜਾਂਦਾ ਪਰ ਜੇ ਗੁਰੂ ਦੀ ਕਿਰਪਾ ਹੋਵੇ ਤੇ ਨਿਕਲ ਜਾਂਦਾ ਗੁਰੂ ਪਿਆਰਿਓ ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ ਪਿਆਰ ਕੀ ਹੈ ਲੈਣ ਦੇਣ ਇੱਕ ਦੂਜੇ ਦਾ ਮਤਲਬ ਸੰਸਾਰ ਇੱਕ ਦੂਜੇ ਦੇ ਮਤਲਬ ਨਾਲ ਜੁੜਿਆ ਵਾ ਰਿਸ਼ਤੇ ਕੀ ਹੈ ਲੈਣ ਦੇਣ ਇੱਕ ਦੂਜੇ ਦੇ ਕੰਮ ਆਉਣਾ ਜਿੱਦੇ ਇੱਕ ਦੂਜੇ ਤੋਂ ਲੈਣ ਦੇਣ ਵਾਲੀ ਗੱਲ ਖਤਮ ਹੋ ਗਈ ਉਹਦੇ ਰਿਸ਼ਤਾ ਹੀ ਖਤਮ ਹੋ ਜਾਂਦਾ ਜਿੱਦੇ ਕੋਈ ਇੱਕ ਚੀਜ਼ ਤੋਂ ਜਵਾਬ ਦੇ ਦੇ 100 ਚੀਜ਼ਾਂ ਦਿੱਤੀਆਂ ਭੁੱਲ ਜਾਂਦਾ ਬਸ ਉਹਦੇ ਰਿਸ਼ਤਾ ਟੁੱਟ ਜਾਂਦਾ ਪਰ ਜਿਹੜਾ ਪ੍ਰੇਮ ਹੈ ਨਾ ਇਹ ਨਿਰਸਵਾਰਥ ਹੈ ਇੱਥੇ ਸਵਾਰਥ ਨਹੀਂ ਇੱਥੇ ਕੇਵਲ ਪ੍ਰਾਪਤੀ ਹੈ ਇਸ ਲਈ ਜਿਹੜੇ ਨਿਰਸਵਾਰਥ ਪ੍ਰੇਮ ਕਰਦੇ ਆ ਉਹ ਪਿਆਰਿਓ ਵਾਹਿਗੁਰੂ ਨੂੰ ਪਾ ਲੈਂਦੇ ਆ ਆ ਜਿਹੜੇ ਲੋਕ ਸੇਵਾ ਕਰਦੇ ਨੇ ਇਹ ਪਾ ਲਾਣਗੇ ਕਿਵੇਂ ਪਾਉਣਗੇ ਇਹ ਆਪਣੇ ਬਸ ਦੀ ਗੱਲ ਤਾਂ ਨਹੀਂ ਗੀ ਪਰ ਗੁਰੂ ਪਿਆਰਿਓ ਸਾਡੇ ਤੇ ਰਹਿਮਤ ਕਰੀ ਖੁਦਾ ਨੇ ਦਿਆ ਕਰੀ ਪ੍ਰਭੂ ਨੇ ਪਰਮੇਸ਼ਰ ਨੇ ਆਪ ਆਏ ਮੈਂ ਦੋ ਸ਼ਬਦ ਕਹਿਣੇ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਦੇ ਚਰਨਾਂ ਵਿੱਚ ਪ੍ਰੇਮ ਭੇਟਾ ਕਰਨੀ ਹੈ ਤੇ ਨਾਲ ਵਿਚਾਰ ਕਰਨੀ ਹੈ ਵੀ ਜੇ ਗੁਰੂ ਨਾਨਕ ਜੀ ਪਿਆਰੇ ਉਹ ਆਪਣੇ ਤੇ ਤਰਸ ਨਾ ਕਰਦੇ ਤੇ ਨਾ ਆਉਂਦੇ ਫਿਰ ਆਪਣੇ ਹਾਲਾਤ ਕੀ ਹੁੰਦੇ ਸੋਚੋ ਆਪਣਾ ਜੀਵਨ ਕੀ ਹੁੰਦਾ ਇਹ ਉਹਨਾਂ ਦੀ ਰਹਿਮਤ ਹੈ ਤੇ ਜੇ ਹੁਣ ਆਪਾਂ ਉਹਨਾਂ ਨੇ ਤਾਂ ਕਿਰਪਾ ਕਰਤੀ ਤੇ ਆਪਾਂ ਉਹਨਾਂ ਦੀ ਕਿਰਪਾ ਦੇ ਸਪਾਤਰ ਬਣੀਏ ਹੀ ਨਾ ਲਾਹਾ ਹੀ ਨਾ ਲਈਏ ਫਿਰ ਸਾਡੇ ਨਾਲੋਂ ਵੱਧ ਖਿਮਾ ਕਰਨਾ ਮੂਰਖ ਕੌਣ ਹੋ ਸਕਦਾ ਗੁਰੂ ਜੀ ਤਾਂ ਆਏ ਸਾਨੂੰ ਉਤਾਰਨ ਲਈ ਅਸੀਂ ਗੁਰੂ ਤੋਂ ਦੂਰ ਰਹੇ ਬੇਮੁੱਖ ਰਹੇ ਮੂਰਖ ਦਾ ਭਾਵ ਹੈ ਮੂੰਹ ਰੱਖਣਾ ਕਾਹਦਾ ਮਨ ਦਾ ਆਪਣੇ ਮਨ ਦਾ ਮੂੰਹ ਹੈ ਮਨ ਕਹਿੰਦਾ ਐਂ ਕਰ ਕਹਿੰਦਾ ਠੀਕ ਹੈ ਹੁਣ ਐਂ ਕਰ ਕਹਿੰਦਾ ਠੀਕ ਹੈ ਚੱਲ ਇੱਧਰ ਚੱਲ ਚੱਲ ਇੱਧਰ ਚੱਲ ਚੱਲ ਇੱਕ ਵਾਰੀ ਨਹੀਂ ਹੀ ਆ ਪਿਆ ਵੀ ਇਹਨੂੰ ਟੋਕਾਂ ਰੁੱਖ ਇੱਧਰ ਨਹੀਂ ਜਾਣਾ ਇੱਧਰ ਚੱਲ ਇਹ ਜਿਹੜੇ ਤੁਹਾਡੇ ਵਰਗੇ ਗੁਰਮੁਖ ਹੈ ਨਾ ਇਹ ਮਨ ਨੂੰ ਐਂ ਜਿਵੇਂ ਘੋੜੇ ਦੀ ਲਗਾਮ ਖਿੱਚ ਲੈਂਦੇ ਆ ਐਂ ਮਨ ਦੀ ਲਗਾਮ ਖਿੱਚ ਕੇ ਮੋੜਦੇ ਆ ਵੀ ਚੱਲ ਗੁਰੂ ਦੀ ਸ਼ਰਨ ਦੇ ਵਿੱਚ ਚੱਲੀਏ ਪਿਆਰੇ ਉਹ ਪ੍ਰੇਮ ਤੋਂ ਬਿਨਾਂ ਨਹੀਂ ਇਹ ਖੇਡ ਨਹੀਂ ਖੇਡੀ ਜਾਂਦੀ ਸੋ ਗੁਰੂ ਨੇ ਬਖਸ਼ਿਸ਼ਾਂ ਕਰੀਆਂ ਸਾਨੂੰ ਮਨ ਦੇ ਉੱਤੇ ਆਪਣਾ ਕਾਬੂ ਪਾਉਣ ਦੀ ਤਾਕਤ ਦਿੱਤੀ ਹੈ ਤੇ ਨਾਲ ਜਾਂਚ ਵੀ ਦਿੱਤੀ ਹੈ ਗਿਆਨ ਵੀ ਦਿੱਤਾ ਬਖਸ਼ਿਸ਼ ਵੀ ਦਿੱਤੀ ਹੈ ਜਿਵੇਂ ਹਾਥੀ ਆ ਨਾ ਕਹਿੰਦੇ ਵਿਦਵਾਨ ਲੋਕ ਕਹਿੰਦੇ ਮਨ ਤਾਂ ਵੀ ਹਾਥੀ ਵਰਗਾ ਵਾ
ਹਾਥੀ ਵੀ ਉਹ ਕਹਿੰਦੇ ਜਿਹੜਾ ਮਦ ਪਾਣ ਦੇ ਨਾਲ ਮਸਤ ਹੋਵੇ, ਪਰ ਕਹਿੰਦੇ ਹਾਥੀ ਜਦੋਂ ਚਾਂਬੜ ਜਾਂਦਾ ਨਾ ਭੱਜਦਾ ਝਗਾੜਾ ਮਾਰਦਾ, ਪਰ ਇੱਕ ਮਹਾਵਤ ਹੁੰਦਾ ਜਿਹੜਾ ਹਾਥੀ ਦਾ ਡਰਾਈਵਰ ਹੈ ਨਾ, ਉਹਨੂੰ ਮਹਾਵਤ ਕਹਿੰਦੇ ਆ। ਉਹ ਬੈਠ ਜਾਂਦਾ ਉਹਦੇ ਸਿਰ ਤੇ, ਉਹਦੇ ਕੋਲ ਇੱਕ ਐਡਾ ਕੁ ਸਰੀਆ ਹੁੰਦਾ, ਉਹਨੂੰ ਅਕੁਲਸ਼ ਕਹਿੰਦੇ ਆ। ਇੱਕ ਉਹਦਾ ਇਹ ਗੋਲ ਜਿਹਾ ਚੱਕਰ ਹੁੰਦਾ, ਕਿਉਂਕਿ ਉਹਦੇ ਥਾਂ ਤਾਂ ਹੁੰਦਾ ਨਹੀਂ ਸਮਾਨ ਰੱਖਣ ਨੂੰ, ਰੱਸੀ ਰੁੱਸੀ ਨਾਲ ਬੰਨ੍ਹ ਦਿੰਦੇ ਆ ਵੀ ਲਮਕਦਾ ਰਹੇ। ਤੇ ਨਾਲ ਉਹ ਜਿਹੜਾ ਸਰੀਆ ਹੁੰਦਾ ਉਹਦੇ ਐਡੀ ਐਂ ਸਰੀਆ ਹੁੰਦਾ, 3-3.5 ਇੰਚ ਦਾ ਤਿੱਖਾ ਕਰਿਆ ਵਾ, ਉਹਦੇ ਨਾਲ ਹੀ ਇੱਕ ਐਂ ਕੁੰਡੀ ਬਣਾਈ ਹੁੰਦੀ ਹੈ। ਉਹ ਹਾਥੀ ਦੀ ਐਂ ਧੌਣ ਤੇ ਨਾ ਗਿੱਚੀ ਤੇ ਐਂ ਰੱਖ ਕੇ ਇਸ਼ਾਰਾ ਦਿੰਦਾ। ਉਹ ਜਦੋਂ ਇਸ਼ਾਰਾ ਦਿੰਦਾ ਉੱਧਰ ਨੂੰ ਮੁੜਦਾ, ਤੇ ਜੇ ਜ਼ਿਆਦਾ ਚਾਂਬਲ ਜੇ ਮਰਜ਼ੀ ਕਰਦਾ ਫਿਰ ਉਹ ਕੀ ਕਰਦਾ, ਐਂ ਉਹ ਕੁੰਡੀ ਨੱਪ ਦਿੰਦਾ, ਤੇ ਜਿਹੜੀ ਉਹ ਥੱਲੇ ਆਈ ਹੁੰਦੀ ਹੈ ਕੁੰਡੀ ਉਹਨੂੰ ਵਸਾ ਲੈਂਦਾ। ਉਹ ਉੱਧਰੋਂ ਤਾਂ ਉਹਦੀ ਗਿੱਚੀ ਦੇ ਵਿੱਚ ਉਹ ਸਰੀਆ ਤਿੱਖਾ ਨੱਪਦਾ, ਉਹ ਜਦੋਂ ਤਾਂ ਚੱਗਦਾ ਨਾਲ ਮਾਸ ਖਿੱਚੀਦਾ, ਫਿਰ ਕਹਿੰਦੇ ਹਾਥੀ ਲੋਕ ਕਹਿੰਦੇ ਉਹਦੀਆਂ ਬ੍ਰੇਕਾਂ ਹੈ ਨਹੀਂ, ਮਰਸਰੀ ਕਾਰ ਨੂੰ ਰੁਕਦਾ, ਐਂ ਕਾਬੂ ਆ ਜਾਂਦਾ। ਇਹ ਪਿਆਰੇ ਉਹ ਜਿਹੜਾ ਗੁਰੂ ਦਾ ਸ਼ਬਦ ਆ ਨਾ, ਇਹ ਚਾਵਲੇ ਹੋਏ ਮਨ ਵਾਸਤੇ ਉਹ ਕੁੰਡਾ ਵਾ ਜਿਹੜਾ ਹਾਥੀ ਨੂੰ ਅਕੁਲਸ਼ ਰੋਕ ਲੈਂਦਾ। ਤੇ ਗੁਰੂ ਉਹ ਮਹਾਵਤ ਹੈ ਸਾਡਾ ਜਿਹੜਾ ਸਾਡੇ ਜੀਵਨ ਵਾਲੀ ਗੱਡੀ ਨੂੰ ਚਲਾ ਲੈਂਦਾ। ਇਸ ਲਈ ਗੁਰੂ ਨੇ ਬੇਅੰਤ ਬਖਸ਼ਿਸ਼ਾਂ ਕਰੀਆਂ ਨੇ। ਆਓ ਆਪਾਂ ਪ੍ਰੇਮ ਨਾਲ ਪਹਿਲਾਂ ਧੰਨ ਗੁਰੂ ਨਾਨਕ ਨਿਰੰਕਾਰ ਪਰਮੇਸ਼ਰ ਨੂੰ ਦੋ ਸ਼ਬਦਾਂ ਵਿੱਚ ਉਹਨਾਂ ਦੇ ਭੇਟਾ ਕਰੀਏ ਪ੍ਰੇਮ ਦੀ। ਲਿਖਿਆ ਲੋਪੋ ਵਾਲੇ ਸੰਤ ਸਵਾਮੀ ਦਰਬਾਰਾ ਸਿੰਘ ਜੀ ਨੇ ਔਰ ਸਵਾਮੀ ਜੋਰਾ ਸਿੰਘ ਜੀ ਮਹਾਰਾਜ, ਉਹਨਾਂ ਦੇ ਪ੍ਰਵਚਨਾਂ ਦੇ ਅਨੁਸਾਰ ਤੁਹਾਡੇ ਦਰਸ਼ਨ ਕਰ ਰਹੇ ਹਾਂ। ਪ੍ਰੇਮ ਨਾਲ ਧਿਆਨ ਨਾਲ ਸਰਵਣ ਕਰਿਓ। ਬੇਕੁੰਟ ਧਾਮ ਵਿੱਚੋਂ ਹੈ ਜੋਤ ਆਈ, ਬੇਕੁੰਟ ਧਾਮ ਵਿੱਚੋਂ ਹੈ ਜੋਤ ਆਈ, ਪਾਰਤ ਭੂਮੀ ਤੇ ਲਿਆ ਅਵਤਾਰ ਆ ਕੇ, ਪੌਣ ਵੰਡ ਦੀ ਫਿਰੇ ਮਵਾਰਕਾਂ ਨੂੰ, ਖੁਸ਼ੀ ਫੈਲ ਗਈ ਗਲੀ ਬਾਜ਼ਾਰ ਆ ਕੇ, ਨੂਰ ਕਾਲੂ ਦੇ ਘਰ ਪ੍ਰਕਾਸ਼ ਹੋਇਆ, ਰਿਸ਼ੀ ਮੁਨੀ ਕਰਦੇ ਜੈ ਜੈਕਾਰ ਆ ਕੇ, ਹੋਏ ਗੁਰੂ ਨਾਨਕ ਪ੍ਰਗਟ ਦਰਬਾਰ ਸਿੰਘਾ, ਹੁਣ ਸੰਸਾਰ ਦਾ ਕਰਨਗੇ ਸੁਧਾਰ ਆ ਕੇ, ਹੁਣ ਸੰਸਾਰ ਦਾ ਕਰਨਗੇ ਸੁਧਾਰ ਆ ਕੇ। ਪਿਆਰਿਓ ਸੁਧਾਰ ਕੀ ਕਰਨਾ ਸੀ, ਸੁਧਾਰ ਇਹ ਕਰਨਾ ਸੀ ਦੁਨੀਆ ਵਿਗੜ ਗਈ ਸੀ, ਸਾਰੇ ਆਪਣੇ ਕਰਮ ਤੋਂ ਭਟਕ ਗਏ ਸੀਗੇ। ਇੱਕ ਕਵਿਤਾ ਵੀ ਸਵਾਮੀ ਜੀ ਨੇ ਲਿਖੀ ਹੈ, ਮੇਰੇ ਪਰਮੇਸ਼ਰ ਦੇ ਕਰਦੀ ਅਰਜ ਮੇਦਨੀ ਮਾਤਾ, ਤੇਰੇ ਅਵਤਾਰ ਬਿਨਾ ਮੈਨੂੰ ਨੇਰ ਪੈ ਗਿਆ ਦਾਤਾ, ਇੱਕ ਪਹਿਲਾ ਕਲਯੁਗ ਦਾ ਦੂਜੀ ਤੂੰ ਤਸ਼ਬੀਰ ਲਕੋਈ, ਸਾਂਝਾ ਸਭ ਦੁਨੀਆਂ ਦਾ ਐਸਾ ਭੇਜ ਪਕੰਬਰ ਕੋਈ, ਸੱਚੇ ਪਾਤਸ਼ਾਹ ਸਾਰੀ ਦੁਨੀਆਂ ਨੂੰ ਸਾਂਝਾ ਹੋਵੇ ਉਹ ਪਕੰਬਰ ਭੇਜ। ਤੇ ਨਾਲ ਦੋ ਕੁ ਸ਼ਬਦ ਕੈੜੇ ਵੀ ਪਾ ਗਏ ਸੀਗੇ, ਮਹਾਤਮਾ ਦਾ ਕਰਮ ਹੁੰਦਾ ਕਹਿਣਾ, ਕਹਿਣ ਤੋਂ ਜਕਣਾ ਨਹੀਂ। ਉਹ ਕੀ ਕਿਹਾ, ਕਹਿੰਦੇ ਮੱਤ ਮਾਰੀ ਫਿਲਮਾਂ ਨੇ ਦਿੱਤੀਆਂ ਫੇਰ ਕਲੂ ਨੇ ਅਕਲਾਂ, ਜਾਂ ਰੌਣਕ ਠੇਕਿਆਂ ਤੇ ਜਾਂ ਫਿਰ ਸੁਣ ਡਰਾਮੇ ਨਕਲਾਂ, ਇਹਨਾਂ ਗੰਦਿਆਂ ਗੀਤਾਂ ਨੇ ਲਾਤੀ ਜਮੇ ਸ਼ਰਮ ਦੀ ਲੋਈ, ਸਾਂਝਾ ਸਭ ਦੁਨੀਆਂ ਦਾ ਐਸਾ ਭੇਜ ਪਕੰਬਰ ਕੋਈ। ਸੱਚੇ ਪਾਤਸ਼ਾਹ ਦੁਨੀਆਂ ਦੀ ਮੱਤ ਘੁੰਮ ਗਈ ਆ, ਬੇਮੱਤੇ ਹੋ ਗਏ ਅਸੀਂ, ਹਰ ਬੰਦਾ ਆਪਣੀ ਡਿਊਟੀ ਤੋਂ ਮੁਨੱਕਰ ਹੋ ਗਿਆ। ਇੰਨਾ ਪਿਆਰਿਓ ਉਸ ਸਮੇਂ ਸੰਸਾਰ ਦੀ ਬੁੱਧੀ ਭ੍ਰਿਸ਼ਟ ਹੋ ਗਈ, ਨਾ ਤਾਂ ਸਰਕਾਰੀ ਦਰਬਾਰੀ ਲੋਕ ਆਪਣੇ ਰਾਜ ਭਾਗ ਨੂੰ ਸਹੀ ਚਲਾ ਰਹੇ ਸੀ, ਨਾ ਧਰਮੀ ਲੋਕ ਜਿਨ੍ਹਾਂ ਦੀ ਡਿਊਟੀ ਸੀ ਲੋਕਾਂ ਦਾ ਮਾਰਗ ਦਰਸ਼ ਕਰਨ, ਉਹ ਵੀ ਆਪਣੇ ਕਰਮ ਤੋਂ ਖੁੰਝ ਗਏ, ਤੇ ਆਮ ਜਨਤਾ ਉਹ ਵੀ ਆਪਣੇ ਕਰਮ ਤੋਂ ਭ੍ਰਿਸ਼ਟ ਹੋ ਗਈ। ਤੇ ਜਦੋਂ ਕਹਿੰਦੇ ਜੈਸਾ ਰਾਜਾ ਤੈਸੀ ਪਰਜਾ, ਜਿਹੋ ਜਿਹੇ ਰਾਜੇ ਹੋਣ ਲੋਕਾਂ 'ਤੇ ਉਹੋ ਜਿਹਾ ਪ੍ਰਭਾਵ ਪਾਈ ਪੈ ਜਾਂਦਾ। ਇਸ ਲਈ ਸਾਡੇ ਮਾਲਕ ਤਾਂ ਧੰਨ ਗੁਰੂ ਨਾਨਕ ਨਿਰੰਕਾਰ ਨੇ, ਸਾਰੀ ਦੁਨੀਆਂ 'ਤੇ ਉਹਨਾਂ ਦਾ ਹੀ ਪ੍ਰਭਾਵ ਹੈ। ਭਾਰਤ ਭੂਮੀ, ਇਹ ਭਾਰਤ
ਖੰਡ ਹੈ, ਨੌ ਖੰਡ ਨੇ ਪ੍ਰਿਥਵੀ ਦੇ, ਜਿੱਥੇ ਆਪਾਂ ਰਹਿੰਦੇ ਨੂੰ ਭਾਰਤ ਖੰਡ ਕਹਿੰਦੇ ਆ। ਇੱਥੇ ਗੁਰੂ ਨਾਨਕ ਪਾਤਸ਼ਾਹ ਅਵਤਾਰ ਆਏ, ਕਹਿੰਦੇ ਸਾਰੀ ਦੁਨੀਆਂ ਦੇ ਵਿੱਚ ਪੌਣ ਨਹੀਂ ਮੁਬਾਰਕਾਂ ਦੇਤੀਆਂ, ਹੋ ਜੋ ਨਿਸ਼ਚਿੰਤ, ਸ਼ਾਂਤੀ ਸ਼ਾਂਤੀ ਦਾ ਸਮਾਂ ਆ ਗਿਆ। ਜਿਵੇਂ ਲਿਖਿਆ ਨਾ ਭਾਈ ਗੁਰਦਾਸ ਜੀ ਨੇ, ਮਿੱਟੀ ਧੁੰਦ ਜੱਗ ਪ੍ਰਗਟ ਹੋਇਆ, ਗੁਰੂ ਨਾਨਕ ਪ੍ਰਗਟ ਹੋਇਆ, ਸਾਰੇ ਸੰਸਾਰ ਤੋਂ ਹਨੇਰਾ ਦੂਰ ਹੋ ਜੂਗਾ। ਹੁਣ ਪਿਆਰਿਓ, ਗੁਰੂ ਨਾਨਕ ਨਿਰੰਕਾਰ ਆਪ ਪ੍ਰਗਟ ਹੋ ਗਏ ਨੇ, ਇਸ ਲਈ ਸਾਰੇ ਗਲੀਆਂ ਬਾਜ਼ਾਰਾਂ ਦੇ ਵਿੱਚ ਖੁਸ਼ੀ ਆ ਗਈ। ਕਾਰਨ ਕਹਿੰਦੇ ਨੂਰ ਕਾਲੂ ਦੇ ਘਰ ਪ੍ਰਕਾਸ਼ ਹੋਇਆ, ਨਿਰੰਕਾਰ ਦਾ ਜਿਹੜਾ ਨੂਰ ਸੀ ਨਾ ਉਹਦਾ ਪ੍ਰਕਾਸ਼ਮਾਨ ਮਹਿਤਾ ਕਾਲੂ ਰਿਸ਼ੀ ਸਾਡੇ ਗੁਰੂਆਂ ਦੇ ਪਰਮ ਪਿਤਾ ਜੀ ਉਹਨਾਂ ਦੇ ਗ੍ਰਹਿ ਵਿਖੇ ਆ ਪ੍ਰਕਾਸ਼ਮਾਨ ਹੋਇਆ। ਕੀ ਕਹਿੰਦੇ, ਰਿਸ਼ੀ ਮੁਨੀ ਕਰਦੇ ਜੈ ਜੈਕਾਰ ਆ ਕੇ, ਬੰਦਗੀ ਵਾਲੇ ਲੋਕ ਪਹਾੜਾਂ ਦੀਆਂ ਕੁੰਦਰਾਂ ਚੋਂ ਨਿਕਲ ਆਏ, ਤਾਰਨ ਵੀ ਆ ਗਏ ਜਿਨ੍ਹਾਂ ਦਾ ਜਾਪ ਕਰਦੇ ਆ। ਨਜ਼ਰ ਵਾਲਿਆਂ ਨੂੰ ਤਾਂ ਗਿਆਨ ਆ ਨਾ ਵੀ ਹੁਣ ਕੌਣ ਸਾਡੇ ਕਿਰਪਾ ਕਰਨ ਆਇਆ ਵਾ, ਸਭ ਰਿਸ਼ੀ ਮੁਨੀ ਗੁਰੂ ਨਾਨਕ ਮਹਾਰਾਜ ਦੀ ਸ਼ਰਨ ਚ ਆਏ, ਹੋਏ ਨਾਨਕ ਗੁਰੂ ਪ੍ਰਗਟ ਦਰਬਾਰ ਸਿੰਘਾ, ਹੁਣ ਸੰਸਾਰ ਦਾ ਕਰਨ ਸੁਧਾਰ ਆ ਕੇ, ਸਾਰੇ ਸੰਸਾਰ ਨੂੰ ਸੁਧਾਰ ਦੇਣਗੇ, ਸ਼ੁੱਧ ਕਰ ਦੇਣਗੇ। ਹੁਣ ਇੱਕ ਸ਼ਬਦ ਸਮੇਂ ਦੀ ਵੀ ਮਰਜ਼ਾਦਾ, ਅੱਜ ਆਪਾਂ ਮੂਲ ਮੰਤਰ ਦਾ ਪਾਠ ਜਾਪ ਵੀ ਕਰਨਾ, ਪ੍ਰਾਪਤੀ ਲੈਣੀ ਹੈ, ਇਸ ਲਈ ਇੱਕ ਸ਼ਬਦ ਕਹਾਂ। ਧੰਨ ਸੀ ਭੈਣ ਭੈਣ ਨਾਨਕੀ। ਗੁਰੂ ਪਿਆਰਿਓ, ਵੇਖੋ ਅੱਜ ਰਿਸ਼ਤੇ ਆ ਨਾ ਲੁਪਤ ਹੋ ਰਹੇ ਆ, ਅਸੀਂ ਰਿਸ਼ਤਿਆਂ ਤੋਂ ਤੋੜ ਵਿਛੋੜਾ ਕਰੀ ਜਾਂਦੇ ਹਾਂ। ਸੰਸਾਰ ਕੇਵਲ, ਕੱਲ੍ਹ ਗੁਰੂ ਮਹਾਰਾਜ ਨੇ ਜਿਵੇਂ ਬਾਣੀ 'ਚ ਬਖਸ਼ਿਸ਼ ਕਰੀ ਸੀ, ਇੱਕੋ ਹੀ ਰਾਹ ਹੋ ਗਿਆ ਮਾਇਆ, ਨਾ ਕੋਈ ਮਾਂ, ਨਾ ਬਾਪ, ਨਾ ਭੈਣ, ਨਾ ਭਰਾ, ਨਾ ਧੀ, ਨਾ ਪੁੱਤ, ਨਾ ਦੋਸਤ, ਨਾ ਮਿੱਤਰ, ਨਾ ਸੱਜਣ, ਕੁਛ ਨਹੀਂ ਰਹਿ ਗਿਆ। ਬਹੁਤਾਂਤ ਗਿਣਤੀ ਬਸ ਕੇਵਲ ਮਾਇਆ ਤੱਕ ਰਹਿ ਗਈ। ਇੱਥੇ ਵੇਖੋ ਗੁਰੂ ਆਏ ਨਿਰੰਕਾਰ, ਜੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਦਾ ਇਤਿਹਾਸ ਸੁਣਾਂਗੇ ਨਾ ਮਹਾਰਾਜ ਦਾ, ਗੁਰੂ ਪਿਆਰਿਓ ਵੇਖਿਓ ਸਾਰੇ ਕਾਰਜ ਕਰੇ ਮਹਾਰਾਜ ਨੇ, ਮੱਝਾਂ ਵੀ ਚਾਰੀਆਂ, ਮੱਝਾਂ ਗਊਆਂ, ਦੁਕਾਨ ਤੇ ਸੌਦਾ ਵੀ ਵੇਚਿਆ, ਵਿੱਦਿਆ ਵੀ ਪ੍ਰਾਪਤੀ ਕਰੀ, ਸੱਚਾ ਸੌਦਾ ਕਰਨ ਗਿਆ ਨੇ, ਆਪਣੇ ਪਿਤਾ ਤੋਂ ਘੂਰਾਂ ਵੀ ਝੱਲੀਆਂ, ਇੰਨੀ ਘੂਰ ਝੱਲੀ ਅੱਜ ਕੱਲ੍ਹ ਤਾਂ ਜੇ ਜਵਾਕ ਦੇ ਥੱਪੜ ਮਾਰ ਦੇ ਘਰ ਬਾਰੀ ਛੱਡ ਕੇ ਭੱਜ ਜਾਂਦਾ। ਪਾਤਸ਼ਾਹ ਨੂੰ ਪਤਾ ਸੀਗਾ ਵੀ ਹੁਣ ਵਾਲਾ ਸਮਾਂ ਵਾ, ਉਹਨਾਂ ਨੇ ਸਾਨੂੰ ਦਿਖਾਉਣ ਲਈ ਆਪਦੇ ਮੁੱਖ ਤੇ ਚਪੇੜ ਖਾ ਲਈ ਵੀ ਪਿਆਰਿਓ ਭਾਵੇਂ ਰੱਬ ਆ ਜੇ ਪਿਓ ਪਿਓ ਹੀ ਹੁੰਦਾ, ਪਿਤਾ ਵੱਡੀ ਤਾਕਤ ਹੈ, ਪਿਤਾ ਦਾ ਬਚਨ ਮੰਨਣਾ ਜ਼ਰੂਰੀ ਹੈ, ਪਿਤਾ ਦੀ ਘੂਰ ਬੰਦੇ ਦਾ ਜੀਵਨ ਬਦਲ ਦਿੰਦੀ ਹੈ, ਪਿਤਾ ਦੀਆਂ ਜਿਹੜੀਆਂ ਚਪੇੜਾਂ ਨਾ ਇਹ ਪਿਆਰਿਓ ਮਨੁੱਖ ਨੂੰ ਫਿਰ ਡਿੱਗਣ ਤਿਲਕਣ ਨਹੀਂ ਦਿੰਦੀਆਂ, ਜੀਵਨ ਵਿੱਚ ਐਂ ਉਡਾਰੀਆਂ ਲਾ ਜਾਂਦਾ। ਅਤੇ ਗੁਰੂ ਮਹਾਰਾਜ ਨੇ ਵੇਖੋ ਝੱਲਿਆ, ਅਤੇ ਭੈਣ ਨਾਨਕੀ ਨੂੰ ਦੁੱਖ ਲੱਗਿਆ, ਉਹਨੇ ਜ਼ਰੂਰ ਕਿਹਾ, ਕਹਿੰਦੀ ਕੋਮਲ ਮੁੱਖ ਮੂਰਤ ਤੇ ਮਾਰਿਆ ਜਾਦੋ ਕਾਲੂ ਜਦੋਂ ਲਫੇੜਾ, ਫਿਰ ਭੈਣ ਨਾਨਕੀ ਤੋਂ ਝੱਲਿਆ ਨਾ ਬੇਦਰਦੀ ਝੇੜਾ, ਕਹਿੰਦੀ ਹੈ ਮਹਿਤੇ ਨੂੰ ਕਰਦੇ ਜ਼ੁਲਮ ਪਿਤਾ ਕਿਉਂ ਭਾਰਾ, ਨਾ ਮਾਰ ਬਾਬਲਾ ਵੇ ਮੇਰਾ ਵੀਰ ਜਾਣ ਤੋਂ ਪਿਆਰਾ, ਹੇ ਪਿਤਾ ਇਹ ਮੇਰਾ ਵੀਰ ਨਿਰੰਕਾਰ ਹੈ, ਮੈਨੂੰ ਆਪਣੀ ਜਾਣ ਤੋਂ ਵੀ ਪਿਆਰਾ, ਇਹਦੇ ਨਾ ਮਾਰ। ਉਹ ਭੈਣ ਨਾਨਕੀ ਦਾ ਵੇਖੋ ਕਿੰਨਾ ਸੱਚਾ ਪਿਆਰ ਸੀ। ਇੱਥੇ ਸਵਾਮੀ ਜੀ ਨੇ ਲਿਖਿਆ, ਜੇ ਬੀਬੀ ਨਾਨਕੀ ਦੇ ਨਾ ਵੀਰ ਆਉਂਦੇ, ਫਿਰ ਕੋਈ ਵੀ ਧਰਮ ਨੂੰ ਜਾਣਦਾ ਨਾ, ਸਾਰੇ ਕੂੜ ਜਹਾਨ ਤੇ ਫੈਲ ਜਾਂਦਾ, ਕੋਈ ਬਰਮ ਦੀ ਰਮਜ ਪਛਾਣਦਾ ਨਾ, ਦੁਰਮਤ ਸਾਰੇ ਸੰਸਾਰ ਵਿੱਚ ਫੈਲ ਜਾਂਦੀ, ਪਰਮਾਨੰਦ ਨੂੰ ਕੋਈ ਵੀ ਮਾਣਦਾ ਨਾ, ਜੇ ਆਉਂਦੇ ਨਾ ਨਾਨਕ ਦਰਬਾਰ ਸਿੰਘ, ਹੈ ਇਸ਼ਟ ਨੂੰ ਕੋਈ ਸਨਮਾਨ ਦਾਨਾ, ਹੈ ਇਸ਼ਟ ਨੂੰ ਕੋਈ ਸਨਮਾਨ ਦਾਨਾ,
ਭਾਵ ਧਰਮ ਸਾਰੇ ਧਰਮਾਂ ਨੂੰ ਗੁਰੂ ਪਾਤਸ਼ਾਹ ਨੇ ਗਿਆਨ ਦਿੱਤਾ। ਜੇ ਗੁਰੂ ਜੀ ਦਾ ਜੀਵਨ ਇਤਿਹਾਸ ਪੜ੍ਹਾਂਗੇ ਵੇਖੋ ਪਿਆਰਿਓ ਕਿਹੋ ਜਿਹੇ ਲੋਕਾਂ ਨਾਲ ਮਿਲੇ। ਸੰਸਾਰ ਦੀ ਤਾਂ ਪਿਰਤ ਹੈ ਵੀ ਸੁਖੀਆਂ ਨੂੰ ਮਿਲਣਾ ਤੇ ਤਾਕਤਵਰਾਂ ਨੂੰ ਮਿਲਣਾ, ਤੇ ਗੁਰੂ ਨਾਨਕ ਨਿਰੰਕਾਰ ਸੀ, ਉਹਨਾਂ ਨੇ ਦੁਖੀ ਭਾਲ ਭਾਲ ਕੇ ਉਹਨਾਂ ਨੂੰ ਪਿਆਰ ਕਰਿਆ। ਹੁਣ ਵੇਖੋ ਕੌਡਾ ਰਾਕਸ਼ ਸੀ, ਰਾਕਸ਼ ਕੌਡਾ ਜਿਹਦੇ ਕੜਾਹੇ ਚੜੇ ਸੀ ਬੰਦੇ ਨੂੰ ਭੁੰਨ ਕੇ ਖਾ ਜਾਂਦਾ ਸੀਗਾ, ਇੰਨਾ ਜੀਵਨ ਉਹਦਾ ਦੋਸ਼ੀ ਸੀ। ਨਾਨਕ ਨੇ ਕਾਰਨ ਬਣਾਇਆ, ਮਰਦਾਨੇ ਨੂੰ ਭੇਜਤਾ ਤੇ ਗੁਰੂ ਜੀ ਗਏ, ਰਾਕਸ਼ ਨੂੰ ਸਾਧ ਕੇ ਸਾਧ ਬਣਾਤਾ। ਸੱਜਣ ਸੀ ਨਾ ਪਰ ਠੱਗ ਸੀਗਾ, ਗੁਰੂ ਜੀ ਨੇ ਸੰਤ ਬਣਾਤਾ। ਬਲੀ ਕੰਧਾਰੀ ਨਾਂ ਦਾ ਫਕੀਰ ਸੀ ਪਰ ਹੰਕਾਰ ਸੀ, ਗੁਰੂ ਨੇ ਹੰਕਾਰ ਤੋੜਿਆ, ਦੱਸਿਆ ਵੀ ਕੁਦਰਤ ਦੀਆਂ ਚੀਜ਼ਾਂ ਤੇ ਭਾਈ ਕੇਵਲ ਇੱਕ ਬੰਦੇ ਦਾ ਨਹੀਂ, ਇਹ ਕੁਦਰਤ ਸਾਰਿਆਂ ਲੋਕਾਂ ਲਈ ਸਾਂਝੀ ਹੈ, ਸਾਰਿਆਂ ਨੂੰ ਉਹਦਾ ਹੱਕ ਹੈ। ਦਰਸਾਇਆ ਮਹਾਰਾਜ ਨੇ, ਖਿੱਚ ਲਿਆ ਪਾਣੀ ਦਾ ਸੋਮਾ। ਵੇਖੋ ਹੰਕਾਰੇ ਵੇ ਬਲੀ ਕੰਧਾਰੀ ਨੇ ਚੱਕ ਕੇ ਪਹਾੜ ਹੀ ਰੋੜਤਾ। ਕਲਾ ਸੀ, ਕਲਾ ਹੈ ਵਰਤ ਗਿਆ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਮਰਦਾਨਾ ਕਹਿੰਦਾ, ਮਹਾਰਾਜ ਪਹਾੜ ਰੜਿਆ ਆਉਂਦਾ ਪੱਥਰ, ਮਹਾਰਾਜ ਕਹਿੰਦੇ ਚਿੰਤਾ ਨਾ ਕਰ ਜਲ ਛਕ। ਜਦੋਂ ਆਇਆ ਗੁਰੂ ਨੇ ਪੰਜੇ ਨਾਲ ਹੀ ਰੋਕਤਾ। ਹੁਣ ਕਈ ਲੋਕ ਇਹਨੂੰ ਕਹਿ ਦਿੰਦੇ ਆ ਜੀ ਇਹ ਮਨ ਮੱਤ ਹੈ, ਉੱਥੇ ਜਾ ਕੇ ਤਾਂ ਦੇਖੋ ਰੁਕਿਆ ਵਾ ਪੰਜਾ ਖੜਾ, ਗੁਰੂ ਘਰ ਬਣਿਆ, ਲੱਖਾਂ ਲੋਕ ਉਹਦੇ ਦਰਸ਼ਨ ਕਰਕੇ ਸ਼ਾਂਤੀ ਪ੍ਰਾਪਤ ਕਰ ਗਏ। ਪਿਆਰਿਓ ਇਹ ਸੰਸਾਰ ਨੂੰ ਦਿਖਾਉਣਾ ਵੀ ਪੈਂਦਾ, ਪਰਬਤਾਂ ਦੇ ਪੰਜੇ ਲਾ ਕੇ ਮਹਾਰਾਜ ਨੇ ਦੱਸਿਆ ਵੀ ਤਾਕਤ ਸਾਡੇ ਕੋਲ ਬੇਅੰਤ ਹੈ, ਇਹਦੀ ਦੁਰਵਰਤੋਂ ਨਹੀਂ ਕਰਨੀ, ਇਹ ਲੋਕਾਂ ਦੇ ਭਲੇ ਲਈ ਵਰਤਣੀ ਹੈ, ਦੁਨੀਆਂ ਦੇ ਮਨੁੱਖਤਾ ਦੇ ਭਲੇ ਲਈ। ਪਿਆਰਿਓ ਰੀਠਿਆਂ ਦੇ ਵਿੱਚ ਰਸ ਪਾਤਾ, ਰੀਠਿਆਂ ਦਾ ਸਾਬਣ ਬਣਦਾ, ਗੁਰੂ ਨੇ ਅੰਮ੍ਰਿਤ ਵਰਗੇ ਮਿੱਠੇ ਕਰਤੇ। ਅਸਿੱਧ ਲੋਕ ਸੀ ਜਿਹੜੇ ਘਰ ਬਾਰ ਛੱਡ ਕੇ ਪਰਬਤਾਂ ਦੇ ਜਾ ਚੜੇ, ਮਹਾਰਾਜ ਨੇ ਉਹਨਾਂ ਨੂੰ ਜਾ ਲੱਭਿਆ। ਉਹ ਕਹਿੰਦੇ ਉਹ ਸਿੱਧੋ ਮੱਖਣੀਆਂ ਦੁੱਧ ਪੀਤਾ ਗ੍ਰਸਤੀਆਂ ਦਾ, ਤੇ ਹੁਣ ਦੁਖੀ ਛੱਡ ਕੇ ਚੜੇ ਇੱਧਰ ਪਹਾੜਾਂ ਤੇ ਕੀ ਕਰਦੇ ਹੋ। ਉਹ ਮਹਾਰਾਜ ਨੂੰ ਪੁੱਛਦੇ ਆ ਵੀ ਤੂੰ ਉਮਰ ਸੀ ਨਾ ਛੋਟੀ, ਮਹਾਰਾਜ ਨੂੰ ਬਾਲਾ ਹੀ ਦੱਸਦੇ ਆ ਵੀ ਬੱਚਾ ਤੂੰ। ਪਰ ਜਦੋਂ ਗੁਰੂ ਮਹਾਰਾਜ ਨਾਲ ਗੋਸ਼ਟ ਹੋਈ, ਪਿਆਰਿਓ ਗੁਰੂ ਮਹਾਰਾਜ ਦੀ ਸ਼ਰਨ 'ਚ ਆ ਗਏ, ਸਿੱਧ ਗੋਸ਼ਟ ਗੁਰੂ ਬਾਣੀ ਦੇ ਵਿੱਚ ਦਰਜ ਆ। ਇਸ ਤਰ੍ਹਾਂ ਗੁਰੂ ਨਿਰੰਕਾਰ ਪਰਮੇਸ਼ਰ ਆਪ ਆਏ, ਜੇ ਨਾ ਆਉਂਦੇ ਨਾ ਕੂੜ ਕਹਿੰਦੇ ਆ ਝੂਠ ਨੂੰ, ਸਾਰੀ ਦੁਨੀਆਂ 'ਤੇ ਝੂਠ ਦਾ ਪ੍ਰਭਾਵ ਪੈਣਾ ਸੀ, ਤੇ ਸੱਚ ਸੱਚ ਵਾਹਿਗੁਰੂ ਦਾ ਨਾਮ ਹੈ, ਇਹ ਤੋਂ ਬੇਮੁੱਖ ਹੋ ਗਏ ਸੀਗੇ। ਬ੍ਰਹਮ ਦੀ ਰਮਜ ਕਿਹਨੇ ਜਾਣਨੀ ਸੀ ਜੇ ਗੁਰੂ ਸਾਨੂੰ ਆਹ ਬਖਸ਼ਿਸ਼ ਨਾ ਕਰਕੇ ਜਾਂਦੇ। ਗ੍ਰੰਥ ਪੜ੍ਹੇ ਆ, ਦੇਖੋ ਸਾਰੇ ਹੀ ਗ੍ਰੰਥ ਪੂਜਣ ਯੋਗ ਹੈ, ਪਰ ਗੁਰੂ ਨੇ ਸਾਨੂੰ ਗ੍ਰੰਥਾਂ ਦਾ ਗੁਰੂ ਬਖਸ਼ਿਸ਼ ਕਰਿਆ, ਸਾਰੇ ਗਿਆਨ ਦਾ ਸੋਮਾ ਸਮੁੰਦਰ ਜਿਹਦੇ ਵਿੱਚੋਂ ਪੰਜਵੇਂ ਪਾਤਸ਼ਾਹ ਦਾ ਹੁਕਮ ਹੈ, ਕਹਿੰਦੇ ਪਿਆਰਿਓ ਇਹ ਬ੍ਰਹਮ ਦੇ ਗਿਆਨ ਦਾ ਸਾਗਰ ਹੈ, ਸਮੁੰਦਰ ਹੈ, ਜਿਹੜਾ ਤਾਂ ਇਹਦੇ ਵਿੱਚ ਡੁਬਕੀ ਲਾ ਗਿਆ, ਇਸ਼ਨਾਨ ਕਰ ਗਿਆ, ਭਾਵ ਗੁਰੂ ਬਾਣੀ ਨਾਲ ਜੁੜ ਗਿਆ, ਉਹਦਾ ਜੀਵਨ ਕੀ ਹੈ, ਇਹ ਤਾਂ ਵੱਡੀ ਗੱਲ ਹੈ। ਇਹਦੇ ਵਿੱਚੋਂ ਜੇ ਕਿਸੇ ਨੇ ਇੱਕ ਕਿਣਕਾ ਮਾਤਰ ਵੀ ਪ੍ਰਾਪਤੀ ਕਰ ਲਈ ਨਾ, ਕਿਣਕਾ ਕੀ ਕਹਿੰਦੇ ਪਾਤਸ਼ਾਹ, ਕਹਿੰਦੇ ਕਿਣਕਾ ਏਕ ਜਿਸ ਜੀਵ ਸਾਬ ਹੈ ਤਾਂ ਕੀ ਮਹਿਮਾ ਗਣੀ ਨਾਵ ਹੈ। ਪਿਆਰਿਓ ਐਡਾ ਬੜਾ ਬਣ ਜਾਂਦਾ ਜੀਵਨ ਵਾਲਾ, ਉਹਦੀ ਮਹਿਮਾ ਗਿਣਤੀ 'ਚ ਨਹੀਂ ਆਉਂਦੀ। ਦੇਖੋ ਹੁਣ ਗੁਰੂਆਂ ਦੀ ਮਹਿਮਾ ਕੀ ਕਰੀਏ, ਉਹਨਾਂ ਦੇ ਨਾਮ ਦੇ ਖਜ਼ਾਨੇ ਵਿੱਚੋਂ ਇੱਕ ਕਿਣਕਾ ਮਾਤਰ ਲੈ ਕੇ ਮਹਾਨ ਬਣ ਜਾਂਦੇ ਆ। ਇਸ ਲਈ ਪਿਆਰਿਓ ਦੁਰਮਤ ਸਾਰੇ ਸੰਸਾਰ ਵਿੱਚ ਫੈਲ ਜਾਂਦੀ। ਮਤ ਚਾਰ ਪੱਖ ਹੈ, ਇੱਕ ਮਤ ਹੈ, ਇੱਕ ਸਮਤ ਹੈ, ਇੱਕ ਗੁਰੂ ਮਤ ਹੈ, ਤੇ ਚੌਥੀ ਸਾਰਿਆਂ ਤੋਂ ਥੱਲੇ ਦੁਰਮਤ ਹੈ। ਇਹ ਮਹਾਰਾਜ ਕਹਿੰਦੇ ਨਾ ਤਾਂ ਕਿਸੇ ਕੋਲੇ ਮਤ ਹੋਣੀ ਸੀ, ਸਮਤ ਤਾਂ ਦੂਰ ਦੀ ਗੱਲ ਹੈ, ਤੇ
ਗੁਰੂ ਮਤ ਤਾਂ ਦੇਣੀ ਕਿਹਨੇ ਸੀ, ਸਾਰੀ ਦੁਨੀਆ ਦੁਰਮਤੀ ਹੋ ਜਾਂਦੀ, ਸੰਸਾਰ ਵਿੱਚ ਫੈਲ ਜਾਂਦਾ ਇਹ। ਪਰਮਾਨੰਦ ਨੂੰ ਕੋਈ ਵੀ ਮਾਣਦਾ ਨਾ, ਉਸ ਵਾਹਿਗੁਰੂ ਦੇ ਨਜ਼ਾਰੇ ਭਾਗਾਂ ਵਾਲੇ ਲੋਕ ਜਿਹੜੇ ਆਪਾਂ ਮਾਣ ਰਹੇ ਹਾਂ, ਇਹ ਸਮੇਂ ਨਹੀਂ ਸੀ ਮਿਲਣੇ, ਇਹ ਗੁਰੂ ਨੇ ਰਹਿਮਤ ਕਰੀ ਕਿਰਪਾ ਕਰੀ ਹੈ। ਜੇ ਆਉਂਦੇ ਨਾ ਗੁਰੂ ਨਾਨਕ ਦਰਬਾਰ ਸਿੰਘਾ ਹੈ, ਇਸ਼ਟ ਨੂੰ ਕੋਈ ਜਾਣਦਾ ਨਾ। ਮਹਾਰੀ ਕਹਿੰਦੇ ਆਪਣੇ ਇਸ਼ਟ ਨੂੰ ਵੇਖੋ, ਮੁਸਲਮਾਨ ਭਰਾਵਾਂ ਨੂੰ ਨਮਾਜ਼ ਪੜ੍ਹਨ ਦਾ ਤਰੀਕਾ ਦੱਸਿਆ ਗੁਰੂ ਜੀ ਨੇ। ਸਲਾਮ ਮਤ ਦੇ ਵਿੱਚ ਪੰਜ ਨਮਾਜ਼ਾਂ ਪੜ੍ਹੀਆਂ ਜਾਂਦੀਆਂ, ਪੰਜਾਂ ਨਮਾਜ਼ਾਂ ਦਾ ਵਿਸਤਾਰ ਸਹਿਤ ਉਹਨਾਂ ਨੂੰ ਵਰਣਨ ਕਰਿਆ ਵੀ ਪਿਆਰਿਓ ਨਮਾਜ਼ ਦਾ ਆਹ ਮਹੱਤਵ ਹੈ। ਐਵੇਂ ਪੁੱਠੇ ਸਿੱਧੇ ਕੰਨ ਮੜਕੇ ਤੇ ਕੋਡੇ ਹੋ ਗਏ ਉੱਚੇ ਹੋ ਗਏ, ਇਹ ਤਾਂ ਦਿਖਾਵਾ ਮਾਤਰ ਹੈ, ਅਸਲੀਅਤ ਗੁਰੂ ਦੇ ਨਾਲ ਜੁੜੀ ਦਾ ਕਿਵੇਂ ਹੈ। ਫਿਰ ਹਿੰਦੂ ਭਰਾਵਾਂ ਨੂੰ ਦੱਸਿਆ, ਉਹ ਪਿਆਰਿਓ ਸੂਰਜ ਨੂੰ ਪਾਣੀ ਚੜ ਛੱਡੀ ਜਾਂਦੇ ਹੋ, ਇਹ ਕਿਵੇਂ ਪਹੁੰਚੂ। ਮਹਾਰਾਜ ਨੇ ਆਪਣੇ ਸਿਬਦੀ ਵਾਲੇ ਮੁੱਖ ਕਰਕੇ ਪਾਸੇ ਨੂੰ ਜਲ ਸੁੱਟਤਾ। ਉਹ ਬ੍ਰਾਹਮਣ ਆਏ, ਉਹ ਕਹਿੰਦੇ ਜੀ ਇੱਧਰ ਤੁਸੀਂ ਪਾਣੀ ਸੁੱਟਦੇ ਹੋ ਤੇ ਸਾਰੀ ਦੁਨੀਆ ਇੱਧਰ ਸੁੱਟਦੀ ਆ। ਉਹ ਕਹਿੰਦੇ ਵੀ ਇੱਧਰ ਕੀ ਹੈ। ਉਹ ਕਹਿੰਦੇ ਜੀ ਇੱਧਰ ਸੂਰਜ ਦੇਵਤੇ ਨੂੰ ਜਲ ਅਰਪਣ ਕਰਦੇ ਹਾਂ। ਮਹਾਰਾਜ ਕਹਿੰਦੇ ਵੀ ਸਾਡੀ ਤਾਂ ਉੱਧਰ ਕਣਕ ਸੁੱਕਦੀ ਆ, ਅਸੀਂ ਆਪਦੇ ਖੇਤ ਨੂੰ ਅਰਪਣ ਕਰਦੇ ਹਾਂ। ਉਹ ਗੁਰੂ ਜੀ ਨੂੰ ਕਹਿੰਦੇ ਭਲਿਆ ਪੁਰਸ਼ਾ, ਭਲਾ ਤੇਰੇ ਖੇਤ ਪਾਣੀ ਕਿਵੇਂ ਪਹੁੰਚੂ। ਮਹਾਰਾਜ ਕਹਿੰਦੇ ਤੈਨੂੰ ਪਤਾ ਵੀ ਸਾਡਾ ਖੇਤ ਕਿੰਨੀ ਕੁ ਦੂਰ ਹੈ। ਉਹ ਕਹਿੰਦੇ ਜੀ ਨਹੀਂ। ਮਹਾਰਾਜ ਕਹਿੰਦੇ ਸਾਡਾ ਖੇਤ ਤਾਂ ਕਰਤਾਰਪੁਰ ਆ, ਲਾਹੌਰ ਦੇ ਨਾਲ ਹੀ, ਤੇ ਤੁਹਾਡਾ ਸੂਰਜ ਕਿੰਨੀ ਦੂਰ ਆ ਇਹਦਾ ਪਤਾ। ਗੁਰੂ ਮਹਾਰਾਜ ਨੇ ਪਿਆਰਿਓ ਸਾਰਿਆਂ ਲੋਕਾਂ ਨੂੰ ਪਿਆਰ ਵੀ ਦਿੱਤਾ, ਸਨਮਾਨ ਵੀ ਦਿੱਤਾ, ਗਿਆਨ ਵੀ ਦਿੱਤਾ ਤੇ ਗੁਰੂ ਮਤ ਦੇ ਧਾਰਨੀ ਬਣਾ ਤੇ, ਸਭ ਨੂੰ ਆਪਣੇ ਇਸ਼ਟ ਦੇ ਅਨੁਸਾਰ ਜੀਵਨ ਜਿਉਣ ਦੀ ਵਿਧੀ ਦਿੱਤੀ। ਤੇ ਸਾਨੂੰ ਸਾਰਿਆਂ ਨੂੰ ਕੀ ਹੁਕਮ ਕਰਿਆ ਗੁਰੂ ਪਿਆਰਿਓ? ਬਾਣੀ ਦੇ ਵਿੱਚ ਮਹਾਰਾਜ ਨੇ ਲਿਖਿਆ ਪਹਿਲਾਂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਬਾਣੀ ਕਹੈ ਸੇਵਕ ਜਣ ਮਾਨੈ, ਪ੍ਰਤੱਖ ਗੁਰੂ ਨਿਸ਼ਤਾਰੈ। ਪਿਆਰਿਓ ਨਿਹਚਾ ਰੱਖੋ, ਪ੍ਰੇਮ ਨਾਲ ਗੁਰੂ ਬਾਣੀ ਨੂੰ ਪੜ੍ਹੋ। ਇੱਕ ਇੱਕ ਸ਼ਬਦ ਗੁਰੂ ਬਾਣੀ ਦਾ ਗੁਰੂ ਮਹਾਰਾਜ ਦੇ ਮੁੱਖ ਦੇ ਵਿੱਚੋਂ ਉਚਾਰਨ ਹੋਇਆ ਵਾ। ਇਹ ਗੁਰੂ ਬਾਣੀ ਉਹ ਮੰਨੋ, ਵੇਖੋ ਪੜ੍ਹੇ ਕੋਈ, ਬੋਲੇ ਕੋਈ, ਵਿਚਾਰ ਕੋਈ ਕਰੇ, ਪਰ ਸ਼ਬਦ ਗੁਰੂ ਦੇ ਨੇ। ਇਹ ਬਾਣੀ ਅੰਮ੍ਰਿਤ ਦਾ ਸੋਮਾ ਹੈ, ਜਿਹੜਾ ਵੀ ਗੁਰਮੁਖ ਇਹਦੀ ਪ੍ਰਾਪਤੀ ਕਰੇਗਾ ਪਿਆਰਿਓ ਤਰਜੂਗਾ। ਸੋ ਸ਼ਰਧਾ ਭਾਵਨਾ ਪ੍ਰੇਮ ਹੈ, ਤੇ ਇੱਥੇ ਗੁਰੂ ਮਹਾਰਾਜ ਦਾ ਆਪਾਂ ਇੱਕ ਸ਼ਬਦ ਗੁਰੂ ਬਾਣੀ ਚੋਂ ਪ੍ਰਾਪਤ ਕਰਨਾ ਹੈ। ਕਿਉਂਕਿ ਨਾਮ ਆ ਜਿਹੜਾ ਵਾਹਿਗੁਰੂ ਦਾ ਸਿਮਰਨਾ ਨਾ, ਇਹਦਾ ਮਹਾਤਮ ਬਹੁਤ ਵੱਡਾ। ਸਿਮਰਨ ਤੋਂ ਬਿਨਾਂ ਜੀਵ ਸਫਲ ਨਹੀਂ ਹੋ ਸਕਦਾ। ਇੱਥੇ ਬੜੇ ਬੜੇ ਲੋਕ ਆਏ ਆ ਜਿਨ੍ਹਾਂ ਦਾ ਨਾਮ ਗ੍ਰੰਥਾਂ ਦੇ ਵਿੱਚ ਦਰਜ ਹੈ, ਜਿਨ੍ਹਾਂ ਨੇ ਆਪ ਗ੍ਰੰਥ ਲਿਖੇ ਹੈ। ਰਿਸ਼ੀ, ਮੁਨੀ, ਤਪਸ਼ਵੀ, ਰਾਜੇ, ਮਹਾਰਾਜੇ, ਬੰਦਗੀ ਵਾਲੇ ਲੋਕ, ਕਿਰਤੀ ਲੋਕ, ਸੇਵਾ ਕਰਨ ਵਾਲੇ ਲੋਕ, ਸਤਸੰਗੀ, ਸਭ ਨੂੰ ਗੁਰੂ ਮਹਾਰਾਜ ਨੇ ਇੱਕ ਉਪਦੇਸ਼ ਤੇ ਸੰਦੇਸ਼ ਦਿੱਤਾ। ਕੀ ਹੁਕਮ ਹੈ? ਆਓ ਇੱਕ ਸ਼ਬਦ ਦਸਾਂ ਗੁਰੂਆਂ ਦੀ ਆਤਮਕ ਜੋਤ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨਗੇ। ਆਪਾਂ ਵਿਚਾਰ ਕਰਾਂਗੇ ਜਿੰਨੀ ਕੁ ਗੁਰੂ ਨੇ ਮਤ ਬੁੱਧ ਦਿੱਤੀ ਹੈ। ਪਿਆਰਿਓ ਵਿਚਾਰ ਮਨੁੱਖ ਕਰ ਸਕਦਾ, ਇਹਦੇ ਅਰਥ ਭਾਵ ਨੂੰ ਤਾਂ ਆਪਾਂ ਨਹੀਂ ਪੂਰਨ ਸਮਝ ਸਕਦੇ। ਕਿਉਂ? ਕਿਉਂਕਿ ਸਾਡੀ ਮਤ ਥੋੜ੍ਹੀ ਹੈ। ਅਸੀਂ ਤਾਂ ਗੁਰੂ ਅੱਗੇ ਬੇਨਤੀਆਂ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਸਾਡੀ ਮਤ ਤੇ ਪਤ ਦਾ ਤੂੰ ਰਾਖਾ ਵਾ, ਕਿਰਪਾ ਕਰੀ ਸਮਤ ਦੇ, ਬਖਸ਼ਿਸ਼ ਕਰੋ, ਤੁਹਾਡਾ ਜਸ ਕਰੀਏ। ਇਹ ਪਿਆਰਿਓ ਆਪਾਂ ਤਾਂ ਗੁਰੂ ਦਾ ਜਸ ਕਰਨਾ, ਮੈਂ ਕੋਈ ਗਿਆਨੀ ਨਹੀਂ ਹੈਗਾ, ਨਾ ਕੋਈ ਵਿਦਵਾਨ ਹੈ, ਕੇਵਲ ਆਪਣੇ ਮਹਾਂਪੁਰਸ਼ਾਂ ਦਾ
ਜਿਨ੍ਹਾਂ ਨੇ ਦਾਸ ਨੂੰ ਸੇਵਾ ਦਿੱਤੀ ਆ ਉਹਨਾਂ ਦਾ ਬਚਨ ਨਿਭਾਉਂਦੇ ਆ ਤੇ ਤੁਹਾਡਾ ਗੁਰੂ ਸੰਗਤ ਦਾ ਪ੍ਰੇਮ ਪਿਆਰ ਸਹਿਯੋਗ ਹੈ ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀਆਂ ਬਖਸ਼ਿਸ਼ਾਂ ਨੇ ਛੇਵੇਂ ਨਾਨਕ ਮੀਰੀ ਪੀਰੀ ਦੇ ਮਾਲਕ ਗੁਰੂ ਨੇ ਜੋ ਦਾਤਾਂ ਦਿੱਤੀਆਂ ਨੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਤੁਹਾਡੇ ਦਰਸ਼ਨ ਕਰਦੇ ਆ ਤੇ ਧੰਨ 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 ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਆਪਣੇ ਤੇ ਰਹਿਮਤ ਕਿਰਪਾ ਕਰਕੇ ਗਏ ਸਾਨੂੰ ਸਾਰੀ ਕਾਇਨਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾ ਗਏ ਪਿਆਰਿਓ ਗੁਰੂ ਬਾਣੀ ਨੂੰ ਸਮਰਪਿਤ ਹੋ ਜਾਓ ਗੁਰੂ ਬਾਣੀ ਅਨੁਸਾਰ ਜੀਵਨ ਜਿਉਣਾ ਕਰਮ ਕਰੋ ਗੁਰੂ ਜੀ ਕਿਰਪਾ ਕਰਨਗੇ ਆਓ ਜਿਹੜੇ ਲੋਕਾਂ ਨੇ ਗੁਰੂ ਨੂੰ ਸਮਰਪਿਤ ਹੋ ਕੇ ਕਰਮ ਕਰੇ ਨੇ ਉਹਨਾਂ ਦਾ ਜੀਵਨ ਸਫਲ ਹੋ ਗਿਆ ਪ੍ਰੇਮ ਪਿਆਰ ਨਾਲ ਇੱਕ ਸ਼ਬਦ ਗੁਰੂ ਬਾਣੀ ਦਾ ਪ੍ਰਾਪਤ ਕਰਾਂਗੇ ਸਾਰੀ ਗੁਰਸੰਗਤ ਇੱਕ ਮਨ ਚਿੱਤ ਹੋ ਕੇ ਧਿਆਨ ਨਾਲ ਸੁਣੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਬਾਣੀ ਵਿੱਚ ਇਉਂ ਆਪਣੇ ਤੇ ਬਖਸ਼ਿਸ਼ ਕਰ ਰਹੇ ਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰ ਬਚਨੀ ਹਰ ਹਰ ਸਰਣ ਪਰੇ ਦਾਲਦ ਪੰਜ ਸੁਧਾਮੇ ਮਿਲਿਓ ਭਗਤੀ ਭਾਏ ਤਰੇ ਭਗਤ ਵਸਲ ਹਰ ਨਾਮ ਕਿਰਤਾਰਥ ਗੁਰਮੁਖ ਕਿਰਪਾ ਕਰੇ ਗੁਰੂ ਪਿਆਰੀ ਗੁਰਸੰਗਤ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਲਾਹੀ ਬਾਣੀ ਦੇ ਵਿੱਚ ਮਾਰੂ ਰਾਗ ਦਾ ਸ਼ਬਦ ਹੈ ਮਾਰੂ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ 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 ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਟੋਟ ਬ੍ਰਹਿਮੰਡ ਕੇ ਠਾਕਰ ਇਲਾਹੀ ਜੋਤ ਕੁਦਰਤ ਕ੍ਰਿਸ਼ਮਾ ਬ੍ਰਹਮ ਗਿਆਨ ਦੇ ਸੂਰਜ ਸ਼ਾਂਤੀ ਦੇ ਸੋਮੇ ਦਿਆ ਦੇ ਸਾਗਰ ਰਹਿਮਤਾਂ ਦੇ ਦਾਤੇ ਕੁਦਰਤ ਦੇ ਕਾਦਰ ਮਾਲਕ ਧੰਨ 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 ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਦਾ ਚੌਥਾ ਸਰੂਪ ਚੌਥੇ ਗੁਰੂ ਧੰਨ 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 ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਰਹੇ ਨੇ ਬਖਸ਼ਿਸ਼ ਕਰਦੇ ਆ ਪਿਆਰਿਓ ਪਹਿਲਾਂ ਮਹਾਰਾਜ ਨੇ ਸੰਖੇਪ ਮੰਗਲਾਚਰਨ ਉਚਾਰਨ ਕਰਿਆ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੇ ਨਾਮ ਦੀ ਮਹਾਨਤਾ ਬੇਅੰਤ ਹੈ ਪਰ ਇੱਥੇ ਗੁਰੂ ਜੀ ਮਹਾਰਾਜ ਨੇ ਜਿਵੇਂ ਆਪਾਂ ਨੇ ਕਹਾਵਤ ਆ ਨਾ ਵੀ ਗਾਗਰ ਨੂੰ ਉਹਦੇ ਵਿੱਚ ਸਾਗਰ ਬੰਦ ਕਰ ਦਿੰਦੇ ਆ ਇੱਥੇ ਗੁਰੂ ਮਹਾਰਾਜ ਨੇ ਥੋੜੇ ਸ਼ਬਦਾਂ ਵਿੱਚ ਪੂਰਨ ਗਿਆਨ ਦਾ ਮਹਾਤਮ ਵਰਣਨ ਕਰਿਆ ਨਿਰੰਕਾਰ ਦਾ ਨਾਮ ਵਾਹਿਗੁਰੂ ਦੀ ਉਸਤਤੀ ਉਹਦੀ ਪ੍ਰਾਪਤੀ ਦਾ ਮਾਰਗ ਕੀ ਹੈ ਗੁਰੂ ਜੀ ਕਹਿੰਦੇ ਇੱਕ ਓਅੰਕਾਰ ਸਤਿਗੁਰੂ ਪ੍ਰਸ਼ਾਦ ਇੱਕ ਓਅੰਕਾਰ ਸਤ ਗੁਰ ਪ੍ਰਸ਼ਾਦ ਗੁਰੂ ਪਿਆਰਿਓ ਪਰਮੇਸ਼ਰ ਨਿਰੰਕਾਰ ਸਤ ਹੈ ਇੱਕੋ ਹੀ ਵਾਹਿਗੁਰੂ ਹੈ ਪਰਮਾਤਮਾ ਹੈ ਉਹਦੇ ਨਾਮ ਤਾਂ ਬੇਅੰਤ ਹੈ ਪਰ ਸਤ ਸਰੂਪ ਪਰਮੇਸ਼ਰ ਹੈ ਸਰਬ ਜਗ੍ਹਾ ਵਿਆਪਕ ਹੈ ਜਿਹੜੇ ਨੇਤਰਾਂ ਵਾਲੇ ਲੋਕ ਹੈ ਉਹਨਾਂ ਨੂੰ ਤਾਂ ਨਜ਼ਰ ਹੀ ਆਉਂਦਾ ਅਤੇ ਜੇ ਕਿਸੇ ਦੀ ਨਜ਼ਰ ਹੈ ਨਹੀਂ ਫਿਰ ਉਹਨੂੰ ਤਾਂ ਪਿਆਰਿਓ ਕੀ ਦੇਖਣਾ ਵਾ ਪਰਮਾਤਮਾ ਪਰਮੇਸ਼ਵਰ ਹਰ ਜਗ੍ਹਾ ਬਿਰਾਜਮਾਨ ਹੈ
ਕੋਈ ਜਗ੍ਹਾ ਨਹੀਂ ਇਹੋ ਜੀ, ਆਪਣੇ ਹਮੇਸ਼ਾ ਨਾਲ ਹੈ। ਉਸ ਵਾਹਿਗੁਰੂ ਦੇ ਕਿੰਨੇ ਕੁ ਗੁਣ ਗਾਈਏ, ਕਿੰਨੇ ਕੁ ਦੱਸੀਏ, ਬੇਅੰਤ ਆ ਉਹ। ਸਭ ਦੀ ਰਕਸ਼ਾ ਕਰਦਾ, ਸਭ ਦੀ ਪਾਲਣਾ ਕਰਦਾ, ਸਭ 'ਤੇ ਕਿਰਪਾ ਬਖਸ਼ਿਸ਼ ਕਰਦਾ। ਅਸੀਂ ਬੇਸ਼ੱਕ ਬੇਸ਼ੁਕਰੇ ਹੋ ਜਾਈਏ, ਉਸ ਪ੍ਰਭੂ ਦਾ ਸ਼ੁਕਰੀਆ ਅਦਾ ਨਾ ਕਰੀਏ, ਪਰ ਸੋਚ ਕੇ ਦੇਖੋ ਉਹਨੇ ਦਾਤਾਂ ਦੇਣ ਦੀਆਂ ਕਮੀਆਂ ਨਹੀਂ ਛੱਡੀਆਂ ਗਈਆਂ। ਉਹ ਹਮੇਸ਼ਾ ਹੀ ਸਾਡੇ 'ਤੇ ਬਖਸ਼ਿਸ਼ ਕਿਰਪਾ ਕਰਦਾ ਹੈ। ਕਿਉਂ? ਕਿਉਂਕਿ ਸਤ ਸਰੂਪ ਹੈ। ਪਰ ਉਹਦੀ ਪ੍ਰਾਪਤੀ ਲਈ ਗੁਰੂ ਦੀ ਸ਼ਰਨ ਵਿੱਚ ਆਉਣਾ ਜ਼ਰੂਰੀ ਹੈ। ਜਦੋਂ ਗੁਰੂ ਜੀ ਦੀ ਕਿਰਪਾ ਦਾ ਪ੍ਰਸ਼ਾਦ ਬਖਸ਼ਣਗੇ, ਫਿਰ ਹੀ ਆਪਾਂ ਉਸ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦੇ ਹਾਂ। ਇੱਥੇ ਇਹ ਵਿਖਿਆਨ ਬੇਅੰਤ ਹੈ। ਜੇ ਤਾਂ ਇਸ ਸ਼ਬਦ ਦਾ ਵਿਚਾਰ ਕਰੀਏ, ਬੇਸ਼ੱਕ ਸਾਲਾਂ ਬੰਦੀ ਕਰੀ ਜਾਈਏ, ਇਹ ਪਿਆਰੇ ਉਹ ਮੁੱਕ ਨਹੀਂ ਸਕਦੀ। ਕਿਉਂਕਿ ਪ੍ਰਭੂ ਬੇਅੰਤ ਹੈ, ਉਹਦੇ ਗੁਣ ਬੇਅੰਤ ਹੈ, ਉਹਦੇ ਨਾਮ ਦਾ ਮਹਾਤਮ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾਂਦਾ। ਪਰ ਇੱਥੇ ਦੱਸਿਆ ਵਾ ਵੀ ਜਿਨ੍ਹਾਂ ਲੋਕਾਂ ਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ, ਉਹਨਾਂ ਨੂੰ ਵੱਡੀਆਂ 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 ਮਹਾਨਤਾ ਮਿਲੀ ਹੈ, ਬੜੀਆਂ ਵੱਡੀਆਂ ਵੱਡੀਆਂ ਅਵਸਥਾ ਦੇ ਮਾਲਕ ਹੋ ਗਏ, ਬੜੀਆਂ ਗੁਰੂ ਨੇ ਰਹਿਮਤਾਂ ਦੀਆਂ ਬਖਸ਼ਿਸ਼ਾਂ ਦਿੱਤੀਆਂ ਨੇ। ਇੱਥੇ ਜ਼ਿਕਰ ਆਉਂਦਾ ਇਹ ਸ਼ਬਦ ਦੇ ਵਿੱਚ ਬੇਅੰਤ, ਉਹਨਾਂ ਲੋਕਾਂ ਦਾ ਜ਼ਿਕਰ ਆਉਣਾ। ਦ੍ਰਿਸ਼ਟਾਂਤ ਦੇ ਕੇ ਗੁਰੂ ਜੀ ਦੱਸਦੇ ਹੈ, ਸਾਰੇ ਯੁੱਗਾਂ ਦੀ ਮਹਾਨਤਾ ਤੱਕ ਦੱਸਿਆ ਵਾ, ਨਾਲ ਇਹ ਦੱਸਿਆ ਵੀ ਪਿਆਰੇ ਉਹ ਨਾਮ ਦਾ ਵੱਡਾ ਮਹਾਤਮ ਹੈ। ਪਹਿਲਾਂ ਸ਼ੁਰੂ ਕਰਿਆ ਮੈਰੇ ਕਹਿੰਦੇ, ਜਪਿਓ ਨਾਮ ਸੁੱਖ ਜਨਕ ਗੁਰ ਬਚਨੀ, ਹਰ ਹਰ ਸ਼ਰਨ ਪਰੈ। ਇੱਕ ਸੁਖਦੇਵ ਮੁਨੀ ਹੋਇਆ, ਰਿਸ਼ੀ ਵੇਦ ਵਿਆਸ ਜੀ ਹੋਏ ਆ, ਬੜੇ ਵੱਡੇ ਵਿਦਵਾਨ ਸੀ। ਜਿਵੇਂ ਆਪਾਂ ਭਾਈ ਗੁਰਦਾਸ ਜੀ ਨੂੰ ਕਹਿੰਦੇ ਹਾਂ ਨਾ ਵੀ ਸਿੱਖ ਪੰਥ ਦਾ ਵੇਦ ਵਿਆਸ ਆ, ਇਹ ਆਪਣੇ ਗੁਣੀ ਲੋਕ ਵਿਦਵਾਨ ਲੋਕ ਜ਼ਿਕਰ ਕਰਦੇ ਆ। ਕਿਉਂਕਿ ਵੇਦ ਵਿਆਸ ਜੀ ਰਿਸ਼ੀ ਬਹੁਤ ਮਹਾਨ ਸੀ, ਉਹਨਾਂ ਨੇ 9 ਵਿਆਕਰਨ ਲਿਖੇ ਆ। ਉਹਨਾਂ ਦਾ ਪੁੱਤਰ ਸੀ ਇਹ ਸੁਖਦੇਵ, ਇਹਦੀ ਕਥਾ ਤਾਂ ਇੱਕ ਹੋਰ ਵੀ ਹੈ। ਸੁਖਦੇਵ ਕੌਣ ਸੀ? ਕਿਵੇਂ ਉਹ ਰਿਸ਼ੀ ਜਿਹਦੇ ਘਰ ਜਨਮ ਹੋਇਆ, ਉਹਦਾ ਇਹ ਵਿਸ਼ੇਸ਼ ਅਲੱਗ ਹੈ। ਪਰ ਇੱਥੇ ਆਪਾਂ ਅੱਜ ਜੋ ਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਾਂ ਵਿਚਾਰ ਕਰੀਏ। ਕਹਿੰਦੇ ਪਿਆਰੇ ਉਹ ਸੁਖਦੇਵ ਮੁਨੀ ਸੀ, 6 ਸ਼ਾਸਤਰ 18 ਪੁਰਾਣ ਉਹਨੇ ਇਹ ਵਿੱਦਿਆ ਪ੍ਰਾਪਤ ਕਰੀ ਹੋਈ ਸੀ। ਇੱਕ ਦਿਨ ਆਪਣੇ ਪਿਤਾ ਜੀ ਨੂੰ ਕਹਿੰਦਾ, ਪਿਤਾ ਮੈਂ ਗਿਆਨ ਤਾਂ ਬਹੁਤ ਲਿਆ, ਗ੍ਰੰਥ ਬਹੁਤ ਪੜ੍ਹੇ ਆ, ਤੇਰੇ ਮਨ ਨੂੰ ਟਿਕਾਓ ਨਹੀਂ, ਮੇਰਾ ਮਨ ਸ਼ਾਂਤ ਨਹੀਂ ਗਾ, ਮੇਰਾ ਮਨ ਭਟਕਣਾ ਚਾਹ। ਉਹ ਕਹਿੰਦਾ, ਪੁੱਤਰ ਜੀ ਵਿੱਦਿਆ ਪੜ੍ਹਨੀ, ਗਿਆਨ ਪ੍ਰਾਪਤ ਕਰਨਾ ਇਹ ਹੋਰ ਬਾਤ ਹੈ, ਮਨ ਨੂੰ ਟਿਕਾਓ ਗੁਰੂ ਤੋਂ ਬਿਨਾਂ ਨਹੀਂ ਮਿਲਦਾ। ਕੋਈ ਗੁਰੂ ਹੋਵੇ ਜਿਹੜਾ ਤੇਰਾ ਮਾਰਗ ਦਰਸ਼ ਕਰੇ, ਤੈਨੂੰ ਸਮਝਾਵੇ ਵੀ ਮਨ ਨੂੰ ਕਿਵੇਂ ਬਸ ਕਰੀਦਾ, ਮਨ ਸਿੱਧੇ ਰਾਹ ਕਿਵੇਂ ਪਊਗਾ, ਮਨ ਜਿਹੜਾ ਇਹ ਸਮਰਪਿਤ ਗੁਰੂ ਨੂੰ ਕਿਵੇਂ ਹੋਊਗਾ। ਜੇ ਮਨ ਕਰਕੇ ਸਮਰਪਿਤ ਹੋ ਗਿਆ ਫਿਰ ਤੇਰਾ ਜੀਵਨ ਸਫਲ ਹੋਣਾ, ਤੇ ਜੇ ਕੇਵਲ ਗੱਲਾਂ ਬਾਤਾਂ ਨਾਲ ਚਾਹਵੇਂਗਾ ਫਿਰ ਤੇਰੇ ਪੱਲੇ ਬੇਟਾ ਨਹੀਂ ਕੁਛ ਪੈਣਾਗਾ। ਇਸ ਲਈ ਤੈਨੂੰ ਪੂਰਨ ਗੁਰੂ ਚਾਹੀਦਾ। ਉਹ ਆਪਣੇ ਪਿਤਾ ਨੂੰ ਕਹਿੰਦਾ, ਪਿਤਾ ਜੀ ਹੁਣ ਪੂਰਨ ਗੁਰੂ ਮੈਂ ਭਾਲਾਂ? ਉਹ ਕਹਿੰਦਾ, ਪਾਲ। ਆਪਣੇ ਪਿਤਾ ਤੋਂ ਬਚਣ ਲੈ ਕੇ ਨਾ ਸੁਖਦੇਵ ਮੁਨੀ ਚੱਲ ਪਿਆ, ਤੁਰਿਆ ਜਾਂਦਾ। ਰਸਤੇ ਦੇ ਵਿੱਚ ਜਾਂਦੇ ਨੂੰ ਨਾਰਦ ਮੁਨੀ ਰਿਸ਼ੀ ਹੈ, ਉਹ ਮਿਲ ਗਏ। ਨਾਰਦ ਜੀ ਉਹਨੂੰ ਕਹਿੰਦੇ, ਬਈ ਸੁਖਦੇਵ ਬੜਾ ਚਿੰਤਤ ਹੈ, ਬੜਾ ਉਦਾਸ ਹੈ, ਕੀ ਗੱਲ ਹੈ? ਉਹ ਕਹਿੰਦਾ, ਜੀ ਚਿੰਤਾ ਇਹ ਹੈ ਵੀ ਮੇਰਾ ਜੀਵਨ ਹੈ ਜਿਹੜਾ ਸਫਲ ਕਿਵੇਂ ਹੋਊ, ਉਦਾਸ ਇਹ ਕਰਕੇ ਹੈ ਵੀ ਮੈਨੂੰ ਗੁਰੂ ਕਿੱਥੋਂ ਮਿਲੂਗਾ, ਮੈਂ ਕਿਵੇਂ ਭਾਲ ਕਰਾਂ। ਨਾਰਦ ਨੂੰ ਕਹਿੰਦਾ, ਵੀ ਸੁਖਦੇਵ ਤੂੰ ਗਿਆਨੀ ਤਾਂ ਬਹੁਤ ਹੈ, ਵਿੱਦਿਆ ਤਾਂ ਪੜ੍ਹੀ ਹੈ, ਪਰ ਤੈਨੂੰ ਹਜੇ ਸਮਝ ਨਹੀਂ ਆਈ। ਉਹ ਕਹਿੰਦਾ, ਜੀ ਕੀ? ਉਹ ਕਹਿੰਦਾ, ਤੇਰੇ ਪਿਤਾ ਨਾਲੋਂ ਵੱਡਾ ਗੁਰੂ ਕਿਹੜਾ? ਬੜੇ ਵੱਡੇ ਰਿਸ਼ੀਆਂ ਮੁਨੀਆਂ ਦਾ ਗੁਰੂ ਤੇਰਾ ਪਿਤਾ ਵਾ, ਅਤੇ ਤੂੰ ਉਹਨੂੰ ਗੁਰੂ ਧਾਰਨ ਕਰ ਲੈਂਦਾ। ਉਹ ਕਹਿੰਦਾ, ਵੀ ਰਿਸ਼ੀ ਜੀ ਹੁਣ ਤਾਂ ਮੈਂ ਲੰਘਿਆ ਆ,
ਹੁਣ ਤਾਂ ਮੈਂ ਉਹ ਰਸਤੇ ਤੋਂ ਅੱਗੇ ਆ ਗਿਆ। ਹੁਣ ਹੁਣ ਵੇਖੋ ਰਿਸ਼ੀ ਵੇਦ ਵਿਆਸ ਦਾ ਗੁਰੂ ਨਾਰਦ ਹੈ। ਹੁਣ ਨਾਰਦ ਕੀ ਉਹਨੂੰ ਕਹਿੰਦਾ ਵੀ ਹੁਣ ਮੈਨੂੰ ਗੁਰੂ ਧਾਰ ਲਾ। ਉਹ ਕਹਿੰਦਾ ਵੀ ਗੱਲ ਸੁਣ ਸੁਖਦੇਵ, ਤੈਨੂੰ ਰਾਹ ਮੈਂ ਦੱਸ ਦਿੰਦਾ, ਮੰਜ਼ਿਲ ਤੇਰੀ ਦੱਸ ਦਿੰਦਾ, ਟਿਕਾਣੇ ਤੇ ਪਹੁੰਚ ਜਾ, ਪ੍ਰਾਪਤੀ ਤੈਨੂੰ ਕਰਨੀ ਪਊਗੀ। ਉਹ ਕਹਿੰਦਾ ਜੀ ਦੱਸੋ। ਉਹ ਕਹਿੰਦਾ ਵੀ ਇਉਂ ਕਰ, ਰਾਜੇ ਜਨਕ ਦੀ ਸ਼ਰਨ 'ਚ ਚਲਿਆ ਜਾ। ਬੜਾ ਵੱਡਾ ਧਰਮੀ ਰਾਜਾ, ਬਹੁਤ ਮਹਾਨ ਹੈ, ਬੜੀ ਪ੍ਰਭੂ ਜੀ ਦੀ ਉਹਦੇ 'ਤੇ ਕਿਰਪਾ ਵਾ। ਸੁਖਦੇਵ ਕਹਿੰਦਾ ਜੀ ਮੈਂ ਰਿਸ਼ੀ, ਉਹ ਰਾਜਾ, ਉਹਦੇ 'ਤੇ ਤਾਂ ਸੰਸਾਰਕ ਪਦਾਰਥਾਂ ਦਾ ਪ੍ਰਭਾਵ ਹੈ ਅਤੇ ਮੈਂ ਬੰਦਗੀ ਗ੍ਰੰਥਾਂ ਨਾਲ ਜੁੜਿਆ, ਮੈਂ ਤਾਂ ਪੱਲੇ ਹੀ ਨਹੀਂ ਕੁਛ ਰੱਖਦਾ। ਉਹ ਕਹਿੰਦਾ ਵੀ ਸ਼ੰਕਿਆ ਕਰਨੀ ਤਾਂ ਅਲੱਗ ਗੱਲ ਆ, ਵੀ ਇੱਕ ਵਾਰੀ ਮਿਲ ਜ਼ਰੂਰ ਲੈ। ਉਹ ਕਹਿੰਦਾ ਵੀ ਸੱਤ ਬਚਨ ਨਾਲ ਨਾਰਦ ਨੂੰ ਕਹਿੰਦਾ ਵੀ ਲੈ ਇੱਕ ਤੈਨੂੰ ਬੜੀ ਕੀਮਤੀ ਚੀਜ਼ ਦੇਵਾਂ। ਉਹ ਕਹਿੰਦਾ ਉਹ ਕੀ ਕਰਨੀ ਹੈ? ਉਹ ਕਹਿੰਦਾ ਵੀ ਜਨਕ ਰਾਜਾ ਵਾ, ਭੇਟ ਕਰੀ ਜਾ ਕੇ, ਫਿਰ ਭੇਟਾ ਦੇ ਕੇ ਗੁਰੂ ਤੋਂ ਸ਼ਬਦ ਦੀ ਪ੍ਰਾਪਤੀ ਕਰੀ। ਸੱਤ ਬਚਨ ਨਾਰਦ ਨੇ ਇੱਕ ਡੱਬੀ ਕੱਢੀ, ਉਹਨੂੰ ਦੇਤੀ ਤੇ ਤੋਰਤਾ। ਉੱਧਰ ਜਨਕ ਰਾਜੇ ਨੂੰ ਤ੍ਰਿਕਾਲ ਦਰਸ਼ੀ ਸੀ, ਗਿਆਤ ਹੋ ਗਿਆ ਬਈ ਸੁਖਦੇਵ ਮੁਨੀ ਮੇਰੇ ਕੋਲੇ ਆ ਰਿਹਾ। ਉਹਨੇ ਬੜੀ ਪ੍ਰਬੰਧ ਕਰੇ ਵੀ ਬਾਜੇ ਗਾਜੇ ਨਾ ਕੰਠ ਵਿੱਚ ਹਾਰ ਪਾ ਕੇ ਪੂਰੇ ਸਤਿਕਾਰ ਨਾਲ ਰਿਸ਼ੀ ਸੁਖਦੇਵ ਮੁਨੀ ਨੂੰ ਮੇਰੇ ਕੋਲੇ ਲੈ ਕੇ ਆਓ। ਸਨਮਾਨ ਕਰਿਆ, ਢੋਲ ਬਾਜੇ ਹਾਥੀ ਬਹੁਤ ਸ਼ਰਧਾ ਨਾਲ ਉਹਦਾ ਸਵਾਗਤ ਕਰਿਆ ਤੇ ਨਾਲ ਹੀ ਉਹਨਾਂ ਨੂੰ ਕਹਿਤਾ ਵੀ ਉਹਨੂੰ ਉੱਥੇ ਠਹਿਰਾਓ ਵਿਸ਼ਰਾਮ ਘਰ 'ਚ, ਫਿਰ ਮੈਨੂੰ ਦੱਸਿਓ। ਉਹ ਪ੍ਰਬੰਧਕ ਗਏ, ਉਹ ਕਹਿੰਦੇ ਰਾਜਨ ਮਹਾਰਾਜ ਬਈ ਸੁਖਦੇਵ ਮੁਨੀ ਤੁਹਾਨੂੰ ਮਿਲਣ ਲਈ ਨਹੀਂ, ਉਹ ਤੁਹਾਡਾ ਸੇਵਕ ਬਣਨ ਲਈ ਆਇਆ, ਉਹ ਤੁਹਾਡੀ ਸ਼ਰਨ ਵਿੱਚ ਆਇਆ ਵਾ। ਜਨਕ ਕਹਿੰਦੇ ਵੀ ਠੀਕ ਹੈ, ਫਿਰ ਉਹਨੂੰ ਕਹੋ ਵੀ ਸੇਵਕ ਬਣਨਾ ਤਾਂ ਸੇਵਕਾਂ ਵਾਂਗੂ ਆ, ਇਹ ਤਾਂ ਮੈਂ ਰਿਸ਼ੀ ਵੇਦ ਵਿਆਸ ਦਾ ਪੁੱਤਰ ਜਾਣ ਕੇ ਉਹਦਾ ਸਨਮਾਨ ਕਰਿਆ। ਖੱਟ ਸ਼ਾਸਤਰੀ ਪੰਡਿਤ ਹੈ ਤੇ ਨਾਲ ਗੁਣੀ ਗਿਆਨੀ ਹੈ, ਉਹਦਾ ਹੀ ਸਨਮਾਨ ਕਰਿਆ। ਜੇ ਉਹਨੇ ਸਿੱਖ ਬਣਨਾ ਫਿਰ ਸੇਵਕ ਬਣ ਕੇ ਆਵੇ, ਲੈਣ 'ਚ ਲੱਗ ਜੇ। ਗੁਰੂ ਪਿਆਰਿਓ, ਸੁਖਦੇਵ ਪੰਗਤ ਦੇ ਵਿੱਚ ਲੱਗ ਗਿਆ ਜਦੋਂ ਜਨਕ ਨੂੰ ਮਿਲਣ ਆਉਂਦੇ ਸੀ। ਜਨਕ ਜੀ ਨੇ ਕੀ ਕਰਿਆ, ਰੋਜ਼ਾਨਾ ਜਦੋਂ ਸੁਖਦੇਵ ਦੀ ਵਾਰੀ ਆਇਆ ਕਰੇ ਉਦੋਂ ਕਹਿ ਲਿਆ ਕਰਨ ਬਸ ਬਈ ਕੱਲ੍ਹ ਕੋਈ ਮਿਲਾਂਗੇ। ਸੱਤ ਦਿਨ ਸੁਖਦੇਵ ਪੰਗਤ ਦੇ ਵਿੱਚ ਖੜ ਕੇ ਉਡੀਕ ਕਰਦਾ ਰਿਹਾ। ਸੱਤਵੇਂ ਦਿਨ ਜਨਕ ਜੀ ਮਿਲੇ। ਹਾਂ, ਸੁਖਦੇਵ ਆ ਬਈ, ਉਹਨੇ ਸਤਿਕਾਰ ਨਾਲ ਨਮਸਕਾਰ ਕਰੀ ਤੇ ਨਾਲ ਬੇਨਤੀ ਕਰਤੀ। ਉਹ ਕਹਿੰਦਾ ਮਹਾਰਾਜ ਮੈਂ ਆਇਆ ਤਾਂ ਤੁਹਾਡਾ ਸੇਵਕ ਬਣਨਾ, ਪਰ ਮੈਨੂੰ ਇੱਕ ਮਨ ਦੇ ਵਿੱਚ ਭਰਮ ਹੈ, ਭੁਲੇਖਾ ਹੈ। ਉਹ ਕਹਿੰਦੇ ਵੀ ਦੱਸ। ਉਹ ਕਹਿੰਦਾ ਜੀ ਆਉਣ ਸਾਰ ਮੇਰਾ ਬੜਾ ਗਰਮ ਜੋਸ਼ੀ ਨਾਲ ਸਵਾਗਤ ਕਰਿਆ, ਹੁਣ ਤੁਸੀਂ ਸੱਤ ਦਿਨ ਮੈਨੂੰ ਲੈਣ 'ਚ ਖੜਿਆ ਰੱਖਿਆ, ਵੀ ਇਹ ਕੀ ਕਾਰਨ ਹੈ? ਉਹ ਕਹਿੰਦੇ ਵੀ ਪਿਆਰਿਆ, ਉਹ ਅਸੀਂ ਰਿਸ਼ੀ ਵੇਦ ਵਿਆਸ ਦੇ ਸਪੁੱਤਰ ਤੇ ਖੱਟ ਸ਼ਾਸਤਰੀ ਪੰਡਿਤ ਸੁਖਦੇਵ ਮੁਨੀ ਦਾ ਸਤਿਕਾਰ ਕਰਿਆ ਤੇ ਤੂੰ ਸਾਡੇ ਕੋਲੇ ਸੇਵਕ ਬਣਨਾ ਆ, ਫਿਰ ਸੇਵਕ ਬਣਨ ਵਾਸਤੇ ਤਾਂ ਮਰਜ਼ਾਦਾ ਵਾ, ਹੁਣ ਦੱਸ। ਉਹ ਕਹਿੰਦਾ ਮਹਾਰਾਜ ਮੈਂ ਆਪਦਾ ਭਰਮ ਤੁਹਾਡੇ ਸਨਮੁੱਖ ਰੱਖਣਾ। ਉਹ ਕਹਿੰਦੇ ਵੀ ਦੱਸ। ਕਹਿੰਦਾ ਜੀ ਮੈਨੂੰ ਸ਼ੰਕਿਆ ਹੋ ਗਈ ਵੀ ਤੁਸੀਂ ਰਾਜੇ ਹੋ ਤੇ ਮੈਨੂੰ ਗੁਰੂ ਵਾਲਾ ਗਿਆਨ ਕਿਵੇਂ ਦੇਵੋਗੇ? ਉਹ ਕਹਿੰਦੇ ਕੋਈ ਗੱਲ ਨਹੀਂ ਬਈ ਸੁਖਦੇਵ ਤੇਰਾ ਇਹ ਵੀ ਭਰਮ ਕੱਢਾਂਗੇ, ਕਿਤੇ ਸਮਾਂ ਆ ਗਿਆ। ਸੁਖਦੇਵ ਨੂੰ ਕਹਿੰਦੇ ਵੀ ਸੁਖਦੇਵ ਹੁਣ ਇਉਂ ਹੈ, ਜੇ ਤਾਂ ਤੂੰ ਸੱਚੀ ਗੁਰੂ ਧਾਰਨ ਕਰਕੇ ਸ਼ਬਦ ਪ੍ਰਾਪਤ ਕਰਨਾ ਫਿਰ ਕਰਮ ਕਰਨਾ ਪਊ। ਉਹ ਕਹਿੰਦਾ ਜੀ ਹੁਕਮ ਕਰੋ। ਉਹ ਕਹਿੰਦੇ ਵੀ ਉਹ ਲੰਗਰ 'ਚ ਚਲਿਆ ਜਾ, ਬਸ ਬਰਤਨ ਸਾਫ਼ ਕਰਨ ਲੱਗ ਜਾ, ਜਦੋਂ ਸੇਵਾ ਸਮਾਪਤ ਹੋਵੇ ਉਦੋਂ ਹਟਣਾ, ਜਦੋਂ ਸ਼ੁਰੂ ਹੋ ਜੇ ਲੱਗ ਜਾਣਾ। ਸੱਤ ਬਚਨ ਜੀ। ਤੇ ਨਾਲ ਹੀ ਸੁਖਦੇਵ ਕਹਿੰਦਾ ਮਹਾਰਾਜ ਇੱਕ ਮੈਂ ਭੇਟਾ ਲੈ ਕੇ ਆਇਆ, ਇਹ ਪ੍ਰਵਾਨ ਕਰ ਲਓ। ਉਹ ਕਹਿੰਦੇ ਵੀ ਪ੍ਰਵਾਨ ਭੇਟਾ ਉਦੋਂ ਕਰਾਂਗੇ ਜਦੋਂ ਤੈਨੂੰ ਸ਼ਬਦ ਦੇਣਾ ਹੋਇਆ। ਉਹ ਕਹਿੰਦਾ ਜੀ ਫਿਰ ਮੈਥੋਂ ਗੁੰਮ ਨਾ ਹੋ ਜੇ, ਸਾਂਭ ਲਓ। ਉਹ ਕਹਿੰਦੇ ਹਾਂ ਇਹ ਠੀਕ ਹੈ, ਲਿਆ। ਉਹਨੇ ਉਹ ਡੱਬੀ ਕੱਢੀ ਜਿਹਦੇ ਵਿੱਚ ਪਾਰਸ ਮਣੀ ਸੀ, ਫੜਾਤੀ ਜਨਕ ਨੂੰ। ਜਨਕ ਜੀ ਨੇ ਆਵਾਜ਼ ਮਾਰੀ, ਜੰਗੀਰ ਦਾਸ ਹਾਂ ਹਜ਼ੂਰ।
ਉਹਨਾਂ ਦਾ ਰਸੋਈਆ ਭੰਡਾਰੀ ਲਾਂਗਰੀ ਸੀ, ਉਹਦਾ ਨਾਂ ਜੰਗੀਰ ਦਾਸ ਸੀ। ਉਹਨੂੰ ਕਹਿੰਦੇ ਲੈ ਵੀ ਸਿੱਖਾ ਆ ਭੇਟਾ, ਇਹਦੀ ਇਹ ਸਾਂਭ ਕੇ ਰੱਖ, ਜਿੱਦੇ ਇਹਨੂੰ ਲੋੜ ਪਈ ਆਪਾਂ ਦੇਵਾਂਗੇ ਸਤ ਬਚਨ ਜੀ। ਪਿਆਰਿਓ ਸੁਖਦੇਵ ਮੁਨੀ ਗੁਰੂ ਲੰਗਰ ਵਿੱਚ ਸੇਵਾ ਕਰਨ ਲੱਗ ਗਿਆ ਬਰਤਨਾਂ ਦੀ। ਪਰ ਜਿਹੜੇ ਲੋਕ ਨੇ ਇਹ ਅਲੱਗ ਪੇਪਰ ਲੈਂਦੇ ਆ, ਦੁਨੀਆ ਕਹਿੰਦੀ ਓਏ ਐਡਾ ਵੱਡਾ ਗਿਆਨੀ, ਕਿੱਡਾ ਵੱਡਾ ਵਿਦਵਾਨ, ਰਿਸ਼ੀ ਵੇਦ ਵਿਆਸ ਦਾ ਪੁੱਤਰ, ਓਏ ਇੱਥੇ ਜਨਕ ਦੇ ਲੰਗਰ 'ਚ ਭਾਂਡੇ ਮਾਂਜੀ ਜਾਂਦਾ, ਇਹਨੂੰ ਤੱਤ ਵਿਗਿਆਨ ਹੋ ਗਿਆ ਕਿ ਬਖੰਡੀ ਬਣ ਗਿਆ, ਸੱਚੀ ਸੇਵਾ ਕਰਦਾ ਕਿ ਵਿਖਾਵਾ ਕਰਦਾ। ਪਿਆਰਿਓ ਸੇਵਾ ਦਾ ਵੀ ਪੱਖ ਹੈ, ਕਈ ਲੋਕ ਸੱਚੀ ਸੇਵਾ ਕਰਦੇ ਆ ਤੇ ਕਈ ਲੋਕ ਦਿਖਾਉਣ ਲਈ ਵੀ ਕਰਦੇ ਆ ਵੀ ਅਗਲਾ ਕਹੂ ਫਲਾਨਾ ਬੜੀ ਸੇਵਾ ਕਰਦਾ। ਖਿਮਾ ਕਰਨਾ, ਕਰੋ ਸੇਵਾ ਜਿਵੇਂ ਮਰਜ਼ੀ, ਪਰ ਸੇਵਾ ਦਾ ਮਹਾਤਮ ਤਾਂ ਹੈ, ਪਰ ਜਿਹੜੀ ਦਿਖਾਵੇ ਲਈ ਹੈ ਉਹਦਾ ਥੋੜ੍ਹਾ ਕੰਮ ਹੁੰਦਾ। ਉਹ ਕਹਿੰਦੇ ਵੀ ਆਪਾਂ ਇਹਦਾ ਇਮਤਿਹਾਨ ਲਓ, ਮਹਾਤਮਾ ਮੰਡਲੀਆਂ ਆਉਂਦੀਆਂ ਜਨਕ ਦੇ ਕੋਲ ਮਿਲਣ, ਦਰਸ਼ਨ ਕਰਨ, ਬਚਨ ਕਰਨ, ਪ੍ਰਸ਼ਾਦਾ ਪਾਣੀ ਛਕ ਕੇ ਭੰਡਾਰੇ ਵਿੱਚੋਂ ਫਿਰ ਚਾਲੇ ਪਾ ਦਿੰਦੇ। ਉਹ ਛੋਟੇ ਛੋਟੇ ਬੱਚੇ ਸੀ ਮਹਾਤਮਾ ਮਹਾਂਪੁਰਸ਼ਾਂ ਦਾ। ਉਹ ਕਹਿੰਦੇ ਲਓ ਵੀ ਇਹਦਾ ਇਮਤਿਹਾਨ, ਇਉਂ ਕਰੋ ਬੱਚਿਓ, ਆਹ ਪੱਤਲਾਂ ਬਰਤਨ ਰੱਖ ਦਿਓ ਸੁਖਦੇਵ ਦੇ ਮੂਹਰੇ ਤੇ ਪੱਤਲਾਂ ਉਹਦੇ ਸਿਰ 'ਤੇ ਮਾਰਨੀਆਂ, ਸਿਰ 'ਤੇ ਛੱਡ ਦਿਓ। ਉਹ ਬੱਚੇ ਵਿਚਾਰੇ ਛੋਟੇ ਛੋਟੇ ਬਚਨ ਮੰਨਿਆ, ਜਾ ਕੇ ਬਰਤਨ ਸੁਖਦੇਵ ਦੇ ਮੂਹਰੇ ਰੱਖ ਤੇ ਪੱਤਲ ਉਹਦੇ ਉੱਤੇ ਸਿੱਟਤੀ। ਤੇ ਇੱਕ ਮਹਾਤਮਾ ਜਾ ਕੇ ਕਹਿੰਦਾ ਸੁਖਦੇਵ ਤੂੰ ਯਾਰ ਐਡਾ ਵੱਡਾ ਗਿਆਨੀ, ਇੰਨਾ ਵਿਦਵਾਨ, ਵੇਦ ਵਿਆਸ ਦਾ ਪੁੱਤਰ, ਤੂੰ ਭਾਂਡੇ ਮਾਂਜਦਾ, ਆਹ ਵੇਖ ਲੋਕ ਤੇਰਾ ਨਿਰਾਦਰ ਕਰਦੇ ਆ ਤੇਰੇ ਤੇ, ਕਹਿੰਦਾ ਪੱਤਲਾਂ ਸੁੱਟ ਗਏ ਇਹ ਬੱਚੇ। ਉਹ ਕਹਿੰਦਾ ਮਹਾਤਮਾ ਜੀ ਇਹ ਪੱਤਲਾਂ ਮਿੱਟੀ ਹੈ, ਆ ਮੇਰਾ ਤਨ ਮਿੱਟੀ ਦਾ, ਆ ਜਿਹੜੇ ਸਿੱਟਣ ਵਾਲੇ ਆ ਇਹ ਮਿੱਟੀ ਦੇ ਆ, ਕੀ ਫਰਕ ਪੈਂਦਾ ਮਿੱਟੀ ਨੂੰ, ਮਿੱਟੀ ਤੇ ਮਿੱਟੀ ਸੁੱਟੀ ਜਾਂਦੇ ਆ। ਉਹ ਮਹਾਤਮਾ ਸਿਰ ਝੁਕਾ ਕੇ ਚਲੇ ਗਏ ਬਈ ਇਹ ਤਾਂ ਤੱਤ ਵੇਤਾ ਹੋ ਗਿਆ, ਤੱਤ ਵਿਗਿਆਨੀ ਹੋ ਗਿਆ। ਪਰ ਪਿਆਰਿਓ ਗਿਆਨ ਤਾਂ ਸੀਗਾ, ਪਰ ਤੱਤ ਵਿਗਿਆਨ ਗੁਰੂ ਤੋਂ ਬਿਨਾਂ ਮਿਲਦਾ ਨਹੀਂ। ਗਿਆਨ ਬਹੁਤ ਵੱਡੀ ਚੀਜ਼ ਹੈ, ਬੇਅੰਤ ਬਖਸ਼ਿਸ਼ਾਂ ਨੇ। ਮਨ ਨੂੰ ਕਾਬੂ ਕਰਨ ਵਾਸਤੇ ਗਿਆਨ ਗੁਰੂ ਤੋਂ ਲੈਣਾ ਪੈਂਦਾ, ਕਿਉਂਕਿ ਕਹਿੰਦੇ ਕੁੰਭੈ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਸੁਖਦੇਵ ਜੀ ਨੇ ਬੇਨਤੀ ਕਰਤੀ ਬਈ ਠੀਕ ਆ ਮਹਾਰਾਜ, ਕੋਈ ਗੱਲ ਨਹੀਂ, ਗੁਰੂ ਦੀ ਸ਼ਰਨ ਚ ਆਏ ਆ, ਪ੍ਰਾਪਤੀ ਕਰਾਂਗੇ। ਪਿਆਰਿਓ ਇਹ ਸੇਵਾ ਚੱਲਦਿਆਂ 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 12 ਸਾਲ ਲੰਘ ਗਏ। ਇੱਕ ਦਿਨ ਜਨਕ ਜੀ ਕਹਿੰਦੇ ਕਥਾ ਕਰਦੇ, ਕਹਿੰਦੇ ਵੀ ਗੁਰੂ ਪਿਆਰਿਓ, ਗੁਰੂ ਸੰਗਤ ਜੇ ਪੂਰਨ ਗੁਰੂ ਹੋਵੇ ਨਾ, ਉਹ ਆਪਦੇ ਸਿੱਖਾਂ ਦੇ ਭਰਮ ਭੁਲੇਖੇ ਤੋੜ ਦਿੰਦਾ, ਸਾਰੇ ਦੂਰ ਕਰ ਦਿੰਦਾ। ਸੁਖਦੇਵ ਨੇ ਸੋਚਿਆ ਵੀ ਗੁਰੂ ਜੀ ਤਾਂ ਨਾ ਹੀ ਨਹੀਂ ਲੈਂਦਾ, ਜਨਕ ਤਾਂ ਯਾਰ ਸ਼ਬਦ ਦੇਣ ਦਾ 12 ਸਾਲ ਲੰਘ ਗਏ। ਹੱਥ ਧੋ ਕੇ ਉੱਠਿਆ, ਸਟੇਜ ਕੋਲੇ ਜਾ ਖੜਿਆ ਤੇ ਜਨਕ ਜੀ ਨੇ ਦੇਖ ਲਿਆ ਵੀ ਅੱਜ ਸੁਖਦੇਵ ਆ ਗਿਆ ਤੇ ਚਲੋ ਇਹਦੇ ਮਨ ਦਾ ਭਰਮ ਹੈ ਨਿਕਲ ਜੂਗਾ ਅੱਜ। ਉਹ ਆ ਕੇ ਜਨਕ ਜੀ ਨੂੰ ਕਹਿੰਦਾ ਜਨਕ ਜੀ ਮਹਾਰਾਜ ਇੱਕ ਬੇਨਤੀ ਕਰਨੀ ਹੈ। ਉਹ ਕਹਿੰਦੇ ਵੀ ਹਾਂ ਸੁਖਦੇਵ ਬੋਲ। ਉਹ ਕਹਿੰਦਾ ਜੀ ਤੁਸੀਂ ਮਹਾਰਾਜ ਕਥਾ ਕਰਦਿਆਂ ਕਿਹਾ ਵੀ ਜਿਹੜਾ ਪੂਰਾ ਗੁਰੂ ਹੈ ਉਹ ਸਿੱਖਾਂ ਦੇ ਭਰਮ ਭੁਲੇਖੇ ਕੱਟ ਦਿੰਦਾ। ਉਹ ਕਹਿੰਦੇ ਵੀ ਹਾਂ। ਉਹ ਕਹਿੰਦਾ ਮਹਾਰਾਜ ਗੁੱਸਾ ਤਾਂ ਨਹੀਂ ਕਰਦੇ? ਉਹ ਕਹਿੰਦੇ ਵੀ ਨਾ ਸੁਖਦੇਵ, ਗੁੱਸਾ ਕਾਹਦਾ, ਦੱਸ ਬੇਟਾ ਕੀ ਗੱਲ ਹੈ। ਉਹ ਕਹਿੰਦਾ ਮੈਨੂੰ 12 ਸਾਲ ਹੋ ਗਏ ਤੁਹਾਡੀਆਂ ਕੌਲੀਆਂ ਮਾਂਜੀ ਜਾਂਦਾ ਤੇ ਮੇਰਾ ਭਰਮ ਨਹੀਂ ਕੱਟਿਆ, ਤੂੰ ਪੂਰਾ ਗੁਰੂ ਨਹੀਂ ਕਿ ਮੈਂ ਚੇਲਾ ਨਹੀਂ ਪੂਰਾ? ਉਹ ਕਹਿੰਦੇ ਵੀ ਇਹ ਤਾਂ ਪਰਖ ਕਰਨੀ ਪਊਗੀ, ਆਪਾਂ ਦੇਖ ਲੈਂਦੇ ਹਾਂ ਮੇਰੇ 'ਚ ਕਮੀ ਆ ਕੋਈ ਕਿ ਤੇਰੇ 'ਚ ਕਮੀ ਆ। ਜਨਕ ਨੇ ਹੁਕਮ ਕਰਿਆ ਵੀ ਲਿਆਓ ਜੰਗੀਰਦਾਸ ਨੂੰ। ਆ ਗਿਆ ਹਾਂ ਮਹਾਰਾਜ। ਉਹ ਕਹਿੰਦੇ ਵੀ ਜਾ ਤੈਨੂੰ ਉਹ ਡੱਬੀ ਦਿੱਤੀ ਸੀ ਇੱਕ ਸੁਖਦੇਵ ਨੇ ਫੜਾਈ ਸੀ। ਉਹ ਕਹਿੰਦਾ ਮਹਾਰਾਜ ਉਵੇਂ ਹੀ ਪਈ ਆ, ਤੈਨੂੰ ਲਿਆ ਚੱਕ ਕੇ ਲਿਆਇਆ। ਉਹਨੇ ਫੜਾਉਣ ਲੱਗਿਆ ਜਨਕ ਜੀ ਨੂੰ, ਕਹਿੰਦੇ ਨਾ ਇਹਨੂੰ ਫੜਾ ਸੁਖਦੇਵ ਨੂੰ। ਸੁਖਦੇਵ ਨੂੰ ਡੱਬੀ ਫੜਾਤੀ। ਉਹ ਕਹਿੰਦੇ ਸੁਖਦੇਵ ਦੱਸ ਬਈ ਇਹਦੇ 'ਚ ਕੀ ਆ? ਉਹਨੇ ਡੱਬੀ ਖੋਲ੍ਹੀ, ਇੱਕ ਪਾਰਸ ਦੀ ਬੱਟੀ ਚੱਕੀ। ਉਹ ਕਹਿੰਦਾ ਮਹਾਰਾਜ ਇਹ ਪਾਰਸ ਬੱਟੀ ਹੈ।
ਉਹ ਕਹਿੰਦੇ ਵੀ ਇਹ ਕੀ ਕਰਦੀ ਹੈ ਉਹ ਕਹਿੰਦਾ ਜੀ ਇਹ ਲੋਹੇ ਨੂੰ ਤਾਂਬੇ ਨੂੰ ਚਾਂਦੀ ਨੂੰ ਪਿੱਤਲ ਨੂੰ ਕਿਸੇ ਨੂੰ ਲਾ ਦਿਓ ਸੋਨਾ ਕਰ ਦਿੰਦੀ ਹੈ ਉਹ ਕਹਿੰਦੇ ਵਾਹ ਫਿਰ ਤਾਂ ਬੜੀ ਕੀਮਤੀ ਆ ਵੀ ਦਿਖਾ ਮੈਨੂੰ ਜਨਕ ਜੀ ਮਹਾਰਾਜ ਨੇ ਬੱਟੀ ਫੜ ਲਈ ਤੇ ਉਹਨੂੰ ਕਹਿੰਦੇ ਵੀ ਆਹ ਥੱਲੇ ਕੀ ਆ ਉਹ ਕਹਿੰਦਾ ਜੀ ਥੱਲੇ ਕਨਾਤਰਾਂ ਨੇ ਕੱਟ ਕੇ ਨਾ ਲੋਹੇ ਦੀਆਂ ਤਾਂਬੇ ਪਿੱਤਲ ਦੀਆਂ ਥੋੜੀਆਂ ਥੋੜੀਆਂ ਕੰਤਰਾਂ ਰੱਖੀਆਂ ਹੋਈਆਂ ਉਹ ਕਹਿੰਦੇ ਇਹ ਕਾਹਦੇ ਵਾਸਤੇ ਉਹ ਕਹਿੰਦਾ ਜੀ ਵੀ ਇਹ ਦਿਖਾਉਣ ਵਾਸਤੇ ਵੀ ਬੱਟੀ ਸਹੀ ਆ ਸੋਨਾ ਕਰਦੀ ਹੈ ਉਹ ਕਹਿੰਦੇ ਲਿਆ ਕਨਾਤਰਾਂ ਉਹ ਕੰਤਰਾਂ ਜਦੋਂ ਫੜਾਈਆਂ ਉਹ ਕਹਿੰਦੇ ਉਹ ਸੁਖਦੇਵ ਸਾਡੇ ਨਾਲ ਹੀ ਚਲਾਕੀ ਹੋਏ ਨਾਲੇ ਗੁਰੂ ਧਾਰਨਾ ਤੇ ਨਾਲੇ ਆ ਬੱਟੀ ਜਾਲੀ ਡੁਪਲੀਕੇਟ ਲਈ ਫਿਰਦਾ ਉਹ ਕਹਿੰਦਾ ਮਹਾਰਾਜ ਬੱਟੀ ਡੁਪਲੀਕੇਟ ਨਹੀਂ ਉਹ ਕਹਿੰਦੇ ਜੇ ਡੁਪਲੀਕੇਟ ਨਹੀਂ ਫਿਰ ਆ ਡੱਬੀ ਚ ਪਈਆਂ ਕਿਹੜੇ ਵੇਲੇ ਦੀਆਂ ਤੇ ਸੋਨੇ ਦੀਆਂ ਨਹੀਂ ਹੋਈਆਂ ਉਹ ਸੁਖਦੇਵ ਕਹਿੰਦਾ ਮਹਾਰਾਜ ਬੱਟੀ ਤਾਂ ਸਹੀ ਆ ਕਾਰਨ ਹੈ ਉਹ ਕਹਿੰਦੇ ਦੱਸ ਕੀ ਕਾਰਨ ਹੈ ਉਹ ਕਹਿੰਦਾ ਜੀ ਕਿਰਪਾ ਕਰੋ ਮੈਨੂੰ ਬੱਟੀ ਦੇਵੋਗੇ ਉਹ ਕਹਿੰਦੇ ਲੈ ਉਹਨੇ ਦੇਤੀ ਜਨਕ ਜੀ ਨੇ ਉਹਨੇ ਇੱਕ ਕੰਤਰ ਚੱਕੀ ਲੋਹੇ ਦੀ ਐਂ ਨਾਲ ਲਾ ਕੇ ਕਹਿੰਦਾ ਆਹ ਲਓ ਜੀ ਸੋਨਾ ਬਣ ਗਿਆ ਉਹ ਕਹਿੰਦੇ ਵੀ ਬੱਟੀ ਤਾਂ ਤੇਰੀ ਸਹੀ ਹੈ ਪਰ ਕਹਿੰਦੇ ਸੁਖਦੇਵ ਇਹ 12 ਸਾਲ ਹੋ ਗਏ ਸਾਡੇ ਕੋਲੇ ਪਈ ਨੂੰ ਇਹਨੇ ਬਈ ਸੋਨਾ ਕਿਉਂ ਨਹੀਂ ਕਰਿਆ ਉਹ ਕਹਿੰਦਾ ਮਹਾਰਾਜ ਸੋਨਾ ਤਾਂ ਕਰਦੀ ਜੇ ਇਹਦੇ ਵਿੱਚੋਂ ਕਾਗਜ਼ ਦੀ ਤਹਿ ਨਿਕਲਦੀ ਇਹਦੇ 'ਚ ਕਾਗਜ਼ ਦੀ ਤਹਿ ਆ ਸਪਰਸ਼ ਨਹੀਂ ਹੋਇਆ ਤੇ ਜੇ ਸਪਰਸ਼ ਹੋ ਗਿਆ ਸੋਨਾ ਕਰਤਾ ਮਹਾਰਾਜ ਕਹਿੰਦੇ ਵਾਹ ਤੇਰੇ ਸੁਖਦੇਵ ਤੂੰ ਤੇ ਤੇਰੀ ਬੱਟੀ ਦੋਨੋਂ ਇੱਕੋ ਜਿਹੀ ਹੈ ਇਹਦੇ 'ਚ ਵੀ ਕਾਗਜ਼ ਦੀ ਤਹਿ ਫਸੀ ਆ ਤੇਰੇ 'ਚ ਵੀ ਫਸੀ ਆ ਤੇਰੇ 'ਚ ਇਹ ਆ ਵੀ ਮੈਂ ਸੁਖਦੇਵ ਮੁਨੀ ਖੱਟ ਸ਼ਾਸਤਰੀ ਪੰਡਿਤ ਰਿਸ਼ੀ ਵੇਦ ਵਿਆਸ ਦਾ ਪੁੱਤਰ ਮੈਂ ਕੱਢਾਂ ਉਹ ਕਹਿੰਦਾ ਸੱਤ ਬਚਨ ਜੀ ਮਹਾਰਾਜ ਕਿਵੇਂ ਕੱਢਾਂ ਜੇ ਮੈਂ ਕੱਢ ਲੈਂਦਾ ਫਿਰ ਤੁਹਾਡੇ ਕੋਲੇ ਕੀ ਲੈਣ ਆਉਣਾ ਸੀਗਾ ਹੁਣ ਜਿਵੇਂ ਮੈਂ ਕਾਗਜ਼ ਕੱਢ ਕੇ ਲਾਤੀ ਕੰਤਰ ਹੋ ਗਿਆ ਸੋਨਾ ਕੱਢੋ ਮੇਰਾ ਕਾਗਜ਼ ਤੁਸੀਂ ਮੇਰੇ ਵਾਲੀ ਡੱਬੀ ਤੁਹਾਡੇ ਹੱਥ 'ਚ ਹੈ ਬਣਾਓ ਸੋਨਾ ਮੈਨੂੰ ਪਰ ਗੁਰੂ ਪਿਆਰਿਓ ਜਨਕ ਜੀ ਨੇ ਸੁਖਦੇਵ ਮੁਨੀ ਨੂੰ ਸ਼ਬਦ ਦਿੱਤਾ ਕਾਹਦਾ ਪਰਮੇਸ਼ਵਰ ਦਾ ਨਮਸਕਾਰ ਹੈ ਆਦ ਓਂਕਾਰ ਤਾਈ ਜਾਚਕ ਬਰਮਾ ਵਿਸ਼ਨ ਮਹੇਸ਼ ਜੀ ਦੇ ਨਹੀਂ ਆਪਣੇ ਭੇਦ ਨੂੰ ਖੋਲਦਾ ਉਹ ਨਵੇਂ ਨਾਮ ਉਚਾਰਦਾ ਸ਼ੇਸ਼ ਜੀ ਦੇ ਅਸਾਰੀ ਕੁਦਰਤ ਤੇ ਅਧਿਕਾਰ ਜੀ ਦਾ ਭਾਣੇ ਵਿੱਚ ਨੇ ਸਸੀ ਦਨੇਸ਼ ਜੀ ਦੇ ਜਾਵਾਂ ਮੈਂ ਬਲਿਹਾਰ ਦਰਬਾਰ ਸਿੰਘਾ ਸੁਣੇ ਸਤਿਗੁਰਾਂ ਤੋਂ ਉਪਦੇਸ਼ ਜੀ ਦੇ ਨਿਰੰਕਾਰ ਦੇ ਨਾਮ ਦਾ ਮਹਾਤਮ ਦਿੱਤਾ ਸ਼ਬਦ ਕਰਿਆ ਹੁਣ ਨਾਲ ਗਿਆਨ ਕਰਿਆ ਕਿਹੜਾ ਗਿਆਨ ਕਰਿਆ ਜਿਹੜਾ ਜਨਕ ਨੂੰ ਅਸ਼ਟਾਵਕਰ ਨੇ ਕਰਿਆ ਸੀ ਇਹ ਹੀ ਜਨਕ ਨਾਲ ਵੀ ਕੁੰਡੀ ਉੜੀ ਵੀ ਸੀਗੀ ਹੁਣ ਫਿਰ ਪਿੱਛੇ ਤਾਂ ਨਹੀਂ ਜਾਣਾਂਗਾ ਪਰ ਵਿਚਾਰ ਕਰੀਏ ਬਈ ਜਨਕ ਨੂੰ ਅਸ਼ਟਾਵਕਰ ਰਿਸ਼ੀ ਨੇ ਗਿਆਨ ਕਰਿਆ ਸੀ ਇੱਕ ਅਸ਼ਟਾਵਕਰੀ ਗੀਤਾ ਬਣਦੀ ਹੈ ਇੱਥੇ ਬਹੁਤ ਵਿਦਵਾਨ ਬੈਠੇ ਆ ਮੈਨੂੰ ਨਜ਼ਰ ਆ ਰਹੇ ਆ ਜਦੋਂ ਝਾਕਦਾ ਨਾ ਬੜਾ ਮੈਂ ਧੰਨਵਾਦੀ ਹਾਂ ਉਹਨਾਂ ਸੱਜਣ ਪੁਰਸ਼ਾਂ ਦਾ ਜਿਹੜੇ ਸਤਸੰਗ ਦੇ ਵਿੱਚ ਸ਼ਾਮਿਲ ਹੋਏ ਤੇ ਆਪ ਸੁਣਾਉਣ ਵਾਲੇ ਆ ਆਪ ਵਿਚਾਰਾਂ ਕਰਦੇ ਨੇ ਕਥਾ ਕਰਦੇ ਆ ਰਾਗੀ ਨੇ ਢਾਡੀ ਨੇ ਕਵਿਸ਼ਰ ਨੇ ਕੀਰਤਨੀਏ ਆ ਕਥਾ ਵਾਚਕ ਬਹੁਤ ਇੱਥੇ ਸੱਜਣ ਪੁਰਸ਼ ਬੈਠੇ ਆ ਤੇ ਪਿਆਰਿਓ ਇਹ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਨੇ ਅਸ਼ਟਾਵਕਰ ਦੀ ਗੀਤਾ ਵਾ ਇਹ ਵਿਦਵਾਨ ਲੋਕ ਪੜ੍ਹਦੇ ਆ ਉਹਦੇ ਵਿੱਚੋਂ ਸਾਰਾ ਗਿਆਨ ਆ ਜਿਹੜਾ ਅਸ਼ਟਾਵਕਰ ਨੇ ਜਨਕ ਨੂੰ ਕਰਿਆ ਸੀ ਉਹੀ ਗਿਆਨ ਜਨਕ ਨੇ ਸੁਖਦੇਵ ਮੁਨੀ ਨੂੰ ਕਰਿਆ ਇੱਥੇ ਮਹਾਰਾਜ ਜੀ ਕਹਿੰਦੇ ਸੱਚੇ ਪਾਤਸ਼ਾਹ ਜਪਿਓ ਨਾਮ ਸੁਖ ਜਨਕ ਗੁਰੂ ਬਚਨੀ ਕਹਿੰਦੇ ਸੁਖਦੇਵ ਨੇ ਗੁਰੂ ਜਨਕ ਦਾ ਬਚਨ ਮੰਨ ਕੇ ਵਾਹਿਗੁਰੂ ਦੇ ਨਾਮ ਦਾ ਜਾਪ ਕਰਿਆ ਪ੍ਰਭੂ ਦੀ ਭਗਤੀ ਕਰੀ ਸਿਮਰਨ ਕਰਿਆ ਹਰ ਹਰ ਸ਼ਰਨ ਪਰੇ ਕਹਿੰਦੇ ਸਿਮਰਨ ਇੰਨਾ ਕਰਿਆ ਮਨ ਜੋੜ ਕੇ ਆਤਮਕ ਤੌਰ ਤੇ ਗੁਰੂ ਦੀ ਸ਼ਰਨ ਚ ਆ ਗਿਆ ਆਪਾਂ ਤਿੰਨ ਵਚਨ ਕਰੇ ਸੀ ਕੱਲ ਇੱਕ ਤਨ ਦੀ ਸ਼ਰਨ ਇੱਕ ਮਨ ਦੀ ਸ਼ਰਨ ਪੂਰਨ ਸ਼ਰਨ ਆਤਮਕ ਤੌਰ ਤੇ ਹੈ ਇੱਥੇ ਗੁਰੂ ਜੀ ਕਹਿੰਦੇ ਸੁਖਦੇਵ ਆਤਮਕ ਤੌਰ ਤੇ ਮਨ ਕਰਕੇ ਤਨ ਕਰਕੇ ਸਿਮਰਨ ਕਰਦਾ ਕਰਦਾ ਗੁਰੂ ਦੀ ਸ਼ਰਨ ਚ ਪੈ ਗਿਆ
ਹੁਣ ਅੱਗੇ ਕੀ ਕਹਿੰਦੇ ਇੱਕ ਹੋਰ ਦਸਤਾਂਤ ਦਾਲ ਤੇ ਪੰਜ ਸਦਾਮੇ ਮਿਲਿਓ ਭਗਤੀ ਪਾਏ ਤਰੇ ਕਹਿੰਦੇ ਪਿਆਰਿਓ ਜਿਹੜੇ ਭਗਤ ਆ ਨਾ ਇਹ ਭਗਤੀ ਦੇ ਭਾਵ ਨਾਲ ਹੀ ਤਰਦੇ ਆ ਸਦਾਮਾ ਪੰਡਤ ਸੀ ਤੇ ਵਿਦਿਆ ਪੜ੍ਹਦਾ ਸੀ ਪੰਡਤ ਸੰਦੀਪਨ ਕੋਲੇ ਉੱਥੇ ਹੀ ਕ੍ਰਿਸ਼ਨ ਜੀ ਨੂੰ ਦਾਖਲਾ ਮਿਲ ਗਿਆ ਪੰਡਤ ਸੰਦੀਪਨ ਦੇ ਸਕੂਲ ਚ ਸੰਦੀਪਨ ਨੂੰ ਜਦੋਂ ਮਿਲੇ ਨਾ ਕ੍ਰਿਸ਼ਨ ਜੀ ਉਹਨੇ ਨਮਸਕਾਰ ਕਰੀ ਕ੍ਰਿਸ਼ਨ ਉਹਨੂੰ ਕਹਿੰਦਾ ਪੰਡਿਤ ਸੰਦੀਪਨ ਨੂੰ ਕਹਿੰਦਾ ਗੁਰੂ ਜੀ ਮੈਂ ਤਾਂ ਇੱਥੋਂ ਵਿਦਿਆ ਪ੍ਰਾਪਤ ਕਰਨ ਆਇਆ ਤੇ ਤੂੰ ਮੇਰੇ ਪੈਰਾਂ ਨੂੰ ਹੱਥ ਲਾਈ ਜਾਂਦਾ ਪੈਰੀ ਹੱਥ ਤਾਂ ਤੇਰੇ ਮੈਂ ਲਾਉਣਾ ਉਹ ਕ੍ਰਿਸ਼ਨ ਨੂੰ ਕਹਿੰਦਾ ਕ੍ਰਿਸ਼ਨ ਮੈਨੂੰ ਪਤਾ ਹੈ ਤੂੰ ਅਵਤਾਰ ਆਇਆ ਵਾ ਪ੍ਰਭੂ ਨੇ ਤੇਰੀ ਡਿਊਟੀ ਲਾ ਕੇ ਭੇਜਿਆ ਬੇਸ਼ੱਕ ਤੇਰੀ ਉਮਰ ਥੋੜੀ ਹੈ ਅੱਜ ਤਾਂ ਕਹਿੰਦਾ ਰੱਬ ਮੇਰੇ ਘਰੇ ਆਇਆ ਮੈਂ ਪੈਰੀ ਹੱਥ ਲਾਊਂਗਾ ਤੇ ਫਿਰ ਕੋਈ ਗੱਲ ਨਹੀਂ ਗੁਰੂ ਚੇਲੇ ਵਾਲੀ ਰੀਤ ਨਿੱਤ ਚੱਲਣੀ ਹੈ ਤੂੰ ਲਾਈ ਚੱਲੀ ਇਹ ਤਾਂ ਮਰਜ਼ਾਦਾ ਵਾ ਪਰ ਅੱਜ ਤਾਂ ਮੈਂ ਹੀ ਲਾਊਂਗਾ ਸੰਦੀਪਨ ਜੀ ਨੇ ਸਤਿਕਾਰ ਕਰਿਆ ਔਰ ਕਹਿੰਦਾ ਕ੍ਰਿਸ਼ਨ ਨੂੰ ਕਹਿੰਦਾ ਲਓ ਜੀ ਆਪਣੇ ਮਨ ਪਸੰਦ ਦਾ ਕੋਈ ਟਿਕਾਣਾ ਭਾਲ ਲਓ ਗੁਰੂ ਪਿਆਰਿਓ 90,000 ਬੱਚਾ ਪੜ੍ਹਾਇਆ ਪੰਡਿਤ ਸੰਦੀਪਨ ਨੇ ਕੋਈ ਧਨ ਦੌਲਤ ਨਹੀਂ ਸੀ ਲੈਂਦਾ ਬਹੁਤ ਵੱਡਾ ਵਿਦਵਾਨ ਗੁਣੀ ਸੀ ਉਹਦੇ ਸਕੂਲ 'ਚ ਦਾਖਲਾ ਲੈ ਗਏ ਕ੍ਰਿਸ਼ਨ ਜੀ ਜਦੋਂ ਜਾਂਦੇ ਆ ਨਾ ਕੁਰਸੀ ਭਾਲਦੇ ਆ ਵੀ ਮੈਂ ਆਸਣ ਕਿੱਥੇ ਲਾਵਾਂ ਬੈਠਾ ਤੁਰਿਆ ਜਾਂਦਾ ਤੇ ਸਦਾਮਾ ਬੈਠਾ ਉਹਦੇ ਕੋਲੇ ਇੱਕ ਕੁਰਸੀ ਖਾਲੀ ਉਹਨੇ ਗੁੱਟ ਫੜ ਲਿਆ ਕ੍ਰਿਸ਼ਨ ਦਾ ਉਹ ਕਹਿੰਦਾ ਯਾਰ ਤੂੰ ਤਾਂ ਬਹਿਣਾ ਹੀ ਆ ਮੇਰੇ ਕੋਲੇ ਬਹਿ ਜਾ ਨਾਲੇ ਮੈਂ ਤੇਰੀ ਸੇਵਾ ਕਰਿਆ ਕਰੂੰਗਾ ਮੈਨੂੰ ਪਤਾ ਵੀ ਤੂੰ ਕੌਣ ਹੈ ਤੂੰ ਪੜ੍ਹਨ ਕਾਹਨੂੰ ਆਇਆ ਸਾਰਿਆਂ ਨੂੰ ਪੜ੍ਹਾਉਣੇ ਆਇਆ ਮੈਂ ਬਹਿ ਜਾ ਮੇਰੇ ਕੋਲੇ ਨਾਲੇ ਤੇਰੀ ਸੇਵਾ ਕ੍ਰਿਸ਼ਨ ਕਹਿੰਦੇ ਚੱਲ ਭਲਾ ਬੰਦਾ ਯਾਰ ਹੱਥ ਫੜ ਲਿਆ ਤੇ ਬਹਿ ਜਾਂਦੇ ਆਪਾਂ ਉਹ ਕਹਿੰਦੇ ਜੀ ਮੇਰਾ ਆਹੀ ਟਿਕਾਣਾ ਉੱਥੋਂ ਸਦਾਮੇ ਦੀ ਤੇ ਕ੍ਰਿਸ਼ਨ ਦੀ ਮਿੱਤਰਤਾ ਹੋਈ ਇਕੱਠੇ ਕਲਾਸ 'ਚ ਬਹਿਣ ਕਰਕੇ ਸਦਾਮਾ ਪਹਿਲਾਂ ਪੜ੍ਹਦਾ ਸੀ ਸੰਦੀਪਨ ਪੰਡਿਤ ਕੋਲੇ ਕ੍ਰਿਸ਼ਨ ਬਾਅਦ ਵਿੱਚ ਗਏ ਉੱਥੇ ਫਿਰ ਬੈਠ ਗਿਆ ਮਿੱਤਰਤਾ ਪੈ ਗਈ ਰੋਜ਼ਾਨਾ ਪੜ੍ਹਨ ਪੜ੍ਹਾਈ ਦੀਆਂ ਗੱਲਾਂ ਤਾਂ ਦਿਨਾਂ 'ਚ ਹੀ ਪੂਰੀਆਂ ਹੋ ਗਈਆਂ ਕਿਉਂ ਕਿਉਂਕਿ ਜਿਵੇਂ ਨਾ ਪਿਆਰੇ ਉਹ ਵੱਡੇ ਲੋਕ ਕਹਿੰਦੇ ਇੱਕ ਹਮੀਰ ਸਰੋਤੇ ਆ ਹਮੀਰ ਸਰੋਤਾ ਉਹਨੂੰ ਕਹਿੰਦੇ ਆ ਵੀ ਜਿਹੜਾ ਗੱਲ ਸੁਣ ਲਈ ਨਾਲ ਦੀ ਨਾਲ ਹੀ ਪੱਲੇ ਪੈ ਗਏ ਭੁੱਲਦਾ ਨਹੀਂ ਜ਼ਿੰਦਗੀ ਭਰ ਹੁਣ ਕ੍ਰਿਸ਼ਨ ਤਾਂ ਅਵਤਾਰੀ ਪੁਰਸ਼ ਸੀ ਸੰਦੀਪਨ ਜੋ ਪੜ੍ਹਾਵੇ ਨਾਲ ਦੀ ਨਾਲ ਹੀ ਸਾਰਾ ਦਿਨਾਂ 'ਚ ਹੀ ਸਾਰੀ ਪੜ੍ਹਾਈ ਪੂਰੀ ਕਰ ਲਈ ਪਰ ਰਿਹਾ ਸ਼ਰਨ 'ਚ ਉੱਥੇ ਸਦਾਮੇ ਨਾਲ ਮਿੱਤਰਤਾ ਪੈ ਗਈ ਇੱਕ ਦਿਨ ਸੇਵਾ ਹੁੰਦੀ ਲੰਗਰ ਚੱਲਦਾ ਵੀ ਬਾਲਣ ਲੈ ਕੇ ਆਉਣਾ ਡਿਊਟੀ ਨਿਕਲੇ ਆਈ ਸਦਾਮੇ ਦੀ ਵੀ ਚੱਲ ਵੀ ਬਾਲਣ ਲੈਣ ਤੇ ਕ੍ਰਿਸ਼ਨ ਉੱਠ ਕੇ ਸੰਦੀਪਨ ਨੂੰ ਕਹਿੰਦਾ ਗੁਰੂ ਜੀ ਜੇ ਹੁਕਮ ਹੋਵੇ ਵੀ ਇਹ ਪੰਡਿਤ ਹੈ ਮੈਂ ਛਤਰੀ ਹੈ ਮੈਂ ਇਹਦੇ ਨਾਲ ਜਾ ਕੇ ਬਾਲਣ ਇਕੱਠਾ ਕਰਾ ਰਿਹਾ ਵਾਂ ਪੰਡਿਤ ਸੰਦੀਪਨ ਖੁਸ਼ ਹੋ ਗਿਆ ਉਹ ਕਹਿੰਦਾ ਵੇਖੋ ਛਤਰੀ ਹੈ ਤੇ ਕਿੰਨਾ ਪੰਡਿਤਾਂ ਦਾ ਆਦਰ ਹੈ ਇਹਦੇ ਮਨ 'ਚ ਉਹ ਕਹਿੰਦਾ ਵੀ ਜਾਓ ਜ਼ਰੂਰ ਜਾਓ ਜਦੋਂ ਤੁਰਨ ਲੱਗੇ ਤੇ ਸੰਦੀਪਨ ਦੀ ਧਰਮ ਪਤਨੀ ਮਾਤਾ ਨੇ ਦੇਤੇ ਤੰਦਲ ਉਹਨੂੰ ਉਹ ਕਹਿੰਦੀ ਲਓ ਪੁੱਤਰ ਜੇ ਭੁੱਖ ਲੱਗੀ ਰਸਤੇ 'ਚ ਛੱਕ ਦਿਓ ਕਿਉਂਕਿ ਕ੍ਰਿਸ਼ਨ ਪਿਆਰਾ ਬਾਲਾ ਸੀ ਲੀਲਾ ਬੇਅੰਤ ਕਰੀਆਂ ਉਹ ਜਦੋਂ ਬਾਲਣ ਲੈਣ ਗਏ ਕ੍ਰਿਸ਼ਨ ਕਹਿੰਦਾ ਲੈ ਵੀ ਸੱਜਣਾ ਤੂੰ ਥੱਲੇ ਖੜ ਕੇ ਇਕੱਠਾ ਕਰ ਤੇ ਮੈਂ ਤਾਂ ਤੋਂ ਤੋੜ ਤੋੜ ਸੁੱਟਦਾ ਉੱਪਰ ਚੜ ਗਿਆ ਥੱਲੇ ਤੋੜ ਤੋੜ ਸੁੱਟਣ ਲੱਗ ਗਿਆ ਜਦੋਂ ਕਾਫੀ ਬਾਲਣ ਸੁੱਟਤਾ ਉਧਰੋਂ ਸਦਾਮੇ ਦੇ ਮਨ 'ਚ ਆਇਆ ਬਈ ਠੰਡ ਜੀ ਲੱਗਦੀ ਹੈ ਭੁੱਖ ਲੱਗੀ ਹੈ ਚੱਲ ਇੱਕ ਫੱਕਾ ਆਪਾਂ ਤੰਦਰਾਂ ਦਾ ਛੱਕ ਲੈਂਦੇ ਹਾਂ ਉਹਨੇ ਮੂੰਹ 'ਚ ਤੰਦਲ ਪਾ ਲਏ ਉੱਤੋਂ ਆਵਾਜ਼ ਆ ਗਈ ਕਹਿੰਦੇ ਸਦਾਮਿਆਂ ਕਿਉਂ ਵੀ ਹੋ ਗਿਆ ਪੂਰਾ ਉਹ ਬੋਲਿਆ ਹੀ ਨਹੀਂ ਬੋਲੇ ਕੀ ਮੂੰਹ 'ਤੇ ਤਾਂ ਵਿਚਾਰੇ ਜੇ ਤੰਦਲ ਭਰੇ ਵੇ ਸੀਗੇ ਫੇਰ ਆਵਾਜ਼ ਆ ਗਈ ਸਦਾਮੇ ਹੋ ਗਿਆ ਪੂਰਾ ਉਹ ਫੇਰ ਨਾ ਬੋਲਿਆ ਤੀਜੀ ਵਾਰੀ ਕਹਿੰਦੇ ਉਹ ਦਲਿੱਦਰਾ ਬੋਲ ਤਾਂ ਪੈ ਉਹ ਕਹਿੰਦਾ ਜੀ ਹੋ ਗਿਆ ਕੀ ਕਹਿੰਦਾ ਬਾਲਣ ਵੀ ਇਕੱਠਾ ਹੋ ਗਿਆ ਤੁਹਾਡਾ ਬਚਨ ਵੀ ਹੋ ਗਿਆ ਤੇ ਮੈਨੂੰ ਪ੍ਰਸ਼ਾਦ ਵੀ ਮਿਲ ਗਿਆ ਸਾਰਾ ਕੁਛ ਹੀ ਹੋ ਗਿਆ ਕ੍ਰਿਸ਼ਨ ਜੀ ਜਦੋਂ ਥੱਲੇ ਆਏ ਸਦਾਮਾ ਬਰਾਗ 'ਚ ਆ ਗਿਆ ਉਹ ਕਹਿੰਦਾ ਯਾਰ ਤੂੰ ਮੇਰਾ ਸੱਚਾ ਮਿੱਤਰ ਸੀ ਹੁਣ ਤੂੰ ਮੈਨੂੰ ਇਹ ਬਚਨ ਕਰਤਾ ਮੈਨੂੰ ਪਤਾ ਵੀ ਤੇਰਾ ਬਚਨ ਆਲਾ ਨਹੀਂ ਜਾਣਾ ਕ੍ਰਿਸ਼ਨ ਜੀ ਉਹਦਾ ਬਰਾਗ ਦੇਖ ਕੇ ਉਹਨੂੰ ਜੱਫੀ 'ਚ ਲੈ ਕੇ ਕਹਿੰਦੇ ਸਦਾਮੇ
ਜੇ ਚਾਹਵੇ ਮੈਂ ਆਪਦਾ ਬਚਨ ਵਾਪਸ ਲਵਾਂ ਉਹ ਕਹਿੰਦਾ ਨਾ ਮਹਾਰਾਜ ਕਿਉਂ ਲਵੋ ਇਹ ਤਾਂ ਮੇਰੇ ਕਰਮਾਂ ਦਾ ਕੋਈ ਭਾਗਾਂ ਦਾ ਫਲ ਹੈ ਤੁਸੀਂ ਕਿਤੇ ਇਹੋ ਜਿਹੇ ਬਚਨ ਕਰਦੇ ਆ ਪਤਾ ਨਹੀਂ ਮੈਂ ਕਿੰਨਾ ਕੁ ਦੁੱਖ ਸਹਿਣਾ ਸੀਗਾ ਤੇ ਤੁਸੀਂ ਮੇਰੇ ਤੇ ਕਿਰਪਾ ਕਰਕੇ ਚਲੋ ਮੈਨੂੰ ਇਹ ਕਹਿਤਾ ਮਹਾਰਾਜ ਮੈਂ ਨਹੀਂ ਚਾਹੁੰਦਾ ਵੀ ਤੁਹਾਡਾ ਬਚਨ ਵਾਪਸ ਮੁੜੇ ਦਲਿੱਦਰੀ ਮੇਰੇ ਤੇ ਆਵੇ ਮੈਨੂੰ ਕੋਈ ਚਿੰਤਾ ਨਹੀਂ ਪਰ ਇੱਕ ਬਚਨ ਦਿਓ ਉਹ ਕਹਿੰਦੇ ਵੀ ਮੰਗ ਉਹ ਕਹਿੰਦਾ ਜੀ ਦਲਿੱਦਰੀ ਆ ਜਾਵੇ ਜਿੰਨੀ ਮਰਜ਼ੀ ਪਰ ਤੇਰਾ ਤੇ ਮੇਰਾ ਮੇਰਾ ਤੇ ਤੇਰਾ ਪਿਆਰ ਆਈ ਰਹੇ ਯਾਰੀ ਨਾ ਟੁੱਟੇ ਕ੍ਰਿਸ਼ਨ ਕਹਿੰਦੇ ਪੱਕੀ ਗੱਲ ਆਈ ਰਹੋ ਪਿਆਰਿਓ ਸਮਾਂ ਬੀਤਦਾ ਰਿਹਾ ਇੱਕ ਦਿਨ ਆ ਗਿਆ ਸਦਾਮੇ ਤੇ ਵਿਚਾਰੇ ਤੇ ਉਹ ਵਕਤ ਇਸ਼ਨਾਨ ਕਰਨ ਤੋਂ ਵੀ ਰਹਿ ਗਿਆ ਕੱਪੜੇ ਵੀ ਫਟ ਕੇ ਲੋਕ ਸੱਦਰੋਂ ਵੀ ਹਟ ਗਏ ਭੁੱਖ ਮਾਰੀ ਪੈ ਗਈ ਸ਼ਾਦੀ ਪਹਿਲਾਂ ਹੋ ਗਈ ਸੀ ਬੱਚੇ ਹੋ ਗਏ ਸੀ ਤੇ ਘਰੇ ਲੜਾਈ ਝਗੜਾ ਚੱਲਣ ਲੱਗ ਗਿਆ ਸਮਾਂ ਲੰਘਦਾ ਗਿਆ ਇੱਕ ਦਿਨ ਸੁਸ਼ੀਲਾ ਉਹਦੀ ਘਰ ਵਾਲੀ ਸੀ ਸੁਦਾਮੇ ਦੀ ਉਹਨੇ ਦੁਖੀ ਹੋ ਕੇ ਸੁਦਾਮੇ ਨੂੰ ਇੰਨਾ ਫਟਕਾਰਿਆ ਨਾ ਇੰਨਾ ਫਟਕਾਰਿਆ ਉਹਦੀ ਗੁਆਂਢਣ ਨੇ ਸੁਣ ਲਿਆ ਤੇ ਸੁਦਾਮਾ ਚੁੱਪ ਕਰਕੇ ਗੀਤਾ ਚੱਕੀ ਗ੍ਰੰਥ ਚੱਕਿਆ ਬੰਦਗੀ ਕਰਨ ਚਲਿਆ ਗਿਆ ਮਾਲਾ ਲਈ ਸਿਮਰਨ ਕਰਨ ਲੱਗ ਗਿਆ ਉਹ ਗੁਆਂਢਣ ਕਹਿੰਦੀ ਕੁੜੇ ਤੂੰ ਰੋਜ਼ਾਨਾ ਇਹਨੂੰ ਘੂਰਦੀ ਹੈ ਕੀ ਗੱਲ ਹੈ ਕਿਉਂ ਲੜਦੀ ਹੈ ਉਹ ਕਹਿੰਦੀ ਮਾਂ ਗੱਲ ਕੀ ਕਰਾਂ ਇਹ ਐਡਾ ਨਿਭਾਗ ਹੈ ਨਾ ਤਾਂ ਇਹਨੂੰ ਕੋਈ ਪਾਠ ਤੇ ਸੱਦਾ ਨਾ ਕੋਈ ਜੱਗ ਚ ਸਾਦਾ ਨਾ ਕੋਈ ਸਾਤੋਂ ਕਰਮ ਕਰਾਉਂਦਾ ਨਾ ਸਾਡੇ ਘਰੇ ਕੁਝ ਆਉਂਦਾ ਅਸੀਂ ਤਾਂ ਦੁਖੀ ਹੈ ਇਹ ਪਤਾ ਨਹੀਂ ਕਿੰਨਾ ਕੁ ਦਲਿੱਦਰੀ ਆ ਇਹ ਕੰਮ ਕਰਕੇ ਨਹੀਂ ਖੁਸ਼ ਉਹ ਮਾਈ ਕਹਿੰਦੀ ਕਮਲੀਏ ਤੂੰ ਇਹਦਾ ਇੱਕ ਅੱਧਾ ਦੋਸ਼ ਦੇਖ ਲਿਆ ਇਹਦੇ ਗੁਣ ਨਹੀਂ ਦੇਖੇ ਉਹ ਕਹਿੰਦੀ ਇਹਦੇ 'ਚ ਕੀ ਗੁਣ ਹਨ ਭਾਗ 'ਚ ਉਹ ਕਹਿੰਦੀ ਇਹਦੇ 'ਚ ਵੱਡਾ ਗੁਣ ਤਾਂ ਇਹ ਹੈ ਇਸ ਯੁੱਗ ਦਾ ਜਿਹੜਾ ਪੁਰਸ਼ ਹੈ ਨਾ ਕ੍ਰਿਸ਼ਨ ਇਹਦਾ ਮਿੱਤਰ ਹੈ ਉਹ ਕਹਿੰਦੀ ਲੈ ਇਹਦੇ ਤਾਂ ਗਲੀ ਦੇ ਕੁੱਤੇ ਮਿੱਤਰ ਨਹੀਂ ਗੇ ਰੱਬ ਕਿੱਥੋਂ ਮਿੱਤਰ ਹੋ ਜੂ ਇਹਦਾ ਇਹ ਨਿਭਾਗ ਬੰਦਾ ਵਾ ਇਹਦਾ ਕਿੱਥੋਂ ਕ੍ਰਿਸ਼ਨ ਮਿੱਤਰ ਬਣ ਜੂ ਉਹ ਕਹਿੰਦੀ ਵੇਖ ਆਉਣੀ ਤੂੰ ਠੰਡੇ ਮਨ ਨਾਲ ਸੋਚ ਇਹਨੂੰ ਸਮਝਾ ਇਹਨੂੰ ਕਹਿ ਇਹਦੇ ਤਾਂ ਹਿਰਦੇ ਦੇ ਵਿੱਚ ਉਹਦੀ ਤਸਵੀਰ ਬਸੀ ਹੈ ਉਹਦੀ ਬੰਦਗੀ ਕਰਦਾ ਤੂੰ ਇਹਨੂੰ ਕਹਿ ਪੁੱਛ ਜਦੋਂ ਸੁਧਾਮਾ ਘਰੇ ਆਇਆ ਸੁਸ਼ੀਲਾ ਬੜੀ ਉਹਦੇ ਪ੍ਰਸੰਨਤਾ ਨਾਲ ਮਿਲੀ ਜਲ ਦੇਵੇ ਵੀ ਮਹਾਰਾਜ ਚਰਨ ਧੋਵਾਂ ਇਸ਼ਨਾਨ ਕਰੋ ਭੋਜਨ ਉਹ ਕਹਿੰਦਾ ਅੱਗੇ ਜਿਉਂ ਸਾਡੀ ਸ਼ਾਦੀ ਹੋਈ ਆ ਝਗੜਾ ਅੱਜ ਬੜੀ ਪ੍ਰਸੰਨਤਾ ਨਾਲ ਸੁਸ਼ੀਲਾ ਮਿਲੀ ਕੋਈ ਕਾਰਨ ਹੈ ਉਹ ਕਹਿੰਦਾ ਪਿਰਿਆ ਵੀ ਗੱਲ ਦੱਸ ਉਹ ਕਹਿੰਦੀ ਗੱਲ ਇਹ ਹੈ ਮੈਨੂੰ ਤੁਹਾਡੇ 'ਤੇ ਗਿਲਾ ਵਾ ਮੈਂ ਤੁਹਾਡੀ ਅਧਰੰਗਣੀ ਹੈ ਤੁਹਾਡੀ ਪਤਨੀ ਹੈ ਤੁਸੀਂ ਮੈਨੂੰ ਅੱਜ ਤੱਕ ਨਹੀਂ ਦੱਸਿਆ ਵੀ ਕ੍ਰਿਸ਼ਨ ਤੁਹਾਡੇ ਮਿੱਤਰ ਹੈ ਉਹ ਕਹਿੰਦਾ ਵੀ ਇਹ ਕੀ ਦੱਸਣ ਵਾਲੀ ਆ ਉਹ ਏਡਾ ਪਰਮਾਤਮਾ ਰੂਪ ਰਾਜਾ ਵਾ ਮੈਂ ਇੱਕ ਗਰੀਬ ਪੰਡਿਤ ਹਾਂ ਦਲਿੱਦਰ ਪਿਆ ਤੈਨੂੰ ਕੀ ਦੱਸਾਂ ਉਹ ਕਹਿੰਦੀ ਨਾ ਜੀ ਚਲੋ ਕੋਈ ਗੱਲ ਨਹੀਂ ਆਪਾਂ ਆਪਣੇ ਕਰਮਾਂ ਦਾ ਫਲ ਭੋਗਦੇ ਹਾਂ ਗੁਆਂਢਣ ਸਿਆਣੀ ਸੀ ਸਾਰੀ ਗੱਲ ਸਮਝਾ ਗਈ ਉਹ ਕਹਿੰਦੀ ਚਲੋ ਨਹੀਂ ਕੁਝ ਲੈਣਾ ਦੇਣਾ ਛੱਡੋ ਤੁਹਾਡਾ ਮਿੱਤਰਾਂ ਦੀ ਮਿਲਤਾ ਆਓ ਕ੍ਰਿਸ਼ਨ ਨੂੰ ਉਹਦੇ ਮਨ ਦੇ ਵਿੱਚ ਫਿਰ ਵੇਗ ਉੱਠਿਆ ਵੀ ਹਾਂ ਮਿਲ ਕੇ ਆਈਏ ਪਿਆਰੇ ਉਹ ਫਿਰ ਕ੍ਰਿਸ਼ਨ ਨੂੰ ਮਿਲਣ ਵਾਸਤੇ ਸੁਧਾਮਾ ਤਿਆਰ ਹੋਇਆ ਜਦੋਂ ਤਿਆਰ ਹੋਇਆ ਨਾ ਆਪਣੇ ਘਰ ਵਾਲੀ ਨੂੰ ਕਹਿੰਦਾ ਮੈਨੂੰ ਪਤਾ ਤਾਂ ਹੈ ਸੁਸ਼ੀਲਾ ਤੂੰ ਕ੍ਰਿਸ਼ਨ ਨੂੰ ਮਿਲਣ ਵਾਸਤੇ ਤਾਂ ਨਹੀਂ ਭੇਜਦੀ ਤੂੰ ਭੇਜਦੀ ਤਾਂ ਕੁਛ ਲੈਣ ਵਾਸਤੇ ਹੈ ਪਰ ਤੈਨੂੰ ਇੱਕ ਗੱਲ ਦੱਸਦਾ ਉਹ ਕਦੀ ਦੱਸ ਕਹਿੰਦਾ ਕ੍ਰਿਸ਼ਨ ਵੀ ਬੜਾ ਮਰਜ਼ਾਦਾ ਵਾਲਾ ਕਹਿੰਦਾ ਕੁਛ ਲਏ ਬਿਨਾਂ ਦੇਣਾ ਉਹਨੇ ਵੀ ਕੁਛ ਨਹੀਂ ਗਾ ਕੁਛ ਨਾ ਕੁਛ ਉਹਦੇ ਭੇਟ ਕਰਨਾ ਪਊਗਾ ਉਹਨੇ ਜੀ ਲਿਆ ਕੇ ਗੁਆਂਢੋਂ ਉਹੀ ਤੰਦਲ ਕੱਚੇ ਚੌਲ ਉਹਦੀ ਲੜ ਬੰਨ ਤੇ ਉਹ ਕਹਿੰਦੀ ਆਹ ਲੈ ਜਾਓ ਜੀ ਹੁਣ ਆਪਣੇ ਕੋਲੇ ਕੀ ਹੈ ਸੁਧਾਮਾ ਪਹੁੰਚ ਗਿਆ ਦੁਆਰਕਾਪੁਰੀ ਸੋਨੇ ਦੀ ਮੰਦਰ ਨਾਨਾ ਪ੍ਰਕਾਰ ਦੀਆਂ ਦੁਕਾਨਾਂ ਸਜੀਆਂ ਸੁੰਦਰ ਬਾਜ਼ਾਰ ਪੁੱਛਦਾ ਦਸਾਉਂਦਾ ਜਾ ਕੇ ਗੇਟ ਤੇ ਪਹੁੰਚ ਗਿਆ ਪੁੱਛਦਾ ਕਹਿੰਦਾ ਸੱਜਣੋ ਮੈਂ ਕ੍ਰਿਸ਼ਨ ਨੂੰ ਮਿਲਣਾ ਉਹ ਕਹਿੰਦੇ ਵੀ ਕੀ ਕੰਮ ਹੈ ਉਹ ਕਹਿੰਦਾ ਵੀ ਕੰਮ ਕੋਈ ਨਹੀਂ ਮੈਂ ਤਾਂ ਉਹਦਾ ਮਿੱਤਰ ਹੈ ਬਸ ਮਿਲਣਾ ਹੈ ਉਹ ਹੱਸਣ ਲੱਗ ਗਏ ਜਿਹੜੇ ਉਹਦੇ ਸੀ ਕ੍ਰਿਸ਼ਨ ਦੇ ਸੇਵਕ
ਉਹ ਕਹਿੰਦੇ ਲੈ ਇੱਥੇ ਬੜੇ ਬੜੇ ਰਾਜੇ ਤਾਂ ਦਾਸ ਬਣ ਕੇ ਆਉਂਦੇ ਆ, ਬੜੇ ਬੜੇ ਲੋਕ ਤਾਂ ਕ੍ਰਿਸ਼ਨ ਦਾ ਸੇਵਕ ਬਣ ਕੇ ਆਉਂਦੇ ਆ, ਇਹਦੇ ਕੋਲ ਪਹਿਨਣ ਨੂੰ ਕੱਪੜਾ ਨਹੀਂ, ਨਾਤੇ ਨੂੰ ਖਾਣੀ, ਕਿੰਨਾ ਚਿਰ ਹੋ ਗਿਆ। ਕਹਿੰਦਾ ਕ੍ਰਿਸ਼ਨ ਮੇਰਾ ਮਿੱਤਰ ਹੈ। ਉਹ ਇੱਕ ਕਹਿੰਦਾ ਗੱਲ ਸੁਣ ਲਾ, ਕ੍ਰਿਸ਼ਨ ਦਾ ਮਿੱਤਰ ਹੋਊ ਲਾਜ਼ਮੀ, ਕਿਉਂਕਿ ਕ੍ਰਿਸ਼ਨ ਦੀ ਮਿੱਤਰਤਾ ਇਹੋ ਜਿਹਾ ਨਾਲ ਹੀ ਆ ਸੱਚੀ। ਆਪਣਾ ਕੀ ਜਾਂਦਾ ਦੱਸ ਦਿੰਦੇ ਆ ਜਾ ਕੇ, ਜੇ ਮਿੱਤਰ ਹੋਇਆ ਮਿਲ ਲੂਗਾ, ਜੇ ਨਾ ਹੋਇਆ ਮੁੜ ਜੂਗਾ। ਉਹ ਦਿਆਬਾਨ ਕੋਈ ਸਿੰਘ ਵਿਚਾਰਾ ਗਿਆ ਜਾ ਕੇ ਉੱਤੇ ਕ੍ਰਿਸ਼ਨ ਜੀ ਨੂੰ, ਕਹਿੰਦਾ ਕ੍ਰਿਸ਼ਨ ਜੀ ਮਹਾਰਾਜ ਪੁੱਛਦੇ, ਕਹਿੰਦੇ ਹਾਂ ਬਈ ਦੁਆਰਪਾਲ ਨੂੰ। ਕਹਿੰਦੇ ਕੀ ਗੱਲ ਹੈ? ਉਹ ਕਹਿੰਦਾ ਜੀ ਕੋਈ ਸੁਦਾਮਾ, ਬਸ ਸੁਦਾਮਾ ਮੂੰਹ 'ਚ ਸੀਗਾ ਕ੍ਰਿਸ਼ਨ ਜੀ। ਕਹਿੰਦੇ ਕਿੱਥੇ? ਕਹਿੰਦਾ ਜੀ ਪੌੜੀਆਂ 'ਚ ਖੜਾ। ਕ੍ਰਿਸ਼ਨ ਜੀ ਨੇ ਆਪਣੇ ਚਰਨਾਂ 'ਚ ਜੋੜਾ ਨਹੀਂ ਪਾਇਆ, ਭੱਜ ਪਏ ਪੌੜੀਏ ਉੱਤੇ, ਆ ਕੇ ਸੁਦਾਮੇ ਨੂੰ ਗਲੱਪੜੀ ਪਾ ਲਈ, ਮਿਲੇ। ਹੁਣ ਇੱਥੇ ਸੁਦਾਮੇ ਅਤੇ ਕ੍ਰਿਸ਼ਨ ਦਾ ਇੱਕ ਮਿਲਣ ਹੈ, ਜੇ ਉਹ ਮੈਂ ਕਥਾ ਵਿਸਤਾਰ ਨਾਲ ਬੇਨਤੀ ਕਰਾਂ 20 ਮਿੰਟ ਲੱਗਣਗੇ, ਪਰ ਤੁਸੀਂ ਸਾਰੀ ਗੁਰਸੰਗਤ ਜਗਿਆਸੂ ਹੋ, ਸਾਰਿਆਂ ਨੂੰ ਪਤਾ ਕ੍ਰਿਸ਼ਨ ਅਤੇ ਸੁਦਾਮੇ ਦਾ ਮਿਲਣ ਕਿੰਨਾ ਬਰਾਗਮਈ ਸੀ। ਇੱਕ ਦੂਜੇ ਨੂੰ ਗਲੱਪੜੀ ਪਾ ਕੇ ਰੋਂਦੇ ਆ, ਹੱਸਦੇ ਆ, ਖੁਸ਼ੀਆਂ ਮਨਾਉਂਦੇ ਆ। ਅਖੀਰ ਸੁਦਾਮੇ ਨੂੰ ਕ੍ਰਿਸ਼ਨ ਜੀ ਆਪਣੇ ਮਹਿਲ 'ਚ ਲੈ ਗਏ, ਸਿੰਘਾਸਣ 'ਤੇ ਜਾ ਬਿਠਾਇਆ। ਉਹ ਸਾਰੀਆਂ ਰਾਣੀਆਂ ਦੇਂਦੀਆਂ ਦੇਖਦੀ ਹੈ, ਰੁਕਮਣੀ ਵਰਗੇ ਪਟਰਾਣੀਆਂ, ਵੀ ਇਹ ਕੌਣ ਬੰਦਾ ਵਾ? ਕ੍ਰਿਸ਼ਨ ਜੀ ਨੇ ਜੋੜਾ ਵੀ ਨਹੀਂ ਪਾਇਆ ਅਤੇ ਲਿਆ ਕੇ ਸਿੱਧਾ ਹੀ ਆਪਦੇ ਆਸਣ 'ਤੇ ਲਿਆ ਬਿਠਾਇਆ। ਮਹਾਰਾਜ ਕਹਿੰਦੇ ਪਿਰਿਆ ਇਹ ਮੇਰਾ ਬਚਪਨ ਦਾ ਮਿੱਤਰ ਹੈ, ਲਿਆਓ ਜਲ ਇਹਦੇ ਚਰਨ ਧੋਵੋ। ਇੰਨਾ ਸਤਿਕਾਰ ਕਰਿਆ ਨਾ ਸੁਦਾਮਾ ਕ੍ਰਿਸ਼ਨ ਨੂੰ, ਕਹਿੰਦਾ ਵੀ ਬਸ ਕਰ। ਉਹ ਕਹਿੰਦੇ ਕਿਉਂ? ਉਹ ਕਹਿੰਦਾ ਹੁਣ ਮੇਰੀ ਜਾਨ ਨਾ ਨਿਕਲ ਜੇ, ਤੂੰ ਇੰਨਾ ਸਤਿਕਾਰ ਕਰਿਆ, ਮੈਥੋਂ ਬਰਦਾਸ਼ਤ ਨਹੀਂ ਹੋ ਰਿਹਾ। ਮੈਂ ਬਹੁਤ ਨਿਭਾਗਾ ਬੰਦਾ, ਮੈਨੂੰ ਤਾਂ ਕਦੇ ਇੱਕ ਸ਼ਬਦ ਕਿਸੇ ਨੇ ਪਿਆਰ ਸਤਿਕਾਰ ਦਾ ਦਿੱਤਾ ਹੀ ਨਹੀਂ। ਤੂੰ ਭਗਵਾਨ ਰੂਪ ਐਡਾ ਵੱਡਾ ਰਾਜਾ ਹੋ ਕੇ ਮੈਨੂੰ ਇੰਨਾ ਸਨਮਾਨ ਦਿੰਦਾ, ਮੇਰਾ ਤਾਂ ਸਾਹ ਫੁੱਲਿਆ ਪਿਆ, ਮੈਨੂੰ ਲੱਗਦਾ ਮੇਰੀ ਜਾਨ ਨਾ ਨਿਕਲ ਜੇ ਬਸ। ਮਹਾਰਾਜ ਕਹਿੰਦੇ ਠੀਕ ਹੈ, ਇਹਦਾ ਇਸ਼ਨਾਨ ਕਰਾਓ। ਇਸ਼ਨਾਨ ਕਰਾਇਆ, ਕੁਝ ਦਿਨ ਰਹੇ, ਫਿਰ ਸੁਦਾਮੇ ਦੇ ਮਨ 'ਚ ਹੋ ਗਿਆ ਵੀ ਹੁਣ ਚੱਲੀਏ। ਮਗਰ ਘਰ ਦੇ ਰਾਹ ਦੇਖਦੇ ਹੋਣੇ ਆ, ਚਿੰਤਾ ਕਰਦੇ ਹੋਣਗੇ ਵੀ ਕੀ ਕਾਰਨ, ਖਣੀ ਪਹੁੰਚਿਆ, ਖਣੀ ਰਾਹ 'ਚ ਰਹਿ ਗਿਆ, ਕਿੱਧਰ ਗਿਆ, ਕੀ ਹੋਇਆ। ਕ੍ਰਿਸ਼ਨ ਜੀ ਨੇ ਦੇਖ ਲਿਆ ਵੀ ਹੁਣ ਇਹ ਤਾਂਘ 'ਚ ਹੈ। ਉਹ ਕਹਿੰਦੇ ਸੁਦਾਮੇ ਵੀ ਇਉਂ ਕਰ, 2-3 ਦਿਨ ਹੋਰ ਰੁਕ, ਫੇਰ ਜਾਈ। ਉਹ ਕਹਿੰਦਾ ਸੱਤ ਬਚਨ। ਇੱਥੇ ਗ੍ਰੰਥਕਾਰ ਲਿਖਦੇ ਨੇ, ਕਹਿੰਦੇ ਕ੍ਰਿਸ਼ਨ ਜੀ ਨੇ ਵਿਸ਼ਵਕਰਮਾ ਨੂੰ ਕਿਹਾ ਵੀ ਵਿਸ਼ਵਕਰਮਾ ਇਹ ਮੇਰਾ ਮਿੱਤਰ ਹੈ, ਰੱਬ ਦਾ ਪਿਆਰਾ ਭਗਤ ਹੈ, ਪ੍ਰਭੂ ਦੀ ਬੰਦਗੀ ਵਾਲਾ ਵਾ, ਇਹਨੂੰ ਐਸਾ ਟਿਕਾਣਾ ਬਣਾ ਕੇ ਦੇ, ਨਾਨਾ ਪ੍ਰਕਾਰ ਦੇ ਸੁੱਖ ਦੇ ਦੇ। ਉਹ ਕਹਿੰਦਾ ਸੱਤ ਬਚਨ ਮਹਾਰਾਜ, ਕਿੱਥੇ ਬਣਾਵਾ? ਕਹਿੰਦੇ ਜਿੱਥੇ ਦੀ ਕੁਟੀਆ ਬਸ ਉੱਥੇ ਹੀ ਜਗ੍ਹਾ 'ਚ ਬਣਾ ਦੇ ਪਿਆਰੇ। ਉਹ ਕਹਿੰਦੇ ਸੁਦਾਮੇ ਦਾ ਮੰਦਿਰ ਵਿਸ਼ਵਕਰਮਾ ਜੀ ਨੇ ਬਹੁਤ ਸੁੰਦਰ ਬਣਾਇਆ, ਅਤੇ ਮੈਨੂੰ ਤਾਂ ਨਹੀਂ ਪਤਾ ਗਾ, ਗ੍ਰੰਥਕਾਰਾਂ ਦਾ ਕਥਨ ਹੈ, ਪੜ੍ਹੇ ਆ ਇੱਥੇ ਗਿਆਨੀ ਲੋਕ ਬੈਠੇ ਆ, ਸਾਰਿਆਂ ਨੂੰ ਪਤਾ ਇਹ ਸਟੋਰੀ ਦਾ। ਮੰਦਿਰ ਬਣ ਗਿਆ, ਰਿੱਧੀਆਂ ਸਿੱਧੀਆਂ ਰੱਖਤੀਆਂ। ਸੁਦਾਮਾ ਜੀ ਨੂੰ ਫਿਰ ਕ੍ਰਿਸ਼ਨ ਕਹਿੰਦੇ ਚੰਗਾ ਵੀ ਸੱਜਣਾ ਹੁਣ ਜਾ ਸਕਦਾ। ਕ੍ਰਿਸ਼ਨ ਛੱਡਣ ਆਏ ਤੇ ਤੁਰਿਆ ਆਉਂਦਾ, ਸੋਚਦਾ ਮਨਾ ਘਰਦਿਆਂ ਨੇ ਤਾਂ ਆਸਾਂ ਲਾ ਕੇ ਭੇਜਿਆ ਸੀ ਵੀ ਲੈ ਕੇ ਆਊਗਾ, ਪਰ ਕ੍ਰਿਸ਼ਨ ਨੇ ਤਾਂ ਨਾ ਹੀ ਨਹੀਂ ਲਿਆ ਕੁਛ ਦੇਣ ਦਾ। ਫਿਰ ਸੋਚਦਾ ਉਹ ਬੇਸ਼ੁਕਰਿਆ, ਤੈਨੂੰ ਕਿੰਨਾ ਪਿਆਰ ਦਿੱਤਾ, ਕਿੰਨੀ ਇੱਜ਼ਤ ਦਿੱਤੀ, ਕਿੰਨਾ ਤੇਰਾ ਸਤਿਕਾਰ ਕਰਿਆ, ਤੇ ਜੇ ਪਹਿਰੇਦਾਰਾਂ ਨੂੰ ਕਹਿ ਦਿੰਦਾ ਵੀ ਮੋੜ ਦਿਓ ਮੈਂ ਨਹੀਂ ਕਿਸੇ ਸੁਦਾਮੇ ਨੂੰ ਜਾਣਦਾ, ਫਿਰ ਕੀ ਕਰਦੇ? ਆਪ ਤਾਂ ਆਇਆ ਨਾ ਲੈਣ, ਗੱਲ ਨਾਲ ਤਾਂ ਲਾਇਆ ਨਾ, ਪੁਰਾਣੀਆਂ ਯਾਦਾਂ ਤਾਂ ਤਾਜ਼ੀਆਂ ਹੋਈਆਂ ਨਾ, ਆਪਣੇ ਆਸਣ 'ਤੇ ਤਾਂ ਬਿਠਾਇਆ। ਕੋਈ ਗੱਲ ਨਹੀਂ, ਇਹ ਤਾਂ ਭਾਗਾਂ ਦੀ ਖੇਡ ਹੈ, ਆਪਣੇ ਭਾਗਾਂ 'ਚ ਹੈ ਨਹੀਂ ਕੁਛ, ਕੋਈ ਨਹੀਂ ਉਹਦਾ ਹੁਕਮ ਹੈ। ਐਂ ਸੋਚਦਾ ਵਿਚਾਰਦਾ ਕਰਕੇ ਆਪਣੀ ਨਗਰੀ 'ਚ ਆ ਗਿਆ। ਕੀ ਦੇਖਦਾ? ਜਿੱਥੇ ਕੁਟੀਆ ਸੀ ਉੱਥੇ ਬੜਾ ਅਲੀਸ਼ਾਨ ਮੰਦਰ ਹੈ। ਸੋਚਣ ਲੱਗ ਗਿਆ, ਕਹਿੰਦਾ ਲੈ ਗਏ ਲੈਣ ਸੀ ਪਿਛਲਾ ਵੀ ਗਵਾ ਲਿਆ, ਉਹ ਵੀ ਕਿਸੇ ਅਮੀਰ ਬੰਦੇ ਨੇ ਕੁਟੀਆ ਢਾਤੀ, ਆਪਣਾ ਮੰਦਰ ਬਣਾ ਲਿਆ। ਹਜੇ ਸੋਚਦਾ ਉੱਪਰੋਂ ਆਵਾਜ਼ ਆਈ, ਸੁਦਾਮਾ ਜੀ ਆ ਜਾਓ, ਇਹ ਮਹਿਲ ਤੁਹਾਡਾ ਵਾ। ਜਦੋਂ ਸੁਸ਼ੀਲਾ ਦੇਖੀ,
ਸਦਾਮਾ ਸੋਚਦਾ ਹੈ ਵੀ ਭਗਵਾਨ ਕਰਨ ਕਾਰਨ ਸਮਰੱਥ ਨੇ ਸਭ ਵਸਤੂ ਦੇਤੀ। ਪਿਆਰਿਓ ਉੱਪਰ ਗਿਆ, ਸਾਰਾ ਘਰ ਦੇਖ ਕੇ ਨਾ ਰੋਣ ਲੱਗ ਗਿਆ ਸਦਾਮਾ। ਦੇਖੋ ਭਗਤਾਂ ਦੀ ਤੇ ਗੁਰਮੁਖਾਂ ਦੀ ਤੇ ਆਮ ਸੰਸਾਰਕ ਲੋਕਾਂ ਦੀ ਅਵਸਥਾ। ਆਪਾਂ ਲੋਕ ਤਾਂ ਇਹ ਚੀਜ਼ਾਂ ਦੇਖ ਕੇ ਖੁਸ਼ ਹੋ ਜਾਂਦੇ ਹਾਂ ਵੀ ਬੱਲੇ ਕਿੱਡੀ ਕੋਠੀ ਹੋਏਗੀ, ਕਿੰਨੇ ਸੌਖ ਸਾਧਨ, ਪਰ ਸਦਾਮਾ ਰੋਣ ਲੱਗ ਗਿਆ। ਸੁਸ਼ੀਲਾ ਉਹਨੂੰ ਕਹਿੰਦੀ, ਪਤੀ ਇਹ ਸੁੱਖ ਸਾਧਨ ਖੁਸ਼ੀ ਆਪਣੀ ਦੇਖ ਕੇ ਤੂੰ ਕਿਉਂ ਰੋਣ ਲੱਗ ਗਿਆ? ਉਹ ਕਹਿੰਦਾ, ਪਿਰਿਆ ਕ੍ਰਿਸ਼ਨ ਜੀ ਨੇ ਜਿੱਤੇ ਮੈਨੂੰ ਦਲਿੱਦਰੀ ਦਿੱਤੀ ਸੀ, ਉਹਦੇ ਇੱਕ ਵਾਅਦਾ ਦਿੱਤਾ ਸੀ ਵੀ ਮੈਂ ਤੈਨੂੰ ਨਾ ਭੁੱਲਾਂ ਤੇ ਤੂੰ ਮੈਨੂੰ ਨਾ। ਅੱਜ ਉਹਨੇ ਆਪਣੀ ਦਲਿੱਦਰੀ ਖਤਮ ਕਰਤੀ ਹੈ, ਹੁਣ ਕਿਤੇ ਧਨ ਦੇ ਸੁੱਖ ਦੇ ਵਿੱਚ ਪੈ ਕੇ ਆਪਾਂ ਉਹਨੂੰ ਨਾ ਭੁੱਲ ਜਾਈਏ, ਆਪਾਂ ਰੱਬ ਤੋਂ ਦੂਰ ਨਾ ਹੋ ਜਾਈਏ, ਕਿਤੇ ਬੇਮੁੱਖ ਨਾ ਹੋ ਜਾਈਏ। ਉਹ ਕਹਿੰਦੀ, ਮਹਾਰਾਜ ਇਹ ਤੁਹਾਡੀ ਤਾਂ ਚਾਹਣਾ ਹੀ ਨਹੀਂ ਸੀ, ਮੇਰੀ ਖੁਆਇਸ਼ ਆ ਇਸ ਲਈ। ਫਿਰ ਉਹ ਕੀ ਕਹਿੰਦਾ, ਕਹਿੰਦਾ ਪਿਰਿਆ ਠੀਕ ਹੈ, ਮੈਂ ਇੱਕ ਗੱਲ ਕਹਾਂ, ਪਰਮਾਤਮਾ ਨੂੰ ਕਹਿੰਦਾ ਦੁੱਖ ਵਿੱਚ ਵੀ ਯਾਦ ਕਰਨਾ ਚਾਹੀਦਾ ਤੇ ਪਰਮਾਤਮਾ ਨੂੰ ਸੁੱਖ ਵਿੱਚ ਵੀ ਯਾਦ ਰੱਖਣਾ ਚਾਹੀਦਾ। ਮਹਾਰਾਜ ਮੂਹਰੇ ਅਰਦਾਸ ਕਰੋ। ਪਿਆਰਿਓ ਦੇਖੋ, ਸਦਾਮੇ ਦੀ ਕਥਾ ਬੜੀ ਮਹਾਨ ਹੈ। ਇੱਥੇ ਚੌਥੇ ਪਾਤਸ਼ਾਹ ਮਹਾਰਾਜ ਕਹਿੰਦੇ, ਦਾਲਤ ਪੰਜ ਸਦਾਮੇ ਮਿਲਿਓ ਭਗਤੀ ਭਾਈ ਤਰੇ। ਸਦਾਮਾ ਕਹਿੰਦੇ ਭਗਤੀ ਦੇ ਭਾਵ ਨਾਲ ਤਰ ਗਿਆ ਤੇ ਨਾਲ ਰੱਬ ਦੀ ਬੰਦਗੀ ਕਰਕੇ ਦਲਿੱਦਰ ਆਇਆ ਚਲਿਆ ਗਿਆ, ਪ੍ਰਭੂ ਦਾ ਪਿਆਰਾ ਪ੍ਰੇਮੀ ਬਣ ਗਿਆ। ਜੇ ਕਿਤੇ ਅੱਜ ਮਿੱਤਰਤਾ ਦੀ ਕਥਾ ਕਹਾਣੀ ਚੱਲਦੀ ਹੈ ਤੇ ਸਭ ਤੋਂ ਪ੍ਰਮੁੱਖ ਕਥਾ ਸਦਾਮੇ ਤੇ ਕ੍ਰਿਸ਼ਨ ਦੀ ਮੰਨੀ ਜਾਂਦੀ ਹੈ। ਇਹ ਗੁਰੂ ਜੀ ਕਹਿੰਦੇ, ਪਿਆਰਿਓ ਜਿਹੜਾ ਵਾਹਿਗੁਰੂ ਨਾਲ ਪਿਆਰ ਕਰਨ ਵਾਲਾ ਨਾ, ਜਿਹੜਾ ਵਾਹਿਗੁਰੂ ਦੀ ਬੰਦਗੀ ਕਰਨ ਵਾਲਾ ਵਾ, ਉਹ ਗਰੀਬਾਂ ਅਮੀਰੀਆਂ ਨਹੀਂ ਦੇਂਦਾ, ਉਹ ਪ੍ਰੇਮ ਦੇਂਦਾ। ਇਸ ਲਈ ਭਗਤੀ ਭਾਏ ਕਰਕੇ ਭਾਵ ਭਗਤੀ ਦਾ ਭਾ ਕਰਕੇ ਸਦਾਮਾ ਤਰ ਗਿਆ। ਭਗਤ ਬਸਲ ਹਰ ਨਾਮ ਕਰਤਾਰਥ ਗੁਰਮੁਖ ਕਿਰਪਾ ਕਰੇ। ਭਗਤੀ ਬਸਲ, ਭਗਤ ਬਸਲ ਕੌਣ ਹੈ? ਪ੍ਰਭੂ। ਮਹਾਰੀ ਕਹਿੰਦੇ ਵਾਹਿਗੁਰੂ ਹੈ ਨਾ ਜਿਹੜਾ, ਉਹ ਨਾਮ ਜਪਣ ਵਾਲਿਆਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਦੇ ਦਿੰਦਾ। ਕਰਤਾਰਥ ਦਾ ਭਾਵ ਹੀ ਖੁਸ਼ੀਆਂ ਨੇ, ਆਨੰਦ ਹੈ, ਸੁੱਖ ਹੈ। ਮਹਾਰੇ ਕਹਿੰਦੇ, ਪਿਆਰਿਓ ਵਾਹਿਗੁਰੂ ਭਗਤਾਂ ਦਾ ਪ੍ਰੇਮੀ ਹੈ, ਉਹ ਸਾਰੀਆਂ ਖੁਸ਼ੀਆਂ ਨਾਮ ਜਪਣ ਵਾਲਿਆਂ ਨੂੰ ਦੇ ਦਿੰਦਾ। ਕਿੰਨਾ ਨੂੰ? ਜਿਹੜੇ ਗੁਰੂ ਵੱਲੀ ਮੁੱਖ ਕਰਕੇ ਕਰਮ ਕਰਦੇ ਆ, ਪ੍ਰਭੂ ਜੀ ਉਹਦੇ ਤੇ ਕਿਰਪਾ ਕਰਦੇ ਆ। ਐਡਾ ਬੜਾ ਨਾਮ ਦਾ ਮਹਾਤਮ ਹੈ, ਚੌਥੇ ਪਾਤਸ਼ਾਹ ਆਪਾਂ ਨੂੰ ਬਖਸ਼ਿਸ਼ ਕਰ ਰਹੇ ਆ। ਪਿਆਰਿਓ ਨਾਮ ਜਪਣ ਦੇ ਨਾਲ ਐਂ ਖੁਸ਼ੀਆਂ ਮਿਲਦੀਆਂ, ਇਉਂ ਕਹਿੰਦੇ ਗੁਰੂ ਜੀ। ਮੇਰੇ ਮਨ ਨਾਮ ਜਪਤ ਉਦਰੇ, ਧਰੂ ਪ੍ਰਹਿਲਾਦ ਬਿਦਰ ਦਾਸੀ ਸੁਤ, ਗੁਰਮੁਖ ਨਾਮ ਤਰੇ ਰਹਾਉ। ਗੁਰੂ ਪਿਆਰੇ, ਚੌਥੇ ਪਾਤਸ਼ਾਹ ਨੇ ਤਾਂ ਬੇਅੰਤ ਬਖਸ਼ਤਾਂ ਦਿੱਤੀਆਂ। ਜੇ ਹੁਣ ਇਹ ਸ਼ਬਦ ਦੀ ਕਥਾ ਆਪਾਂ ਪੂਰੀ ਵਿਸਤਾਰ ਨਾਲ ਕਰੀਏ ਨਾ, ਵੈਸੇ ਤਾਂ ਮਹੀਨਾ ਦੋ ਮਹੀਨੇ ਵੀ ਨਹੀਂ ਮੁੱਕਦੀ ਗੀ, ਪਰ ਜੇ ਆਪਾਂ ਥੋੜ੍ਹਾ ਸੰਖੇਪ ਨਾਲ ਕਰੀਏ, ਕੱਲ੍ਹ ਦਾ ਦੀਵਾਨ ਤਾਂ ਪੂਰਾ ਹੋ ਸਕਦਾ, ਇੰਨਾ ਜ਼ਿਆਦਾ ਮਹਾਤਮ ਵਾਲੇ ਸ਼ਬਦ ਨੇ। ਮਹਾਰਾਜ ਨੇ ਕਿੰਨੇ ਲੋਕਾਂ ਦਾ ਨਾਮ ਗਿਣਿਆ, ਕਿਹਦਾ? ਬੰਦਗੀ ਕਰਨ ਵਾਲਿਆਂ ਦਾ। ਹੁਣ ਇੱਥੇ ਕੀ ਕਹਿੰਦੇ? ਮੇਰੇ ਮਨ, ਦੇਖੋ ਪਿਆਰਿਓ ਗੱਲ ਮਨ ਨਾਲ ਹੈ, ਸਮਝਾਉਣਾ ਮਨ ਨੂੰ ਹੈ। ਸਾਡੇ ਲੋਕਾਂ ਦਾ ਤੇ ਗੁਰੂ ਦੀਆਂ ਬਖਸ਼ਿਸ਼ਾਂ ਦਾ ਆ ਅੰਤਰ ਹੈ। ਅਸੀਂ ਤਾਂ ਕਹਾਂਗੇ ਤੁਸੀਂ ਸੁਣੋ ਬਈ, ਸਮਝਿਓ। ਗੁਰੂ ਜੀ ਕੀ ਕਹਿੰਦੇ? ਉਹਨਾਂ ਨੇ ਕਿਹਾ ਆਪਾਂ ਨੂੰ ਨਹੀਂ, ਮਨ ਨੂੰ ਕਿਹਾ। ਪਿਆਰਿਓ ਸਾਰੇ ਗੁਰਮੁਖ, ਸਾਰੇ ਰੱਬ ਦੇ ਪਿਆਰੇ, ਆਪਣੇ ਮਨ ਦੇ ਨਾਲ ਗੱਲ ਕਰੋ। ਮੇਰੇ ਮਨ ਨਾਮ ਜਪਤ ਉਤਰੇ। ਹੇ ਮੇਰੇ ਮਨਾ, ਉਧਾਰ ਕਿੰਨਾ ਦਾ ਹੋਇਆ? ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਪਰਮੇਸ਼ਵਰ ਦੀ ਬੰਦਗੀ ਕਰੀ, ਸਿਮਰਨ ਕਰਿਆ। ਇਸ ਲਈ ਮਨ, ਜੇ ਤੂੰ ਵੀ ਆਪਣੇ ਆਪ ਨੂੰ ਉੱਤਮ ਕਰਨਾ ਚਾਹੁੰਦਾ ਤਾਂ ਪ੍ਰਭੂ ਦਾ ਨਾਮ ਜਪ। ਫਿਰ ਜ਼ਿਕਰ ਕਰਿਆ ਦ੍ਰਿਸ਼ਟਾਂਤ, ਫਿਰ ਧਰੂ
ਪ੍ਰਲਾਦ ਬਿਦਰ ਦਾਸੀ ਸੁੱਤ ਗੁਰਮੁਖ ਨਾਮ ਤਰੇ। ਹੁਣ ਇੱਥੇ ਤਿੰਨ ਨਾਮ ਹੈ, ਜੇ ਮੈਂ ਫਿਰ ਬੇਨਤੀ ਕਰਾਂ ਵੀ ਇਹਦੀ ਵਿਸਤਾਰ ਨਾਲ ਤਾਂ ਨਹੀਂ ਦ੍ਰਿਸ਼ਟਾਂਤ ਪੱਖ ਦਿੰਦਾ। ਧਰੂ ਉਤਾਨ ਪਾਦ ਰਾਜੇ ਦਾ ਪੁੱਤਰ ਸੀ, ਇਹਦੀ ਮਾਤਾ ਦਾ ਨਾਂ ਸੁਨੀਤੀ ਸੀ, ਇੱਕ ਇਹਦੀ ਮਾਂ ਹੋਰ ਸੀ ਛੋਟੀ, ਮਾਸੀ ਵੀ ਸੀ ਮਾਤਾ ਦੀ ਭੈਣ, ਤੇ ਉਹਦੇ ਪਿਤਾ ਦੇ ਨਾਲ ਦੋਨਾਂ ਭੈਣਾਂ ਦੀ ਸ਼ਾਦੀ ਹੋਈ, ਉਹ ਛੋਟੀ ਮਾਂ ਸੀ। ਜਿਹੜੀ ਛੋਟੀ ਮਾਂ ਸੀ ਉਹ ਸੀ ਸੰਸਾਰਕ ਸੁੱਖ ਸਾਧਨਾ ਨਾਲ ਜੁੜੀ, ਜਿਹੜੀ ਸੁਨੀਤੀ ਸੀ ਉਹ ਸੀ ਵਾਹਿਗੁਰੂ ਦੇ ਨਾਮ ਨਾਲ ਜੁੜੀ। ਛੋਟੀ ਦੇ ਮਨ ਦੇ ਵਿੱਚ ਹਮੇਸ਼ਾ ਇਹ ਰਵੇ ਬਈ ਜੇ ਧਰੂ ਰਾਜੇ ਦੇ ਕੋਲ ਗਿਆ ਤੇ ਇਹਦਾ ਸੁਭਾਅ ਚੰਗਾ, ਧਰੂ ਕਿਤੇ ਰਾਜ ਭਾਗ ਨਾ ਲੈ ਜੇ, ਰਾਜ ਭਾਗ ਮੇਰੇ ਪੁੱਤਰ ਨੂੰ ਮਿਲੇ। ਇਸ ਲਈ ਧਰੂ ਜਦੋਂ ਵੀ ਰਾਜੇ ਕੋਲੇ ਜਾਵੇ ਉਹ ਬਾਂਹ ਫੜ ਕੇ ਦੂਰ ਕਰਦੇ, ਆਪਣੀ ਮਾਤਾ ਕੋਲੇ ਰੋਵੇ, ਮਾਂ ਹਾਂ ਮੇਰੀ ਛੋਟੀ ਮਾਤਾ ਮੈਨੂੰ ਪਿਤਾ ਦੀ ਗੋਦ 'ਚ ਨਹੀਂ ਬਹਿਣ ਦਿੰਦੀ। ਉਹ ਕਹਿੰਦੀ ਪੁੱਤਰ ਤੇਰੀ ਛੋਟੀ ਮਾਂ ਤੈਨੂੰ ਪਿਤਾ ਦੀ ਗੋਦ 'ਚੋਂ ਨਹੀਂ ਉਠਾ ਸਕਦੀ, ਤੈਨੂੰ ਤਖ਼ਤ 'ਤੇ ਬੈਠਣ ਤੋਂ ਰੋਕਦੀ ਹੈ। ਇਹ ਜਿਹੜਾ ਸੰਘਾਸ਼ਣ ਆ ਨਾ, ਜਿੱਥੇ ਬਾਦਸ਼ਾਹ ਬਹਿੰਦਾ ਉੱਥੇ ਤਪੀਸ਼ਰ ਲੋਕ ਬੈਠ ਸਕਦੇ ਆ, ਤਪੀ ਲੋਕ ਬਹਿੰਦੇ ਆ, ਰਾਜ ਤਪ ਨਾ ਮਿਲਦਾ। ਪੁੱਤ ਤੂੰ ਹਜੇ ਬੰਦਗੀ ਨਹੀਂ ਕਰੀ, ਤਪ ਨਹੀਂ ਕਰਿਆ, ਇਸ ਲਈ ਨਹੀਂ ਬੈਠ ਸਕਦਾ। ਉਹ ਕਹਿੰਦਾ ਮਾਂ ਤੂੰ ਪਟਰਾਣੀ, ਪਿਤਾ ਮੇਰਾ ਰਾਜਾ, ਤੇ ਫਿਰ ਮੈਂ ਹੱਕਦਾਰ ਤਾਂ ਹਾਂ ਬੈਠਣ ਦਾ। ਉਹ ਕਹਿੰਦੀ ਨਾ ਬੇਟਾ, ਤਪ ਤੋਂ ਬਿਨਾਂ ਤਖ਼ਤ 'ਤੇ ਨਹੀਂ ਬੈਠਾ ਜਾਂਦਾ। ਮਾਤਾ ਸਮਝਾਵੇ, ਇੱਕ ਦੋ ਤਿੰਨ ਚਾਰ ਵਾਰ ਜਦੋਂ ਇਹ ਵਾਪਰਿਆ ਗੱਲ, ਮਾਤਾ ਉਹਨੂੰ ਕਹਿੰਦੀ ਵੀ ਪੁੱਤਰ ਸਿਮਰਨ ਕਰ। ਪ੍ਰਹਲਾਦ ਧਰੂ ਦੇ ਮਨ 'ਚ ਆ ਗਿਆ ਵੀ ਚਲੋ ਮਨਾ ਬੰਦਗੀ ਕਰੀਏ, ਬੰਦਗੀ ਕਰਨ ਲਈ ਚੱਲ ਪਿਆ। ਤੁਰੇ ਜਾਂਦੇ ਨੂੰ ਨਾਰਦ ਹੀ ਫੇਰ ਮਿਲ ਪਿਆ, ਕਿਉਂਕਿ ਧਰੂ ਦਾ ਵੀ ਸ਼ਬਦ ਗੁਰੂ ਨਾਰਦ ਸੀ। ਧਰੂ ਨੂੰ ਸ਼ਬਦ ਦਿੱਤਾ, ਵਿਧੀ ਦਿੱਤੀ, ਢੰਗ ਦਿੱਤਾ, ਸਾਰੀ ਮਰਜ਼ਾਦਾ ਦੱਸ ਕੇ ਉਹਨੂੰ ਬਿਠਾਤਾ। ਉੱਧਰ ਘਰ ਦੇ ਵਿੱਚ ਭਾਜੜਾਂ ਪੈ ਗਈਆਂ, ਬੱਚਾ ਕਿੱਧਰ ਗਿਆ, ਰਾਜੇ ਦਾ ਪੁੱਤਰ ਸੀ, ਲੋਕ ਭਾਲਣ। ਇਹਨੇ ਨੂੰ ਨਾਰਦ ਜਾ ਵੜਿਆ, ਉਹਨੇ ਜਾ ਕੇ ਆ ਨਾਰਾਇਣ, ਨਾਰਾਇਣ ਦੀ ਆਵਾਜ਼ ਸੁਣ ਕੇ ਸਾਰੇ ਇਕੱਠੇ ਹੋ ਗਏ। ਉਹ ਕਹਿੰਦੇ ਤਾਂ ਤੀਨ ਲੋਕ ਦੀ ਜਾਣਦਾ, ਇਹਨੂੰ ਪੁੱਛੋ ਕਿੱਥੇ ਆ। ਰਾਜੇ ਨੂੰ ਦੇਖ ਕੇ ਕਹਿੰਦਾ ਵੀ ਰਾਜਨ ਬੜਾ ਭੈ ਪੀਤਾ, ਦਰਿਆ ਲੱਗਦਾ, ਛੋਟੀ ਰਾਣੀ ਨੇ ਕੁਛ ਕਹਿਤਾ। ਉਹ ਕਹਿੰਦਾ ਨਾ ਉਹਨੇ ਤਾਂ ਕੁਛ ਨਹੀਂ ਕਿਹਾ, ਪਰ ਮੇਰਾ ਪੁੱਤਰ ਨਹੀਂ ਇੱਥੇ ਆਉਂਦਾ। ਉਹ ਕਹਿੰਦਾ ਚਿੰਤਾ ਨਾ ਕਰ, ਤੇਰਾ ਪੁੱਤਰ ਹੈਗਾ, ਕਿੱਥੇ ਹੈ। ਉਹਨੇ ਕਿਹਾ ਕਹਿੰਦਾ ਵੀ ਉਹ ਤਾਂ ਭਾਈ ਰੱਬ ਦੀ, ਪ੍ਰਭੂ ਦੀ, ਪਰਮੇਸ਼ਰ ਦੀ ਬੰਦਗੀ ਕਰਨ ਚਲਿਆ ਗਿਆ। ਰਾਜਾ ਕਹਿੰਦਾ ਮੇਰਾ ਪੁੱਤਰ ਇੰਨਾ ਛੋਟਾ, ਛੋਟੀ ਉਮਰ, ਉਹਨੂੰ ਕੀ ਪਤਾ ਬੰਦਗੀ ਕਿਵੇਂ ਕਰੀਦੀ ਹੈ। ਉਹ ਕਹਿੰਦਾ ਇਹ ਮੈਂ ਸਮਝਾਤਾ ਬੰਦਗੀ ਕਿਵੇਂ ਕਰੀਦੀ ਹੈ, ਦੱਸਤਾ, ਸ਼ਬਦ ਦੇਤਾ, ਉਹਦਾ ਬੜੇ ਪ੍ਰੇਮ ਨਾਲ ਮਗਨ ਹੋਇਆ ਬੈਠਾ। ਰਾਜਾ ਕਹਿੰਦਾ, ਮਹਾਰਾਜ ਨਾਰਦ ਨੂੰ ਕਹਿੰਦਾ ਵੀ ਕਿਰਪਾ ਕਰੋ, ਮੇਰਾ ਬੱਚਾ ਵਾ, ਉਹਨੂੰ ਵਾਪਸ ਲੈ ਕੇ ਆਈਏ। ਉਹ ਕਹਿੰਦਾ ਵੀ ਚੱਲ ਤੇਰੀ ਸਹਾਇਤਾ ਮੈਂ ਕਰ ਦਿੰਦਾ, ਪਰ ਉਹ ਤਾਂ ਭਗਤੀ ਕਰਨ ਗਿਆ, ਦਿਰਡ ਨੱਚੇ ਨਾ। ਉਹ ਕਹਿੰਦਾ ਨਾ ਬਈ, ਚੱਲ, ਚਲੇ ਗਏ। ਜਦੋਂ ਦੇਖੇ ਵੀ ਰਾਜਾ ਆਇਆ, ਸੰਤਰੀ ਮੰਤਰੀ ਫੌਜ ਸਾਰੇ ਆਏ ਖੜੇ ਆ, ਨਾਰਦ ਗੁਰੂ ਜੀ ਖੜੇ ਆ। ਉਹਨੇ ਉੱਠ ਕੇ ਪਹਿਲਾਂ ਨਾਰਦ ਦੇ ਪੈਰੀ ਹੱਥ ਲਾਏ, ਫਿਰ ਪਿਤਾ ਦੇ ਲਾਏ, ਫਿਰ ਸਾਰਿਆਂ ਨੂੰ ਆਦਰ ਦਿੱਤਾ। ਪਿਤਾ ਕਹਿੰਦੇ ਵੀ ਪੁੱਤਰ ਘਰੇ ਚੱਲ। ਉਹ ਕਹਿੰਦਾ ਪਿਤਾ ਜੀ ਘਰੇ ਨਹੀਂ ਮੈਂ ਜਾਣਾ, ਮੈਂ ਤਾਂ ਪ੍ਰਭੂ ਦੀ ਬੰਦਗੀ ਕਰਨੀ ਹੈ। ਉਹ ਕਹਿੰਦਾ ਮੈਨੂੰ ਪਤਾ ਬੇਟਾ ਕਿਹੜੀ ਬੰਦਗੀ ਕਰਨ ਆਇਆ, ਤੇਰੀ ਮਾਂ ਸਿਆਣੀ ਹੈ, ਛੋਟੀ ਮਾਂ ਤੇਰੀ ਤਖ਼ਤ ਤੋਂ ਤੈਨੂੰ ਤਾਰ ਦਿੰਦੀ, ਤੇਰੀ ਮਾਂ ਨੇ ਸਮਝਾਇਆ ਵੀ ਜੇ ਤਖ਼ਤ ਲੈਣਾ ਤਾਂ ਤਪ ਕਰ, ਹੁਣ ਤੂੰ ਤਪ ਕਰਨ ਆਇਆ। ਉਹ ਕਹਿੰਦਾ ਹਾਂ। ਉਹਦਾ ਪਿਤਾ ਕਹਿੰਦਾ ਵੀ ਚੱਲ ਅੱਜ ਤੇਰਾ ਲੜਾਈ ਖਤਮ ਕਰਾਂ, ਅੱਧਾ ਰਾਜ ਤੈਨੂੰ ਹੁਣੇ ਹੀ ਦਿੱਤਾ, ਘਰੇ ਚੱਲ। ਜੇ ਘਰੋਂ ਨਿਕਲਿਆ ਨੂੰ ਦਿਨ ਇੱਕ ਨਹੀਂ ਹੋਇਆ, ਅੱਧ ਤਾਂ ਅੱਜ ਹੀ ਮਿਲੀ ਜਾਂਦਾ, ਤੇ ਜੇ ਤਪ ਕਰਾਂਗੇ ਫੇਰ ਕੀ ਮਿਲੂ। ਉਹ ਮੁੱਕਰ ਗਿਆ, ਕਹਿੰਦਾ ਮੈਂ ਨਹੀਂ ਜਾਣਾ। ਪਿਆਰੇ ਉਹ ਫਿਰ ਧਰੂ ਨੇ ਤਪ ਕਰਿਆ, 5 ਸਾਲ ਦੀ ਉਮਰ ਦੇ ਵਿੱਚ ਪ੍ਰਭੂ ਜੀ ਮਿਲ ਗਏ ਉਹਨੂੰ, ਤੇ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ
ਧਰੂ ਨੂੰ 5 ਸਾਲ ਦੀ ਉਮਰ ਚ ਪਰਮਾਤਮਾ ਨੇ ਸਨਮੁਖ ਦਰਸ਼ਨ ਦਿੱਤੇ ਤੇ ਗਿਆਨ ਦਿੱਤਾ ਉਹਨੂੰ। ਫਿਰ ਧਰੂ ਨੇ ਰਾਜ ਕਰਿਆ। ਗ੍ਰੰਥ ਦੱਸਦੇ ਵੀ 38,000 ਸਾਲ ਧਰੂ ਨੇ ਰਾਜ ਕਰਿਆ। ਫਿਰ ਜਦੋਂ ਸਮਾਂ ਆਇਆ ਕਹਿੰਦੇ ਕਾਲ ਜੀ ਆਏ, ਉਹ ਧਰੂ ਨੂੰ ਕਹਿੰਦੇ ਚੱਲ ਬਈ ਤੇਰੇ ਤੇ ਮੈਂ ਵਿਆਪਣਾ। ਉਹ ਕਹਿੰਦਾ ਉਹ ਕਾਲ ਤੈਨੂੰ ਤਾਂ ਮੈਂ 5 ਸਾਲ ਦੀ ਉਮਰ ਚ ਜਿੱਤ ਲਿਆ, ਹੁਣ ਤਾਂ ਮੈਂ ਬੜਾ ਰਾਜਾ ਵਾਂ, ਤੂੰ ਮੈਨੂੰ ਕਿਵੇਂ ਮੇਰੇ ਤੇ ਵਾਪਰ ਸਕਦਾ। ਉਹ ਕਹਿੰਦਾ ਵੇਖੋ ਜੀ ਮੈਨੂੰ ਤਾਂ ਹੁਕਮ ਹੈ ਮਰਜ਼ਾਦਾ ਵਾ, ਜਾਣਾ ਪਊ। ਉਹ ਕਹਿੰਦਾ ਠੀਕ ਹੈ, ਕਾਹਦੇ ਤੇ ਜਾਣਾ? ਉਹ ਕਹਿੰਦਾ ਬਵਾਨ ਖੜਾ, ਤੁਹਾਨੂੰ ਲੈਣਾ ਹੀ ਹੈ ਨਾਲ। ਵੇਖੋ ਗੰਧਰਬਾ ਇਹ ਹੈ, ਸਾਰੇ ਰਸਤੇ ਤੁਹਾਡੀ ਕੀਰਤੀ ਹੁੰਦੀ ਜਾਣੀ ਹੈ, ਪਰ ਤਨ ਛੱਡਣਾ ਪਊਗਾ, ਆਤਮਕ ਤੌਰ ਤੇ ਆਪਣਾ ਇਹ ਰਾਹ ਵਾ। ਉਹ ਕਹਿੰਦਾ ਠੀਕ ਹੈ ਚੱਲ ਕੋਈ ਨਹੀਂ। ਰਾਜਨੀਤੀ ਵੀ ਆਉਂਦੀ ਸੀ, ਰਾਜਾ ਵੀ ਸੀ, ਭਗਤ ਵੀ ਸੀ। ਉਹ ਕਹਿੰਦਾ ਕਰ ਮੈਨੂੰ ਨਮਸਕਾਰ, ਮਨ ਮੇਰੀ ਅਧੀਨਗੀ। ਕਾਲ ਨੇ ਮੱਥਾ ਟੇਕਿਆ, ਉਹਨੇ ਗੱਚੀ ਤੇ ਪੈਰ ਰੱਖ ਕੇ ਬਵਾਨ ਚ ਬਹਿ ਗਿਆ। ਕਹਿੰਦਾ ਚੱਲ ਬਈ ਸਣ ਦੇਹਾ ਧਰੂ ਪਿਆਰੇ ਹੋ ਗਿਆ, ਤੇ ਗੁਰਬਾਣੀ ਦੇ ਵਿੱਚ ਜ਼ਿਕਰ ਹੈ, ਜਾ ਕੇ ਸੱਚਖੰਡ ਦੇ ਗੇਟ ਤੇ ਰੁਕ ਗਿਆ। ਉਹ ਕਹਿੰਦੇ ਵੀ ਅੱਗੇ ਨਹੀਂ ਜਾ ਸਕਦਾ। ਉਹ ਕਹਿੰਦਾ ਕਿਉਂ? ਉਹ ਕਹਿੰਦੇ ਵੀ ਇਦੋਂ ਗਾਂ ਤਾਂ ਸਿੱਖਾ ਤੂੰ ਨਹੀਂ ਜਾ ਸਕਦਾ, ਆਤਮਕ ਤੌਰ ਤੇ ਜਾਣਾ, ਤੂੰ ਤਾਂ ਸਣ ਦੇਹਾ ਆ ਗਿਆ, ਇੱਥੇ ਰੁਕ, ਸਾਡੀ ਹਸਤੀ ਨਹੀਂ। ਫਿਰ ਅੰਦਰੋਂ ਪ੍ਰਭੂ ਜੀ ਆਏ ਆਪ, ਉਹ ਨਾ ਆ ਕੇ ਕਹਿੰਦੇ ਉਹ ਧਰੂ ਪੁੱਤਰ ਇਹ ਕੀ ਕਰਿਆ? ਉਹ ਕਹਿੰਦਾ ਮਹਾਰਾਜ ਮੈਂ ਕਾਲ ਨੂੰ ਛੋਟੀ ਉਮਰ ਹੀ ਜਿੱਤ ਲਿਆ ਤੁਹਾਡੀ ਭਗਤੀ ਕਰਕੇ। ਉਹ ਕਹਿੰਦੇ ਵੀ ਜਿੱਤ ਤਾਂ ਲਿਆ, ਪਰ ਇਹ ਤਨ ਤਾਂ ਮਾਤ ਲੋਕ ਦਾ ਸਰੀਰ ਹੈ, ਮ੍ਰਿਤ ਲੋਕ ਤੇ ਛੱਡ ਕੇ ਆਉਣਾ ਸੀ, ਤੂੰ ਨਾਲ ਲਿਆਇਆ, ਤੂੰ ਸਾਡੀ ਮਰਜ਼ਾਦਾ ਦੀ ਭੰਗਣਾ ਕਰਤੀ, ਪੁੱਤਰ ਤੂੰ ਸੱਚਖੰਡ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਉਹ ਕਹਿੰਦਾ ਮਹਾਰਾਜ ਫਿਰ ਮੈਂ ਇੰਨਾ ਤਪ ਕਰਿਆ, ਇੰਨੀ ਬੰਦਗੀ ਕਰੀ, ਤੇ ਜੇ ਮੈਂ ਤੁਹਾਡੇ ਸਨਮੁਖ ਬੈਠ ਕੇ ਬੰਦਗੀ ਨਹੀਂ ਕਰ ਸਕਦਾ, ਸੱਚਖੰਡ ਦਾ ਆਨੰਦ ਨਹੀਂ ਲੈ ਸਕਦਾ, ਫਿਰ ਮੇਰੇ ਤਪ ਦਾ ਕੀ ਲਾਭ ਮਿਲਿਆ? ਮਹਾਰੇ ਕਹਿੰਦੇ ਹੁਣ ਇਹ ਤੇਰੀ ਗਲਤੀ ਤੇ ਨਾਲ ਲਾਭ ਦੋਏ ਇਕੱਠੇ ਕਰਦੇ ਆ। ਗਲਤੀ ਤੇਰੀ ਹੋਈ ਆ, ਸੱਚਖੰਡ 'ਚ ਵੜ ਨਹੀਂ ਸਕਦਾ, ਬੰਦਗੀ ਕਰੀ ਹੈ ਤੈਨੂੰ ਮੈਂ ਆਪਣਾ ਦੁਆਰਪਾਲ ਨਿਯੁਕਤ ਕਰਦਾ। ਅੱਜ ਤੋਂ ਜਿਹੜਾ ਸੱਚਖੰਡ 'ਚ ਜਾਊਗਾ ਤੇਰੀ ਆਗਿਆ ਨਾ ਜਾਊ, ਖੜ ਜਾ ਗੇਟ ਤੇ। ਪਿਆਰਿਓ ਧਰੂ ਸਣ ਦੇਹਾ ਗਿਆ, ਅੱਜ ਵੀ ਸੱਚਖੰਡ ਦੇ ਗੇਟ ਤੇ ਖੜਾ। ਸੱਚਖੰਡ 'ਚ ਰਹਿੰਦਾ ਕੌਣ ਹੈ? ਗੁਰੂ ਬਾਣੀ ਕਹਿੰਦੀ ਸੱਚਖੰਡ ਵਸੈ ਨਿਰੰਕਾਰ। ਨਿਰੰਕਾਰ ਦਾ ਦੁਆਰਪਾਲ ਧਰੂ ਬਣਿਆ ਕਾਹਦੇ ਨਾਲ? ਵਾਹਿਗੁਰੂ ਦੀ ਬੰਦਗੀ ਕਰਕੇ, ਨਾਮ ਜਪ ਕੇ। ਦੂਜਾ ਜ਼ਿਕਰ ਆਉਂਦਾ ਪ੍ਰਹਲਾਦ ਦਾ। ਪ੍ਰਹਲਾਦ ਹਰਨਾਕਸ਼ ਦਾ ਪੁੱਤਰ ਸੀ, ਰਾਕਸ਼ ਦਾ, ਜਿਹੜਾ ਰੱਬ ਦੇ ਨਾਲ ਵਿਰੋਧ ਕਰਦਾ ਸੀ। ਉਹ ਕਹਿੰਦੇ ਰੱਬ ਕਿੱਥੇ ਹੈ? ਇਹ ਜਦੋਂ ਨਾ ਬੰਦੇ ਦੀ ਬਿਰਤੀ ਬਦਲਦੀ ਹੈ, ਦੇਖਣ ਨੂੰ ਭਾਵੇਂ ਉਹ ਬੰਦਾ ਹੀ ਹੁੰਦਾ ਪਰ ਰਾਕਸ਼ਾਂ ਵਾਲੀ ਬੁੱਧੀ ਹੋ ਜਾਂਦੀ ਹੈ। ਜਦੋਂ ਬੰਦਾ ਰੱਬ ਨੂੰ ਭੁੱਲ ਜੇ ਨਾ, ਚਲੋ ਭੁੱਲਣਾ ਤਾਂ ਹੋਰ ਗੱਲ ਹੈ, ਪਰ ਜੇ ਆਪ ਨੂੰ ਹੀ ਰੱਬ ਮੰਨ ਲਏ ਫਿਰ ਇੱਥੋਂ ਮਾੜੀ ਕਿਸਮਤ ਕੀ ਹੈ? ਉਹਨੇ ਤਾਂ ਆਪ ਹੀ ਹਰਨਾਕਸ਼ ਨੇ ਕਿਹਾ ਸੀ, ਜਲੇ ਹਰਨਾਕਸ਼ ਥਲੇ ਹਰਨਾਕਸ਼ ਹਰੇ ਵੀ ਹਰਨਾਕਸ਼ ਉਹ ਸੀ, ਇੰਨਾ ਵੱਧ ਗਿਆ ਵੀ ਮੈਂ ਹੀ ਮੈਂ ਆ। ਪ੍ਰਹਲਾਦ ਉਹਨੂੰ ਕਹਿੰਦਾ ਉਹ ਪਿਤਾ ਤੂੰ ਕੀ ਆ? ਤੂੰ ਤਾਂ ਦੁਆਰਪਾਲ ਆ ਭਗਵਾਨ ਦਾ, ਤੇਰੀ ਹੈਸੀਅਤ ਕੀ ਹੈ? ਮੈਂ ਤੇਰਾ ਨਾਮ ਨਹੀਂ ਜਪਣਾ। ਪਿਆਰਿਓ ਪਿਤਾ ਨੇ ਪੁੱਤਰ ਨੂੰ ਮਾਰਨ ਵਾਸਤੇ ਯਤਨ ਕਰਿਆ, ਪਹਾੜਾਂ ਤੋਂ ਰੋੜਤਾ, ਕੁਛ ਨਹੀਂ ਵਿਗੜਿਆ। ਮਹਾਰਾਜ ਨੇ ਐਂ ਉਠਾ ਲਿਆ ਭੁਜਾਂ ਤੇ, ਹੱਥ ਪੈਰ ਬੰਨ ਕੇ ਸੰਗਲਾਂ ਨਾਲ ਸਮੁੰਦਰ 'ਚ ਸੁੱਟਤਾ, ਮਹਾਰਾਜ ਨੇ ਕੱਢ ਲਿਆ। ਹੋਲਕਾਂ ਉਹਦੀ ਭੂਆ ਸੀ, ਉਹਨੂੰ ਵਰਦਾਨ ਸੀ, ਇੱਕ ਬਸਤਰ ਸੀ ਉਹਦੇ ਕੋਲੇ, ਜਦੋਂ ਉੱਪਰ ਲੈ ਲੈਂਦੀ ਉਹਨੂੰ ਅਗਣ ਦਾ ਪ੍ਰਭਾਵ ਨਹੀਂ ਸੀ ਪੈਂਦਾ। ਹਰਨਾਕਸ਼ਾਲ ਦੀ ਭੈਣ ਨੂੰ ਕਹਿੰਦਾ ਭੈਣ ਤੂੰ ਆ ਕੱਪੜਾ ਉੱਤੇ ਲੈ ਕੇ ਇਹਨੂੰ ਖਤਮ ਕਰ, ਚਿਖਾ ਦੇ ਵਿੱਚ ਬਹਿ ਜਾ, ਪ੍ਰਹਲਾਦ ਨੂੰ ਖਤਮ ਕਰ ਦੇ। ਪਿਆਰਿਓ ਉਹਦੀ ਭੂਆ ਚਿਖਾ ਦੇ ਵਿੱਚ ਬਹਿ ਗਈ ਪ੍ਰਹਲਾਦ ਨੂੰ ਲੈ ਕੇ। ਜਦੋਂ ਅਗਣ ਲੱਗੀ, ਹਵਾ ਦਾ ਝੋਕਾ ਆਇਆ, ਪ੍ਰਹਲਾਦ ਢਕਿਆ ਗਿਆ, ਹੋਲਕਾ ਮੱਚ ਗਈ। ਇਹ ਹੈ ਸ਼ਬਦ ਬੋਲਦੇ ਹੁੰਦੇ ਹਾਂ ਆਪਾਂ ਵੀ ਜੜ ਡੋਬੇ ਨਾ ਅਗਨੀ ਸਾੜੇ, ਜਿਨ੍ਹਾਂ ਨੇ ਤੇਰਾ ਇਹ ਨਾਮ ਦਾ ਮਹਾਤਮ ਹੈ।
ਪ੍ਰਹਲਾਦ ਹਰਨਾਸ਼ ਦਾ ਪੁੱਤਰ ਸੀ ਪਰ ਨਾਮ ਜਪ ਕੇ ਤਰ ਗਿਆ। ਹੁਣ ਦ੍ਰਿਸ਼ਟਾਂਤ ਤਾਂ ਬਹੁਤ ਹੈ ਕਿਉਂਕਿ ਨਰਸਿੰਘ ਮਹਾਰਾਜ ਨੇ ਅਵਤਾਰ ਵੀ ਧਾਰਨ ਕਰਿਆ ਜਦੋਂ ਤੱਤੇ ਥੰਮ ਨਾ ਲਾਉਣ ਲੱਗਿਆ। ਇੱਕ ਵਾਰੀ ਡੋਲ ਵੀ ਗਿਆ ਸੀ ਪ੍ਰਹਲਾਦ ਜਦੋਂ ਥੰਮ ਦੇਖਿਆ ਨਾ ਗਰਮ। ਹੁਣ ਜਿਹੜੇ ਸੱਜਣ ਕਨੇਡਾ ਅਮਰੀਕਾ 'ਚ ਜਾਂਦੇ ਕਈ ਕਹਿੰਦੇ ਘਰੇ ਭਣਾ ਥੰਮ ਦਾ ਕੀ ਕੰਮ ਸੀ। ਆ ਜਿਹੜੇ ਕਨੇਡਾ ਅਮਰੀਕਾ ਇੰਗਲੈਂਡ ਵਗੈਰਾ ਜਾ ਕੇ ਆਉਂਦੇ ਉਹਨਾਂ ਨੂੰ ਪਤਾ ਹੈ ਹਰ ਇੱਕ ਘਰ ਦੇ ਵਿੱਚ ਨਾ ਉੱਥੇ ਐਂ ਬਣੇ ਆ ਘਰਾਂ ਦੇ ਵਿੱਚ ਥੰਮਲੇ ਜੇ, ਉਹਦੇ ਵਿੱਚ ਥੱਲੇ ਅੰਗੀਠੀ ਬਣੀ ਉਹਦੇ 'ਚ ਅੱਗ ਬਾਲ ਦਿੰਦੇ ਆ ਅਤੇ ਸਾਰਾ ਘਰ ਨਿੱਘਾ ਹੋ ਜਾਂਦਾ। ਇਸੇ ਤਰ੍ਹਾਂ ਹਰਨਾਸ਼ ਦਾ ਜਿਹੜਾ ਮਹਿਲ ਸੀ ਉਹਨੂੰ ਨਿੱਘਾ ਕਰਨ ਵਾਸਤੇ ਇੱਕ ਵਿਸ਼ੇਸ਼ ਕਮਰਾ ਸੀ। ਉਸ ਕਮਰੇ ਦੇ ਵਿੱਚ ਲੋਹੇ ਦਾ ਥੰਮ ਸੀ, ਉਹਦੇ ਵਿੱਚ ਅੱਗ ਬਾਲਦੇ ਉਹ ਥੰਮ ਲਾਲ ਹੋ ਜਾਂਦਾ, ਸਾਰੇ ਘਰ ਨੂੰ ਨਿੱਘ ਆ ਜਾਂਦਾ। ਹਰਨਾਕਸ਼ ਨੂੰ ਕਹਿੰਦਾ ਚੱਲ ਵੀ ਅੱਜ ਦਿਨ ਤੇਰਾ ਰੱਬ ਮੈਂ ਕਿੱਥੇ ਆ, ਚੱਲ ਉਹ ਥੰਮਲੇ ਨਾ ਪਾ ਜੱਪੀ। ਜਦੋਂ ਦੇਖਿਆ ਨਾ ਲਾਲ ਥੰਮਲਾ, ਪ੍ਰਹਲਾਦ ਫਿਰ ਉਮਰ ਤਾਂ ਬੱਚਾ ਸੀ ਹਜੇ 9 ਸਾਲ ਦੀ ਉਮਰ ਸੀ ਸਾਰੀ, ਸੋਚਦਾ ਵੀ ਮਨਾ ਪਾਣੀ 'ਚ ਤਾਂ 5-7 ਮਿੰਟ ਲੱਗੇ, ਮਹਾਰਾਜ ਨੇ ਕੱਢ ਲਏ। ਇੱਥੇ ਵੀ ਕਹਿੰਦਾ 2-4 ਅੱਗ ਮਿੰਟ ਲੱਗ ਗਏ ਅੱਗ ਨੂੰ, ਆਹ ਤਾਂ ਪੌਣ ਸਾਰੀ ਆਪਾਂ ਜੱਫਾ ਮੱਚ ਜਾਵਾਂਗੇ। ਤੇ ਮਹਾਰਾਜ ਆਊ ਮਨ ਦੇ ਵਿੱਚ ਥੋੜਾ ਆ ਗਿਆ। ਮਹਾਰਾਜ ਨੇ ਸੋਚਿਆ ਵੀ ਮੇਰਾ ਪੁੱਤਰ ਭਰਮ ਪੈ ਗਿਆ ਭੁਲੇਖਾ। ਕਹਿੰਦੇ ਮਹਾਰਾਜ ਨੇ ਕੀੜੀ ਦਾ ਰੂਪ ਧਾਰ ਕੇ ਆਏ ਥੰਮਲੇ ਉੱਤੋਂ ਦੀ ਲੰਘੇ। ਉਹ ਕਹਿੰਦੇ ਉਹ ਪ੍ਰਹਲਾਦ ਪੁੱਤਰ ਤੂੰ ਤਾਂ ਮੇਰਾ ਪਿਆਰਾ ਵਾਂ, ਜਿਹੜੀ ਮੇਰੀ ਨਜ਼ਰ 'ਚ ਨਾ ਕੀੜੀ ਨੂੰ ਵੀ ਨਹੀਂ ਮਚਾ ਸਕਦੇ ਪਾ ਜੱਫਾ। ਜਦੋਂ ਪ੍ਰਹਲਾਦ ਜੱਫਾ ਪਾਉਣ ਲੱਗਿਆ ਥੰਮ ਪਾਟ ਗਿਆ, ਫਿਰ ਮਹਾਰਾਜ ਨਰਸਿੰਘ ਜੀ ਪ੍ਰਗਟ ਹੋਏ ਉੱਥੋਂ ਪਿਆਰਿਓ, ਫਿਰ ਇਹਦਾ ਅੰਤ ਹੋਇਆ ਕਿਉਂਕਿ ਵਰਦਾਨ ਬਹੁਤ ਲਈ ਬੈਠਾ ਸੀ ਨਾ ਧਰਤੀ 'ਤੇ ਮਰਾਂ ਨਾ ਅਸਮਾਨ 'ਚ ਮਰਾਂ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਅਸਤਰ ਨਾਲ ਮਰਾਂ ਨਾ ਸ਼ਸਤਰ ਨਾਲ ਮਰਾਂ ਨਾ ਜੀਵ ਤੋਂ ਮਰਾਂ ਨਾ ਜੰਤੂ ਤੋਂ ਮਰਾਂ ਨਾ ਦੇਵ ਤੋਂ ਮਰਾਂ ਨਾ ਦੈਂਤ ਤੋਂ ਮਰਾਂ, ਸਾਰੇ ਵਰਦਾਨ ਲੈ ਲਏ। ਫਿਰ ਨਰਸਿੰਘ ਜੀ ਮਹਾਰਾਜ ਨੇ ਰੱਖ ਲਿਆ ਗੋਡੇ 'ਤੇ, ਕਹਿੰਦਾ ਦੱਸ ਵੀ ਉੱਥੇ ਲੌਂਦ ਦਾ ਮਹੀਨਾ ਲੱਗਿਆ ਜਿਹੜਾ 13ਵਾਂ ਕਹਿੰਦੇ ਆ, ਲਾ ਲਿਆ ਅੱਧਾ ਅੰਦਰ ਅੱਧਾ ਬਾਹਰ ਬੇੜੀ 'ਤੇ ਖੜ ਕੇ, ਕਹਿੰਦੇ ਦੱਸ ਵੀ ਹੁਣ ਅੰਦਰ ਆ ਕੇ ਬਾਹਰ, ਕਹਿੰਦਾ ਜੀ ਨਾ ਅੰਦਰ ਬਾਹਰ। ਉੱਧਰੋਂ ਜਦੋਂ ਸੂਰਜ ਦੀ ਟਿੱਕੀ ਅੱਧੀ ਛਿਪਦੀ ਆ ਅਤੇ ਅੱਧੀ ਖੜੀ ਹੈ, ਉਹ ਕਹਿੰਦਾ ਦੱਸ ਹੁਣ ਦੇਣਾ ਕਿ ਰਾਤ, ਕਹਿੰਦਾ ਨਾ ਦੇਣ ਰਾਤ। ਕਹਿੰਦਾ ਮੇਰੇ ਕੋਲ ਅਸਤਰ ਸ਼ਾਸਤਰ ਕੀ ਆ, ਕਹਿੰਦਾ ਕੋਈ ਨਹੀਂ। ਕਹਿੰਦਾ ਹੁਣ ਦੱਸ ਤੂੰ ਧਰਤੀ 'ਤੇ ਆ ਕਿ ਅਸਮਾਨ 'ਤੇ ਧਰਿਆ ਗੋਡੇ 'ਤੇ, ਕਹਿੰਦਾ ਜੀ ਕਿਤੇ ਨਹੀਂ। ਕਹਿੰਦੇ ਫਿਰ ਖਿੱਚ ਤਿਆਰਾ ਚੱਲ, ਐਂ ਉਹਦੇ ਢਿੱਡ 'ਤੇ ਉਂਗਲਾਂ ਰੱਖ ਕੇ ਜਦੋਂ ਉਹਦਾ ਪੇਟ ਪਾ ਦਿਆ ਨਾ ਹੱਸ ਪਿਆ। ਮਹਾਰਾਜ ਕਹਿੰਦੇ ਤੂੰ ਹੱਸਦਾ, ਉਹ ਕਹਿੰਦਾ ਮੈਨੂੰ ਲੱਗ ਗਿਆ ਪਤਾ ਤੂੰ ਕੌਣ ਹੈ, ਤੂੰ ਭਗਵਾਨ ਹੈ, ਆਪ ਪ੍ਰਗਟ ਹੋਇਆ। ਅਤੇ ਮਹਾਰਾਜ ਕਹਿੰਦੇ ਫਿਰ ਹੱਸਿਆ ਕਿਉਂ, ਕਹਿੰਦਾ ਹੱਸਿਆ ਇਸ ਲਈ ਆ ਰਿਸ਼ੀ ਮੁਨੀ ਤੇਰੀ ਬੰਦਗੀ ਕਰਦੇ ਆ 1000 ਸਾਲ, ਮੰਗਦੇ ਕੀ ਹੈ ਵੀ ਮਹਾਰਾਜ ਜਦੋਂ ਮੈਂ ਮਰਾਂ ਤੂੰ ਕੋਲੇ ਖੜਾ ਹੋਵੇਂ। ਅਤੇ ਕਹਿੰਦਾ ਸਾਰੀ ਉਮਰ ਤੇਰੇ ਨਾਲ ਦੁਸ਼ਮਣੀ ਕਰੀ, ਕਹਿੰਦਾ ਕੋਲੇ ਨਹੀਂ ਤੇਰੀ ਗੋਡੀ 'ਚ ਪਿਆ, ਕਹਿੰਦਾ ਹੋਰ ਕੀ ਚਾਹੀਦਾ, ਆਪ ਆ ਗਿਆ। ਪਿਆਰਿਓ ਇਹ ਵਾਹਿਗੁਰੂ ਦੀ ਜਿਹੜੀ ਬੰਦਗੀ ਆ ਨਾ, ਅਤੇ ਉੱਥੇ ਮਹਾਰਾਜ ਨੇ ਕੀ ਕਿਹਾ, ਪ੍ਰਹਲਾਦ ਵੀ ਰੋਣ ਲੱਗ ਗਿਆ ਕਿਉਂਕਿ ਜਦੋਂ ਪਿਤਾ ਦੀ ਮ੍ਰਿਤੀ ਹੋਈ ਕੋਮਲ ਹਿਰਦਾ ਸੀ ਨਾ, ਜਿਹੜੇ ਦਿਆਵਾਨ ਲੋਕ ਆ ਨਾ ਉਹ ਦੂਜੇ ਦਾ ਦੁੱਖ ਨਹੀਂ ਝੱਲਦੇ ਭਾਵੇਂ ਆਪ ਨੂੰ ਜਿੰਨਾ ਮਰਜ਼ੀ ਦੁੱਖ ਦਿੱਤਾ ਹੋਵੇ, ਜਿਹੜੇ ਆਪ ਨੂੰ ਦੁੱਖ ਦਿੰਦੇ ਆ ਨਾ ਉਹਨਾਂ ਦਾ ਦੁੱਖ ਵੀ ਦੇਖ ਨਹੀਂ ਸਕਦੇ। ਉਹ ਕਹਿੰਦਾ ਮਹਾਰਾਜ ਇਹ ਮੇਰਾ ਪਿਤਾ ਮਰ ਗਿਆ, ਉਹ ਕਹਿੰਦੇ ਹਾਂ। ਕਹਿੰਦਾ ਹੁਣ ਇਹ ਨਰਕਾਂ 'ਚ ਜਾਊ, ਮਹਾਰਾਜ ਨੇ ਸੋਚਿਆ ਵੀ ਚਿੰਤਾ 'ਚ ਆਊ। ਕਹਿੰਦੇ ਉਹ ਪੁੱਤਰ ਜਿਹਦੇ ਘਰੇ ਤੇਰੇ ਵਰਗਾ ਭਗਤ ਪੈਦਾ ਹੋ ਜੇ ਉਹ ਨਰਕਾਂ 'ਚ ਕਿਵੇਂ ਜਾਊ, ਪੁੱਤ ਤੁਹਾਡੀਆਂ ਤਾਂ 21 ਕੁਲਾਂ ਸਵਰਗਾਂ 'ਚ ਜਾਣਗੀਆਂ। ਗੁਰੂ ਪਿਆਰਿਓ ਨਾਮ ਦਾ ਮਹਾਤਮ ਆ। ਇੱਥੇ ਮਹਾਰਾਜ ਕਹਿੰਦੇ ਧਰੂ ਪ੍ਰਹਲਾਦ ਤੀਜਾ ਪੱਖ ਫਿਰ ਪੇਸ਼ ਕਰਤਾ, ਕੀ ਕਹਿੰਦੇ ਬਿਦਰ। ਹੁਣ ਬਿਦਰ ਕੌਣ ਸੀ, ਇਹ ਕੈਰਵਾਂ ਦਾ ਵਜ਼ੀਰ ਸੀ, ਬੜਾ ਵੱਡੇ ਸੋਚ ਦਾ ਮਾਲਕ ਸੀ, ਪਰ ਦਾਸੀ ਦੇ ਘਰੇ ਪੁੱਤਰ ਆਇਆ। ਪਿਆਰਿਓ ਕ੍ਰਿਸ਼ਨ ਜੀ ਇਹਦੇ ਘਰੇ ਜਾ ਕੇ ਠਹਿਰੇ ਅਤੇ ਦੁਰਯੋਧਨ ਨੂੰ ਜਦੋਂ ਦੂਜੇ ਦਿਨ ਕ੍ਰਿਸ਼ਨ ਜੀ ਮਿਲੇ, ਉਹ ਕਹਿੰਦਾ ਕ੍ਰਿਸ਼ਨ ਨੂੰ ਕਹਿੰਦਾ ਮੈਂ ਦੇਖ ਲਿਆ ਤੂੰ ਗਵਾਲਾ ਹੀ ਹੈ, ਉਹ ਠੀਕ ਹੈ ਤੈਨੂੰ ਰਾਜ ਭਾਗ ਮਿਲ ਗਿਆ ਪਰ ਤੈਨੂੰ ਅਕਲ ਨਹੀਂ ਆਈਗੀ। ਵੇਖੋ ਕ੍ਰਿਸ਼ਨ ਨੂੰ ਕੀ ਕਹਿੰਦਾ,
ਉਹ ਕਹਿੰਦੇ ਕਿਉਂ? ਉਹ ਕਹਿੰਦਾ ਮੈਂ ਮਹਿਲਾਂ 'ਚ 36 ਪਦਾਰਥ ਬਣਾ ਕੇ ਰੱਖੇ ਅਤੇ ਤੂੰ ਜਾ ਕੇ ਉਹ ਦਾਸੀ ਦੇ ਪੁੱਤਰ ਦੇ ਘਰੇ ਪੈ ਗਿਆ। ਕ੍ਰਿਸ਼ਨ ਜੀ ਉਹਨੂੰ ਕਹਿੰਦੇ ਉਹ ਦੁਰਯੋਧਨ ਤੇਰੇ ਘਰ ਦਾ ਦੁੱਧ ਤੇ ਕਹਿੰਦੇ ਬਿਦਰ ਦੇ ਘਰ ਦਾ ਪਾਣੀ ਕਹਿੰਦੇ ਉਦੋਂ ਵੀ ਚੰਗਾ ਵਾ। ਇਹ ਬਾਣੀ ਚ ਦਰਸਤਾਂਟ ਦੇ ਕੇ ਦੱਸੇ ਆ ਪਿਆਰਿਓ। ਬਿਦਰ ਪ੍ਰਭੂ ਦਾ ਭਗਤ ਸੀਗਾ। ਜੇ ਹੁਣ ਮੈਂ ਇੱਥੇ ਫਿਰ ਇਹ ਸਾਖੀ ਨੂੰ ਕਰਿਆ ਬਿਦਰ ਕੌਣ ਸੀ, ਉਹ ਕਿਉਂ ਦਾਸੀ ਦਾ ਪੁੱਤਰ ਬਣਿਆ, ਐਡਾ ਭਗਤ ਸੀ, ਉਹਦੇ ਪ੍ਰਾਂਤਨ ਜਨਮ ਦੀ ਵੀ ਕਥਾ। ਇਹ ਬਿਦਰ ਧਰਮਰਾਜ ਦਾ ਅਵਤਾਰ ਸੀ, ਗ੍ਰੰਥ ਦੱਸਦੇ ਆ, ਜਿਹੜਾ ਲੋਕਾਂ ਦੇ ਲੇਖੇ ਜੋਖੇ ਕਰਦਾ। ਲੇਖੇ ਜੋਖੇ ਦੇ ਚੱਕਰ ਚ ਫਸ ਗਿਆ ਵਿਚਾਰਾ, ਦਾਸੀ ਦਾ ਪੁੱਤਰ ਬਣਨਾ ਪਿਆ। ਚਲੋ ਫਿਰ ਕਿਤੇ ਗੁਰੂ ਕਿਰਪਾ ਕਰਨ। ਇੱਥੇ ਮਾਰੇ ਕਹਿੰਦੇ ਹਾਂ ਧਰੋ ਪ੍ਰਹਲਾਦ ਬਿਦਰ ਦਾਸੀ ਸੁੱਤ ਗੁਰਮੁਖ ਨਾਮ ਤਰੇ। ਹੇ ਵਾਹਿਗੁਰੂ, ਭਗਤ ਉੱਚੀ ਸੋਚ ਵਾਲਾ ਧਰਮੀ ਰਾਜਾ, ਉਹਦਾ ਪੁੱਤਰ ਧਰੋ, ਹਰਨਾਕਸ਼ ਦਾ ਪੁੱਤਰ ਪ੍ਰਹਲਾਦ, ਦਾਸੀ ਦਾ ਪੁੱਤਰ ਕਹਿੰਦੇ ਬਿਦਰ। ਵਾਹਿਗੁਰੂ, ਇੱਥੇ ਗਰੀਬੀਆਂ ਅਮੀਰੀਆਂ ਨਹੀਂ, ਬੜੇ ਛੋਟੇ ਨਹੀਂ, ਚੰਗੇ ਮਾੜੇ ਨਹੀਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹ ਵਾਹਿਗੁਰੂ ਜੀ ਤਰ ਗਏ, ਜਿਨ੍ਹਾਂ ਨੇ ਤੇਰੇ ਵੱਲੀ ਮੂੰਹ ਕਰ ਲਿਆ ਤਰ ਗਏ। ਹੇ ਵਾਹਿਗੁਰੂ, ਇਹ ਜੁਗਾਂ ਜਗੰਤਰਾਂ ਤੋਂ ਤੂੰ ਮਰਜ਼ਾਦਾ ਦੇ ਵਿੱਚ ਹੈ, ਤਾਰਦਾ ਆਇਆ। ਸੋ ਗੁਰੂ ਜੀ ਕਹਿੰਦੇ ਪਿਆਰਿਓ, ਆਓ ਆਪਾਂ ਇੱਕ ਸ਼ਬਦ ਵੀ ਕਹਿੰਦੇ ਹਾਂ, ਰਚਨਾ ਪਵਿੱਤਰ ਕਰਿਓ, ਪ੍ਰੇਮ ਨਾਲ ਫਿਰ ਅੱਗੇ ਆਪਾਂ ਵਿਚਾਰ ਕਰਾਂਗੇ। ਪਤ ਰੱਖਦਾ ਜੀ ਜੁਗੋ ਜੁਗ ਭਗਤ ਹੋਣੀ, 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 ਪਤ ਰੱਖਦਾ ਗੁਰੂ ਪਿਆਰਿਓ। ਸਾਰੇ ਯੁੱਗਾਂ ਨੇ ਦ੍ਰਿਸ਼ਟਾਂਤ ਦਿੱਤੇ ਪਾਤਸ਼ਾਹ ਨੇ, ਹਰ ਯੁੱਗ ਦੇ ਵਿੱਚ ਭਗਤਾਂ ਦੀ ਪਤ ਰੱਖੀ ਗੁਰੂ ਮਹਾਰਾਜ ਨੇ, ਆਪਣੇ ਭਗਤਾਂ ਨੂੰ ਸਨਮਾਨ ਦਿੱਤਾ, ਸਾਰਿਆਂ ਨੂੰ ਤਾਰਤਾ, ਜਿਨ੍ਹਾਂ ਨੇ ਗੁਰੂ ਗੱਲੀ ਮੁੱਖ ਕਰ ਲਿਆ ਤਰ ਗਏ। ਚੌਥੇ ਪਾਤਸ਼ਾਹ ਕਹਿੰਦੇ ਪਿਆਰਿਓ, ਤਰੇ ਕਾਹਦੇ ਨਾਮ ਨਾ, ਅਸਲੀਅਤ ਜਦੋਂ ਨਾਮ ਜਪਦੇ ਆ ਨਾ, ਸਾਡਾ ਮੂੰਹ ਗੁਰੂ ਵੱਲੀ ਹੋ ਜਾਂਦਾ, ਸਾਡਾ ਮਨ ਗੁਰੂ ਵੱਲੀ ਨੂੰ ਮੁੜ ਪੈਂਦਾ, ਤੇ ਜਿੰਨਾ ਚਿਰ ਸਿਮਰਨ ਨਹੀਂ ਕਰਦੇ ਫਿਰ ਸਾਡਾ ਮੂੰਹ ਮਨ ਵੱਲੀ ਹੋ ਜਾਂਦਾ, ਜਿੱਧਰ ਮਨ ਲਿਜਾਂਦਾ ਉੱਧਰ ਜਾਂਦੇ ਆ, ਤੇ ਜਦੋਂ ਨਾਮ ਜਪਦੇ ਆ ਫਿਰ ਮਨ ਉੱਧਰ ਜਾਂਦਾ ਜਿੱਧਰ ਗੁਰੂ ਕਹਿੰਦਾ। ਇਸ ਲਈ ਪਿਆਰਿਓ, ਤਰੇ ਕੌਣ? ਜਿਨ੍ਹਾਂ ਨੇ ਨਾਮ ਜਪਿਆ। ਸੋ ਇੱਥੇ ਗੁਰੂ ਮਹਾਰਾਜ ਨੇ ਵਿਸ਼ਰਾਮ ਪਾ ਕੇ ਅੱਗੇ ਮਹਾਤਮ ਨਾਮ ਦਾ ਦੱਸਦੇ ਆ ਕੀ ਕਹਿੰਦੇ, ਸੁਣੋ ਪ੍ਰੇਮ ਨਾ। ਚੌਥੇ ਪਾਤਸ਼ਾਹ ਗੁਰੂ ਬਾਣੀ 'ਚ ਇਉਂ ਸਮਝਾ ਰਹੇ ਆ, ਕਾਲ ਯੁਗ ਨਾਮ ਪ੍ਰਧਾਨ ਪਦਾਰਥ, ਭਗਤ ਜਨਾ ਉਦਰੇ, ਨਾਮਾ ਜੈ ਦਿਓ ਕਬੀਰ ਤਰਲੋਚਨਾ, ਸਭ ਦੁਖ ਗਏ ਚਮਰੇ, ਗੁਰਮੁਖ ਨਾਮ ਲੱਗੇ ਸੇ ਉਦਰੇ, ਸਭ ਕਹਿਲ ਵੇਖੋ ਪਾਪ ਟਰੇ। ਗੁਰੂ ਜੀ ਕਹਿੰਦੇ ਕਲਯੁਗ ਨਾਮ ਪ੍ਰਧਾਨ ਪਦਾਰਥ, ਚਾਰ ਪਦਾਰਥਾਂ ਨਾ, ਚਾਰਾਂ ਪਦਾਰਥਾਂ ਦੇ ਵਿੱਚੋਂ ਮੁੱਖ ਪਦਾਰਥ ਵਾਹਿਗੁਰੂ ਦਾ ਨਾਮ ਹੈ, ਆ ਸਤਸੰਗ ਪਦਾਰਥ ਹੈ, ਪਰ ਕਾਹਦੇ ਨਾ? ਵਾਹਿਗੁਰੂ ਦੀ ਬੰਦਗੀ। ਜੇ ਆਪਾਂ ਇੱਥੇ ਨਿੰਦਿਆ ਕਰਨ ਲੱਗ ਜਾਈਏ, ਈਰਖਾ ਦੇ ਸ਼ਬਦ ਬੋਲੀਏ, ਦਵੈਸ਼ ਭਾਵਨਾ ਬੋਲੀਏ ਪਿਆਰਿਓ, ਫਿਰ ਇਹਦਾ ਮਹਾਤਮ ਖਤਮ ਹੈ। ਇਹਦਾ ਮਹਾਤਮ ਨਾਮ ਨਾਲ ਹੈ, ਕਿਉਂਕਿ ਸਤ ਸੰਗਤ ਸੋਈ ਜਾਣੀ ਹੈ ਜਿੱਥੇ ਏਕਾ ਨਾਮ
ਜਿੱਥੇ ਇੱਕੋ ਹੀ ਵਾਹਿਗੁਰੂ ਦੇ ਨਾਮ ਦਾ ਵਖਿਆਨ ਹੋਵੇ, ਜਿੱਥੇ ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਦੇ ਨਾਮ ਦਾ ਵਖਿਆਨ ਹੋਵੇ, ਜਿੱਥੇ ਵਾਹਿਗੁਰੂ ਦੇ ਹੁਕਮ ਮੰਨਣ ਵਾਲਿਆਂ ਦਾ ਵਖਾਣ ਹੋਵੇ, ਰੱਬ ਦੇ ਪਿਆਰਿਆਂ ਦੀਆਂ ਗੱਲਾਂ ਹੋਣ। ਈਰਖਾ ਦਵੈਸ਼ ਭਾਵ ਨਹੀਂ ਹੋਣਾ ਚਾਹੀਦਾ। ਇੱਥੇ ਗੁਰੂ ਜੀ ਕਹਿੰਦੇ ਕਲਯੁਗ ਨਾਮ ਪ੍ਰਧਾਨ ਪਦਾਰਥ, ਹੁਣ ਆਪਾਂ ਸਤਸੰਗ ਕਰਦੇ ਹਾਂ ਇਹ ਪਦਾਰਥ ਹੈ, ਉੱਥੇ ਗੁਰਸੰਗਤ ਸੇਵਾ ਕਰ ਰਹੀ ਹੈ, ਬੇਅੰਤ ਕੋਈ ਜੋੜਿਆਂ ਦੀ ਸੇਵਾ ਕਰਦਾ। ਦੇਖੋ ਪਿਆਰਿਓ, ਬੜੇ ਸਤਿਕਾਰਯੋਗ ਲੋਕ ਨੇ, ਬੜੇ ਅਮੀਰ ਘਰਾਂ ਦੇ ਬੱਚੇ ਸੇਵਾ ਕਰਨ ਵਾਲੇ। ਦੇਖੋ ਗਰੀਬੀਆਂ ਅਮੀਰੀਆਂ ਦੀ ਗੱਲ ਨਹੀਂ, ਭਾਵਨਾ ਦੀ ਗੱਲ ਹੈ, ਪਰ ਫਿਰ ਵੀ ਅਮੀਰੀ ਵਾਲਾ ਡੰਡਾ ਜਿੰਨਾ ਚਿਰ ਨਿਕਲਦਾ ਨਹੀਂ ਨਾ, ਉਨਾ ਚਿਰ ਸੇਵਾ ਨਹੀਂ ਕਰ ਸਕਦਾ ਗਾ। ਜਦੋਂ ਬੰਦਾ ਸੇਵਾ ਕਰਦਾ ਉਹਦੇ ਮਨ ਦੇ ਵਿੱਚੋਂ ਅਮੀਰੀ ਵਾਲਾ ਹੰਕਾਰ ਨਿਕਲ ਜਾਂਦਾ। ਕਿਤੇ ਸੇਵਾ ਕਰ ਰਹੇ ਆ ਜੋੜਿਆਂ ਦੀ, ਕਿੰਨੇ ਸਤਿਕਾਰ ਨਾਲ ਪਹਿਲਾਂ ਜੋੜੇ ਫੜਦੇ ਆ, ਫਿਰ ਮੱਥੇ ਨਾਲ ਲਾਉਂਦੇ ਆ, ਫਿਰ ਰੱਖਦੇ ਆ, ਫਿਰ ਸਾਫ਼ ਕਰਦੇ ਆ, ਫਿਰ ਜਾਣ ਵੇਲੇ ਸਾਡੇ ਭੇਟ ਕਰ ਦਿੰਦੇ ਆ, ਪੇਸ਼ ਕਰ ਦਿੰਦੇ ਆ। ਕੋਈ ਜਲ ਛਕਾ ਰਿਹਾ, ਜਲ ਛਕਾਉਂਦੇ ਆ, ਬਰਤਨ ਦਿੰਦੇ ਆ, ਸਾਫ਼ ਕਰਦੇ ਆ, ਫਿਰ ਜਲ ਦਿੰਦੇ ਆ, ਕਿੰਨਾ ਪ੍ਰੇਮ ਪਿਆਰ ਹੈ। ਜਦੋਂ ਆਉਣ ਸਾਰ ਉੱਤਰੀ ਦਾ ਪਹਿਲਾਂ ਜਲ ਵਾਲੇ ਰੋਕਦੇ ਆ ਵੀ ਸਾਡਾ ਜੀ ਜਲ ਛੱਕ ਕੇ ਜਾਓ, ਪਰ ਵੇਖੋ ਪ੍ਰੇਮ ਇੰਨਾ ਨਾ ਜਲਦਾ ਲੈ ਕੇ ਪਿਆ ਦਿੰਦੇ ਆ ਦੁੱਧ, ਕਹਿਣਗੇ ਜੀ ਆ ਜ਼ਰੂਰ ਛਕੋ। ਮੈਂ ਕਿਹਾ ਯਾਰ ਤੁਸੀਂ ਸਵੀਲ ਤਾਂ ਜਲਦੀ ਲਾਈ ਹੈ। ਕਹਿੰਦੇ ਨਹੀਂ ਜੀ ਇਹ ਸਾਡੀ ਤੁਹਾਡੇ ਨਾਲ ਪ੍ਰੇਮ ਦੀ ਭੇਟ ਹੈ। ਮੈਂ ਕਿਹਾ ਲਿਆਓ ਭਰਾਵੋ, ਤੁਹਾਡੀ ਭੇਟਾ ਕਾਹਦਾ, ਤੁਹਾਡੀਆਂ ਤਾਂ ਬਖਸ਼ਿਸ਼ਾਂ ਨੇ ਸੰਗਤ ਦੀਆਂ, ਤੁਹਾਡਾ ਦੁੱਧ ਛੱਕ ਕੇ ਤਾਂ ਮਨ ਨਿਰਮਲ ਹੋ ਜੂਗਾ, ਮਾੜੀ ਮੋਟੀ ਮੈਲ ਹੈਗੀ ਉਹ ਵੀ ਨਿਕਲ ਜੂਗੀ, ਕਿਉਂਕਿ ਜਿਹੜਾ ਰੱਬ ਦੇ ਪਿਆਰਿਆਂ ਦੀ ਚੀਜ਼ ਪ੍ਰਾਪਤ ਕਰਨੀ ਹੈ ਨਾ ਪਿਆਰਿਓ, ਇਹ ਮਨ ਨੂੰ ਨਿਰਮਲ ਕਰ ਦਿੰਦੀ ਹੈ ਇਹ ਸੇਵਾ। ਉੱਥੇ ਝੋਕਾ ਲਾ ਰਹੇ ਆ, ਕੋਈ ਸਬਜ਼ੀ ਕੱਟ ਰਿਹਾ, ਕੋਈ ਬਣਾ ਰਿਹਾ, ਕੋਈ ਆਟਾ ਗੁੰਨ ਰਿਹਾ, ਕੋਈ ਸਾਣ ਰਿਹਾ, ਕੋਈ ਪੇੜੇ ਕਰ ਰਹੀਆਂ ਬੀਬੀਆਂ, ਕੋਈ ਪ੍ਰਸ਼ਾਦੇ ਵੇਲੇ ਹੈ, ਬੇਅੰਤ ਕੋਈ ਬਰਤਨ ਸਾਫ਼ ਕਰਦਾ, ਕੋਈ ਵਰਤਾਉਂਦਾ, ਇਹ ਸੇਵਾਵਾਂ ਨੇ, ਪਦਾਰਥ ਹੈ। ਪ੍ਰਣਾਮ ਤੋਂ ਬਿਨਾਂ ਅਧੂਰਾ, ਸਿਮਰਨ ਤੋਂ ਬਿਨਾਂ ਸੇਵਾ ਸਿੱਖਣੀ ਹੈ। ਦੇਖੋ ਨਾਮ ਪ੍ਰਧਾਨ ਪਦਾਰਥ ਹੈ, ਪੁੰਨ ਤੇ ਦਾਨ। ਜੇ ਆਪਾਂ ਆਪਦੇ ਨਾਮ ਤੇ ਕਰੀਏ ਹੰਕਾਰ ਆ ਜਾਂਦਾ, ਜੇ ਗੁਰੂ ਦੇ ਨਾਮ ਤੇ ਕਰੀਏ ਤਾਂ ਦਾਨ। ਤਾਂਹੀ ਉਹ ਕਹਿੰਦੇ ਆ ਨਾ ਗੁਪਤ ਦਾਨ ਤੇ ਮਹਾ ਕਲਿਆਣ। ਗੁਪਤ ਦਾ ਭਾਵ ਆ ਵੀ ਆਪ ਛੁੱਪ ਜਾਣਾ, ਗੁਰੂ ਨੂੰ ਭੇਟਾ ਕਰ ਦੇਣਾ। ਗੁਰੂ ਪਿਆਰਿਓ ਪ੍ਰਧਾਨ ਪਦਾਰਥ ਨਾਮ ਹੈ। ਜਦੋਂ ਵਾਹਿਗੁਰੂ ਦੇ ਨਾਮ ਨੂੰ ਸਮਰਪਿਤ ਹੋ ਗਏ ਨਾ, ਫਿਰ ਮਹਾਰਾਜ ਕਹਿੰਦੇ ਨਾਮ ਪਦਾਰਥ ਭਗਤ ਜਨਾ ਉਧਰੈ। ਵਾਹਿਗੁਰੂ ਦੀ ਬੰਦਗੀ ਕਰਨ ਵਾਲਿਆਂ ਦਾ ਆਧਾਰ ਹੋ ਗਿਆ। ਹੁਣ ਭਗਤ ਕੌਣ ਸੀ? ਇੱਥੇ ਉਹ ਭਗਤਾਂ ਦਾ ਜ਼ਿਕਰ ਕਰਿਆ ਜਿਹਨੂੰ ਸੰਸਾਰਕ ਲੋਕ ਦੁਰਕਾਰਦੇ ਸੀ, ਪਰ ਗੁਰੂ ਨੇ ਉਹਨਾਂ ਨੂੰ ਮਹਾਨ ਬਣਾਇਆ। ਮਹਾਨ ਕਿੰਨੇ ਵੱਡੇ ਬਣਾਤਾ। ਹੁਣ ਇੱਥੇ ਮਹਾਰਾਜ ਕਹਿੰਦੇ ਨਾਮਾ ਜੈ ਦਿਓ ਕਬੀਰ ਤ੍ਰਿਲੋਚਨ ਸਭ ਦੋਖ ਗਏ ਜਮਰੇ। ਨਾਮਦੇਵ, ਜੈ ਦੇਵ, ਕਬੀਰ, ਤ੍ਰਿਲੋਚਨ ਤੇ ਰਵਿਦਾਸ ਮਹਾਰਾਜ ਦਾ ਜ਼ਿਕਰ ਕਰਿਆ। ਹੁਣ ਕਿੰਨੇ ਭਗਤ ਹੈ ਪਿਆਰਿਓ? ਪੰਜ ਭਗਤਾਂ ਦਾ ਜ਼ਿਕਰ, 15 ਭਗਤਾਂ ਦੇ ਵਿੱਚੋਂ ਪੰਜ ਭਗਤਾਂ ਦਾ ਜ਼ਿਕਰ ਇੱਥੇ ਕਰਿਆ। ਮਹਾਰਾਜ ਕਹਿੰਦੇ ਇਉਂ ਨਹੀਂ ਵੀ ਸੱਤ ਯੁੱਗ ਦੇ ਵਿੱਚ ਦੂਜੇ ਯੁੱਗਾਂ 'ਚ ਸੀ। ਜੇ ਹੁਣ ਮੈਂ ਜ਼ਿਕਰ ਕਰਾਂ ਨਾਮਦੇਵ ਕਿੱਡਾ ਵੱਡਾ ਭਗਤ ਸੀ, ਜੈਦੇਵ ਕਿੰਨੇ ਮਹਾਨ ਸੀ, ਕਬੀਰ ਜੀ ਇਹਨਾਂ ਦਾ ਜੀਵਨ ਇਤਿਹਾਸ ਹੈ ਪਿਆਰਿਓ। ਮੈਂ ਕੱਲ੍ਹ ਵੀ ਬੇਨਤੀ ਕਰੀ ਸੀ, ਕਬੀਰ ਜੀ ਕਾਂਸ਼ੀ ਦੇ ਵਿੱਚ ਰਹੇ ਆ ਤੇ ਕਾਂਸ਼ੀ ਦੇ ਵਿੱਚ ਰਹਿ ਕੇ ਪੰਡਤਾਂ ਨੂੰ ਗਿਆਨ ਦਿੱਤਾ। ਰਾਮ ਦੇ ਨਾਮ ਦਾ ਮਹਾਤਮ ਬਹੁਤਾਂਤ ਵਾਰੀ ਉਹਨਾਂ ਨੇ ਵਰਣਨ ਕਰਿਆ, ਦੱਸਿਆ ਵੀ ਰਾਮ ਕੀ ਹੈ। ਉਹਨਾਂ ਨੂੰ ਕਿਹਾ ਪਿਆਰਿਓ ਕੇਵਲ ਜਿਹੜੀ ਮੂਰਤੀ ਪੂਜਾ ਨਾ ਇਹਦੇ ਤੱਕ ਨਾ ਰਹੋ, ਉਹਦੇ ਨਾਮ ਨੂੰ ਪ੍ਰਾਪਤ ਕਰੋ। ਪਖੰਡ ਦਾ ਮਤਲਬ ਹੈ ਵੀ ਅੰਦਰ ਭਾਵਨਾ ਹੈ ਨਹੀਂ ਦਿਖਾਵਾ ਕਰਨਾ,
ਪਰ ਜਿਹੜੇ ਲੋਕ ਗੁਰੂ ਨੂੰ ਪੂਜਦੇ ਆ ਉਹ ਪਿਆਰਿਓ ਉਹਦੇ ਸਰੂਪ ਦਾ ਵੀ ਸਤਿਕਾਰ ਕਰਦੇ ਆ ਤੇ ਉਦੋਂ ਵੱਧ ਉਹਦੇ ਬਚਨ ਦਾ ਸਤਿਕਾਰ ਕਰਦੇ ਆ। ਜਿਹੜੇ ਲੋਕ ਬਚਨ ਦਾ ਸਤਿਕਾਰ ਕਰਦੇ ਆ ਫਿਰ ਉਹ ਗੁਰੂ ਦੇ ਹੁਕਮ ਵਿੱਚ ਰਹਿ ਕੇ ਕਰਮ ਕਰਦੇ ਆ। ਇੱਥੇ ਭਗਤਾਂ ਨੇ ਕਰਮ ਕਰੇ ਆ ਤੇ ਜੇ ਇਹਨਾਂ ਦਾ ਜੀਵਨ ਕਰੀਏ, ਭਗਤਾਂ ਨੇ ਤਾਂ ਸਾਨੂੰ ਸੌਖਾ ਹੀ ਗੱਲ ਕਹਿਤੀ, ਉਹ ਕਹਿੰਦੇ ਹੱਥ ਕਾਰ ਬੱਲੇ ਤੇ ਦਿਲ ਕਰਤਾਰ ਬੱਲੇ। ਹੱਥਾਂ ਨਾਲ ਕਿਰਤ ਕਮਾਈ ਕਰੋ ਤੇ ਆਪਣੀ ਭਾਵਨਾ ਦੇ ਨਾਲ ਕਰੋ। ਹੁਣ ਰਵਿਦਾਸ ਜੀ ਦੇ ਦ੍ਰਿਸ਼ਟਾਂਤ ਬਹੁਤ ਨੇ, ਦੇਖੋ ਖੜ ਕੇ ਰਵਿਦਾਸ ਜੀ ਨੇ ਪਰਮਾਤਮਾ ਨਾਲ ਗੱਲ ਕਰੀ ਸੀ। ਕੀ ਕਹਿੰਦੇ? ਕਹਿੰਦੇ ਮੋਹੀ ਤੋਹੀ ਤੋਹੀ ਮੋਹੀ ਅੰਤਰ ਕੈਸਾ। ਰੱਬ ਨੂੰ ਕਹਿੰਦਾ ਰਵਿਦਾਸ, ਕਹਿੰਦਾ ਦੱਸੋ ਪ੍ਰਭੂ ਜੀ, ਮੈਂ ਤੂੰ ਤੂੰ ਮੈਂ, ਹੁਣ ਕੋਈ ਭੇਦ ਹੈਗਾ ਆਪਣੇ 'ਚ? ਤੇਰੇ ਤੇ ਮੇਰੇ 'ਚ ਕੀ ਫਰਕ ਰਹਿ ਗਿਆ ਦੱਸ? ਲੋਕਾਂ ਭਾਣੇ ਮੈਂ ਚਮੜੇ ਦਾ ਕੰਮ ਕਰਦਾ, ਤੂੰ ਦੱਸ ਵੀ ਆਪਣੇ ਹੁਣ ਦੋਨਾਂ 'ਚ ਕੀ ਫਰਕ ਹੈ? ਫਿਰ ਨਾਲ ਹੀ ਦੱਸਿਆ, ਕਹਿੰਦਾ ਜਿਉਂ ਜਲ ਤਰੰਗ ਜੈਸਾ, ਕਹਿੰਦਾ ਜਿਵੇਂ ਸਮੁੰਦਰ ਦੇ ਵਿੱਚੋਂ ਜਲ ਦੀਆਂ ਤਰੰਗਾਂ ਉੱਠਦੀਆਂ, ਉੱਚੀਆਂ ਉੱਠਦੀਆਂ, ਵਿੱਚ ਸਮਾ ਜਾਂਦੀਆਂ। ਹੇ ਪ੍ਰਭੂ, ਜਦੋਂ ਮਨੁੱਖ ਉੱਚਾ ਉੱਠਦਾ ਉਦੋਂ ਤੈਥੋਂ ਅਲੱਗ ਹੋ ਜਾਂਦਾ, ਜਦੋਂ ਨੀਵਾਂ ਹੁੰਦਾ ਤੇਰੇ ਵਿੱਚ ਸਮਾ ਜਾਂਦਾ। ਦੇਖੋ ਕਿੱਡਾ ਵੱਡਾ ਗਿਆਨ ਹੈ। ਕਹਿੰਦੇ ਤਰੰਗ ਜਿਹੜੀ ਲਹਿਰ ਆ ਉੱਚੀ ਉੱਠਦੀ ਹੈ, ਕਹਿੰਦੇ ਉਹ ਅਲੱਗ ਹੋ ਜਾਂਦੀ ਹੈ ਲਹਿਰ, ਜਦੋਂ ਨੀਵੀਂ ਹੁੰਦੀ ਹੈ ਵਿੱਚ ਸਮਾ ਜਾਂਦੀ ਹੈ। ਹੇ ਮਨੁੱਖ, ਜਦੋਂ ਤੂੰ ਆਪਣੇ ਆਪ ਨੂੰ ਉੱਚਾ ਮੰਨਦਾ ਰੱਬ ਤੋਂ ਦੂਰ ਹੋ ਜਾਂਦਾ, ਜਦੋਂ ਨਿਮਰਤਾ ਦੇ ਵਿੱਚ ਆ ਜਾਂਦਾ ਰੱਬ ਦੇ ਵਿੱਚ ਸਮਾ ਜਾਂਦਾ। ਇਹ ਹੈ ਨਾ, ਦੇਖੋ ਗਿਆਨਵਾਨ ਲੋਕਾਂ ਦਾ ਜੀਵਨ ਐਂ ਛੋਟੇ ਜਿਹੇ ਦ੍ਰਿਸ਼ਟਾਂਤ ਨਾਲ ਜੀਵਨ ਦਾ ਗਿਆਨ ਹੈ। ਬੇਅੰਤ ਮਹਾਤਮ ਨੇ, ਕਬੀਰ ਜੀ ਦੇ ਬੇਅੰਤ ਸ਼ਬਦ ਨੇ। ਦੇਖੋ ਮਨ ਦੇ ਨਹੀਂ ਕਲਾ ਕਹਿੰਦੇ, ਕਿਸੇ ਕੂਕਰ ਮਗਰ ਭੋਜਨ ਤੇ ਮੱਖਣ ਵਾਲੀਆਂ ਕੌਲੀਆਂ ਲੈ ਕੇ ਭਗਤੀ ਭੱਜ ਸਕਦੇ, ਆਪਾਂ ਤਾਂ ਡਾਂਗ ਲੈ ਕੇ ਹੀ ਭੱਜਾਂਗੇ। ਕਹਿੰਦੇ ਨਾ ਭਗਤ ਦਾ ਭੋਜਨ ਪਾਇਆ ਪਿਆ ਸੀ, ਅਖੇ ਕੂਕਰ ਲੈ ਕੇ ਭੱਜ ਗਿਆ, ਤੇ ਭਗਤ ਜੀ ਮਗਰ ਮੱਖਣੀ ਵਾਲੀ ਕੌਲੀ ਲੈ ਕੇ ਭੱਜੇ ਵੀ, ਕਹਿੰਦੇ ਮਹਾਰਾਜ ਰੁੱਖੀ ਨਾ ਖਾਇਓ, ਮੱਖਣੀ ਵੀ ਲੈ ਜਾਓ, ਤੇ ਮਿਲ ਪਿਆ ਰੱਬ। ਕਬੀਰ ਜੀ ਨੇ ਬੇਅੰਤਾ, ਕਬੀਰ ਕਹਿੰਦੇ ਸੰਤ ਕੀ ਗੈਲ ਨਾ ਛੋੜੀਏ ਮਾਰਗ ਲਾਗਾ ਜਾਓ, ਪੇਖਤ ਹੀ ਪਨੀਤ ਹੋਏ ਭੇਟ ਤੇ ਜਪੀਏ ਨਾ। ਉਹ ਪਿਆਰਿਓ, ਕਹਿੰਦੇ ਮਹਾਂਪੁਰਸ਼ਾਂ ਦਾ ਪਿੱਛਾ ਕਰੋ, ਕਿਵੇਂ? ਉਹਨਾਂ ਦੇ ਪਦ ਚਿੰਨ੍ਹਾਂ ਤੇ ਚੱਲੋ, ਕਹਿੰਦੇ ਪਿੱਛੇ ਲੱਗੇ ਚੱਲੇ, ਜਦੋਂ ਮਿਲ ਪਏ ਕਹਿੰਦੇ ਮਿਲਣਸਾਰ ਪਵਿੱਤਰਤਾ ਹੋਜੂਗੀ, ਨਾਲ ਵਾਹਿਗੁਰੂ ਦੇ ਨਾਮ ਦਾ ਮਹਾਤਮ ਪਤਾ ਲੱਗ ਜੂ। ਇਸ ਲਈ ਪਿਆਰਿਓ ਬੇਅੰਤ ਇਹ ਭਗਤਾਂ ਦਾ ਜੀਵਨ ਹੈ। ਮਾਰੇ ਕਹਿੰਦੇ ਸਾਰੇ ਦੁੱਖ ਕਾਹਦੇ ਨਾਲ ਖਤਮ ਹੋ ਗਏ? ਰਵਿਦਾਸ ਚਮਾਰ ਥੋੜੋ ਰਹਿ ਗਿਆ, ਰੱਬ ਦਾ ਰੂਪ ਹੋ ਗਿਆ। ਅੱਜ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਸਾਡਾ ਸਿਰ ਝੁਕਦਾ। ਇਹ ਪਿਆਰਿਓ ਬੜੇ ਬੰਦਗੀ ਵਾਲੇ ਲੋਕਾਂ ਦਾ ਜੀਵਨ ਹੈ। ਗੁਰਮੁਖ ਨਾਮ ਲੱਗੇ ਸੇ ਉਤਰੇ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਂਦੇ ਆ ਸੋ ਉਧਾਰ ਹੋ ਜਾਂਦਾ। ਸਭ ਕਿਲ ਵਿਖ ਪਾਪ ਤਰੇ, ਸਾਰੇ ਕਿਲ ਵਿਖ ਦਾ ਮਤਲਬ ਕੀ ਹੈ? ਕਾਲ ਕਾਲਖ ਵਿਖ ਮਨੇ ਜ਼ਹਿਰ, ਮਨ ਨਾ ਜਿਹੜਾ ਇਹ ਪਾਪਾਂ ਦੀ ਮੈਲ ਦੀ ਕਾਲਖ ਲੱਗੀ ਆ ਸਾਡੇ ਮਨ ਤੇ, ਕਿੰਨੀ ਵੱਧ ਗਈ ਜਿਹੜੀ ਕਾਲਖ ਆ ਨਾ, ਜਦੋਂ ਕੌੜੀ ਹੋ ਜਾਂਦੀ ਹੈ ਕਿਤੇ ਕਾਲਖ ਲੱਗੀ ਹੋਵੇ, ਲਾ ਕੇ ਐਂ ਟੱਚ ਕਰਕੇ ਉਂਗਲ ਜੀਭ ਨਾਲ ਲਾਇਓ, ਜ਼ਹਿਰ ਅਰਕੀ ਆ। ਮਾਰੇ ਕਹਿੰਦੇ ਸਾਡੇ ਅੰਦਰ ਵੀ ਕਹਿੰਦੇ ਪਾਪਾਂ ਦੀ ਮੈਲ ਇੰਨੀ ਲੱਗ ਗਈ, ਜ਼ਹਿਰ ਬਣੀ ਪਈ ਆ। ਈਰਖਾ ਤਾਂਹੀਓ ਆਉਂਦੀ ਹੈ, ਕ੍ਰੋਧ ਤਾਂਹੀਓ ਆਉਂਦਾ, ਹੰਕਾਰੀ ਤਾਦੀ ਹੋ ਜਾਈਦਾ, ਘਮੰਡੀ ਤਾਂਹੀਓ ਹੋਵਾਂ ਸੀ। ਦੂਜੇ ਦੇ ਦੋਸ਼ ਜਾਣਦੇ ਹਾਂ, ਆਪਣਾ ਇੱਕ ਨਹੀਂ ਪਤਾ। ਦਾ ਬੜੇ ਬੜੇ ਲੋਕਾਂ ਨੂੰ ਅਸੀਂ ਡਾਂਟ ਸਕਦੇ ਹਾਂ, ਕਹਿ ਸਕਦੇ ਹਾਂ, ਪਰ ਆਪਣੇ ਜੀਵਨ ਦੇ ਵਿੱਚ ਕਦੇ ਨਹੀਂ ਝਾਤੀ ਮਾਰੀ। ਸਾਨੂੰ ਭਗਤ ਜਾਣ ਬੰਦਗੀ ਵਾਲੇ ਕੀ ਸਮਝਾਉਂਦੇ ਆ? ਉਹ ਕਹਿੰਦੇ ਪਿਆਰਿਓ ਜੀਵਨ ਵਿੱਚ ਇੱਕ ਪਰਪੱਕਤਾ ਰੱਖੋ, ਜੇ ਕਹਿੰਦੇ ਦੂਜੇ ਦੇ ਵਿੱਚ ਦੇਖਣਾ ਤਾਂ ਗੁਣ ਦੇਖੋ,
जे एक एक गुण भी प्राप्त करोगे हजारां गुण मिल जाएंगे। जे दोष देखना तो अपने विच देखो, दोषां तो मुक्ति मिल जाऊगी। पर साड़ी सोच एहो जी बन गई, असी आप दे गुणों का वर्णन करते हैं, दूजे दे दोषां का वर्णन करते हैं। प्यारे हो मारे कहते ना बी ये आ कर्म करांगे ना साडा मन मैला हो जूगा, अंदर जहर पैदा हो जूगी। तो जहर की करूगी, जहर तो खत्म कर दंदी है। ये जीवन बेअर्थ चलिया जाऊगा, क्यों? मन बसीरा नेत्रां तो इहदियां मैल जम्मी हुई है। एक शब्द कह के आपां संखेप समय विच समाप्ति भी करनी है। आओ सारी गुरसंगत प्रेम प्यार नाल बोलियो बई जिहड़ा मन आ ना ये बंदे नूं किवें खत्म कर दिंदा है। प्रेम नाल रचना पवित्र करियो। बिरथ जन्म गवाया, बिरथ जन्म गवाया, मन अंदलोने, जन्म गवायाई मन अंदलोने, बिरथ जन्म गवायाई मन अंदलोने, कीती ना कोई ने को कमाई, कीती ना कोई ने को कमाई, बदियां दे विच उमर गवाई, बदियां दे विच उमर गवाई, उमर गवाई, बदियां दे विच उमर गवाई, की दरबार बनाया मन अंदले ने, की दरबार बनाया मन अंदले ने, दरबार बनाया ई मन अंदले ने, की दरबार बनाया ई मन अंदले ने, बिरथ जन्म गवाया मन अंदले ने, बिरथ जन्म गवाया मन अंदले ने, जन्म गवाया ई मन अंदले ने, बिरथ जन्म गवाया प्यारियो। हुण दृष्टांत तां मैं देना सीगा नामदेव दा भी, जयदेव दा भी, और कबीर जी दा भी, त्रिलोचन दा भी, रविदास महाराज दा भी, पर की करां मगरों इशारे ते इशारे आ रहे हैं भी 11 बज गए हजे मूल मंत्र देना वा। ਸੋਖੂ ਪਿਆਰਿਓ ਆਪ ਨਾਮ ਰਸੀਏ ਗੁਰਸੰਗਤਾਂ, ਨਾਮ ਦਾ ਰਸ ਪ੍ਰਾਪਤ ਕਰਨ ਵਾਲੇ। ਸੋ ਮੈਂ ਹੁਣ ਸੰਖੇਪ ਵਿੱਚ ਵਿਚਾਰ ਕਰਕੇ ਆਪਾਂ ਸੰਪੂਰਨਤਾ ਵਾਲੇ ਪਾਸੇ ਜਾਈਏ। ਜਿਹੜੇ ਲੋਕ, ਵੈਸੇ ਤਾਂ ਦੋ ਪਦ ਹੋਏ ਆ ਅਤੇ ਦੋ ਰਹਿ ਗਏ, ਇਹਦਾ ਮਤਲਬ ਦੋ ਘੰਟੇ ਤਾਂ ਚਾਹੀਦੇ ਆ ਨਾ ਹੋਰ, ਕਿਉਂਕਿ ਦ੍ਰਿਸ਼ਟਾਂਤ ਹੀ ਇੰਨੇ ਮਹਾਰਾਜ ਚੌਥੇ ਪਾਤਸ਼ਾਹ ਨੇ ਬਖਸ਼ਿਸ਼ ਕਰੇ ਹੈ। ਜੀਵਨ ਦਾ ਪੂਰਨ ਗਿਆਨ ਬਖਸ਼ਿਸ਼ ਹੈ, ਬੇਅੰਤ ਭੰਡਾਰੇ ਹੈ। ਪਰ ਇੱਥੇ ਗੁਰੂ ਜੀ ਕਹਿੰਦੇ ਪਿਆਰਿਓ, ਹੁਣ ਜੇ ਆਪਾਂ ਵਿਚਾਰ ਕਰੀਏ, ਕਹਿੰਦੇ ਕਿਲ ਵਿਖ ਪਾਪ ਟਰੇ ਟਰੇ ਦਾ ਭਾਵ ਖਤਮ ਹੋ ਗਏ। ਕਾਹਦੇ ਨਾਲ? ਜਿਹੜਾ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਗਿਆ, ਪ੍ਰਭੂ ਦੀ ਬੰਦਗੀ ਨਾਲ ਜੁੜ ਗਿਆ। ਜਿਹੜਾ ਮਨ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਨਾ, ਉਹ ਸਾਰੇ ਦੁੱਖ ਖਤਮ ਹੋ ਜਾਂਦੇ ਆ, ਸਾਰੇ ਦੋਸ਼ਾਂ ਤੋਂ ਮੁਕਤੀ ਮਿਲ ਜਾਂਦੀ ਹੈ। ਪਾਤਸ਼ਾਹ ਗੁਰੂ ਮਹਾਰਾਜ ਗੁਰੂ ਬਾਣੀ ਵਿੱਚ ਆਪਣੇ ਤੇ ਉਹ ਕਿਰਪਾ ਕਰਦੇ ਨੇ, ਜੋ ਜੋ ਨਾਮ ਜਪੈ ਅਪਰਾਧੀ, ਸਭ ਤਿੰਨ ਕੇ ਦੁੱਖ ਪਰ ਹਰੇ, ਬੇਸੁਆ ਰਵਤ ਅਜਾਮਲ ਉਧਰੋਂ, ਮੁਖ ਬੋਲੇ ਨਾਰਾਇਣ ਨਰ ਹਰੇ, ਨਾਮ ਜਪਤ ਉਗਰ ਸੈਣ ਗਤ ਪਾਈ, ਤੋੜ ਬੰਧਨ ਮੁਕਤ ਕਰੇ। ਗੁਰੂ ਜੀ ਕਹਿੰਦੇ ਪਿਆਰਿਓ, ਜੋ ਜੋ ਨਾਮ ਜਪੈ ਅਪਰਾਧੀ, ਜੇ ਦੋਸ਼ੀ ਬੰਦਾ ਬਲੇ ਨਾ, ਜਿਹਨੇ ਗੁਨਾਹ ਕਰੇ ਆ, ਅੰਦਰ ਦੋਸ਼ ਨੇ, ਤੇ ਗੁਰੂ ਜੀ ਦੀ ਬਖਸ਼ਿਸ਼ ਹੋ ਜਾਵੇ ਨਾਮ ਜਪ ਲੇ। ਤੇ ਗੁਰੂ ਜੀ ਕੀ ਕਹਿੰਦੇ, ਸਭ ਤਿੰਨ
ਕੇ ਦੁੱਖ ਪਰ ਹਰੇ। ਸਾਰੇ ਕਹਿੰਦੇ ਦੁੱਖ ਉਹਨਾਂ ਤੋਂ ਪਰੇ ਹਟ ਜਾਣਗੇ, ਖਤਮ ਹੋ ਜਾਣਗੇ, ਚਲੇ ਜਾਣਗੇ ਵਾਹਿਗੁਰੂ ਦੇ ਨਾਮ ਦਾ ਮਹਾਤਮ। ਫਿਰ ਉਹਨਾਂ ਲੋਕਾਂ ਦਾ ਜ਼ਿਕਰ ਕਰਿਆ ਜਿਹਨੂੰ ਸੰਸਾਰਕ ਮੰਨਦੀ ਹੈ ਨਾ ਵੀ ਆਹ ਲੋਕ ਬੜੇ ਦੋਸ਼ੀ ਨੇ, ਬੜੇ ਅਪਰਾਧੀ ਹੈ, ਬੜੇ ਗੁਨਾਹ ਕਰੇ ਆ ਇਹਨਾਂ ਨੇ, ਇਹ ਕਿਤੇ ਬਖਸ਼ੇ ਜਾਣਗੇ। ਪਰ ਮਹਾਰਾਜ ਨੇ ਇੱਥੇ ਦੱਸਿਆ ਕਹਿੰਦੇ ਜਾਣਗੇ ਨਹੀਂ, ਬਖਸ਼ੇ ਗਏ, ਬਖਸ਼ਿਆ ਰੱਬ ਨੇ। ਕਿਹਨੂੰ ਮਹਾਰਾਜ ਦੱਸਦੇ ਨੇ, ਬੇਸਵਾ ਰਾਵਤ ਅਜਾਮਲ ਉਦਰਿਓ। ਅਜਾਮਲ ਪੰਡਿਤ ਸੀ, ਸਾਰੇ ਧਰਮ ਕਰਮ ਛੱਡਤੇ, ਮਦ ਪਾਨ ਕਰਨ ਲੱਗ ਗਿਆ, ਮਾਸ ਮਦਰਾ ਦੀ ਖੁਰਾਕ ਹੋ ਗਈ, ਇੱਥੋਂ ਤੱਕ ਗਿਰ ਗਿਆ। ਪਿਆਰਿਓ, ਜਿਹੜੀਆਂ ਬੱਚੀਆਂ ਬੀਬੀਆਂ ਵਿਚਾਰੀਆਂ ਮਾਤਾ ਪਿਤਾ ਤੋਂ ਬਹਿਤ ਹੋ ਜਾਂਦੀਆਂ, ਜਿਹਦਾ ਕੋਈ ਮਾਪਾ ਕੋਈ ਬਾਲੀ ਵਾਰਸ ਨਹੀਂ ਹੁੰਦਾ, ਉਹ ਬੱਚੇ ਇਹੋ ਜਿਹੇ ਪਾਪ ਵਾਲੀ ਜਗ੍ਹਾ ਚਲੇ ਜਾਂਦੇ ਆ ਜਿੱਥੇ ਦੁਸ਼ਟ ਲੋਕ ਜਾ ਕੇ ਉਹਨਾਂ ਦੇ ਨਾਲ ਖਿਲਵਾੜ ਖਿਮਾ ਕਰਨਾ, ਇਹ ਦਰਸਾਇਆ ਵਾ। ਪਰ ਕਹਿੰਦੇ ਇਸੇ ਭਾਵਨਾ ਦਾ ਬਸੀ ਭੂਤ ਅਜਾਮਲ ਹੋ ਗਿਆ, ਮਾਸ ਮਦਰਾ ਵੀ ਪਰ ਇਸਤਰੀ ਗਮਨ ਵੀ, ਬੇਸਵਾ ਦੇ ਨਾਲ ਸੰਬੰਧ ਬਣ ਗਏ। ਮਹਾਰਾਜ ਕਹਿੰਦੇ ਦੇਖੋ ਕੋਈ ਐਸਾ ਕੰਮ ਨਹੀਂ ਜਿਹੜਾ ਕਹਿੰਦੇ ਅਜਾਮਲ ਨੇ ਨਾ ਕਰਿਆ ਹੋਇਆ, ਪਰ ਉਹਦਾ ਆਧਾਰ ਹੋਇਆ ਕਦੋਂ? ਕਹਿੰਦੇ ਜਦੋਂ ਨਾਰਾਇਣ ਬੋਲਿਆ ਮੁੱਖ ਦੇ ਵਿੱਚੋਂ। ਇੱਕ ਵਾਰੀ ਪੰਜ ਰਿਸ਼ੀ ਉਹਦੇ ਘਰ ਗਏ, ਰਾਤ ਭਰ ਉਹਦੇ ਨਾਲ ਗੱਲਾਂ ਕਰੀਆਂ, ਪਰ ਇੱਕ ਗੱਲ ਕਰਕੇ ਹੀ ਉਹ ਤਰ ਗਿਆ। ਜਦੋਂ ਮਹਾਤਮਾ ਗਏ ਉਹ ਕਹਿੰਦੇ ਵੀ ਭਗਤਾ ਤੇਰੇ ਘਰੇ ਰਹਿਣਾ, ਉਹ ਕਹਿੰਦਾ ਜੀ ਘਰੇ ਜੀ ਸਦਕੇ ਰਹੋ, ਪਰ ਮੈਂ ਭਗਤ ਭੁਗਤ ਨਹੀਂ ਹੈਗਾ, ਮੈਂ ਤਾਂ ਪਾਪੀ ਬੰਦਾ, ਉਹ ਦੁਨੀਆ ਦਾ ਪਾਪ ਕਿਹੜਾ ਜਿਹੜਾ ਮੈਂ ਨਹੀਂ ਕਰਿਆ। ਸੰਤ ਦਿਆ ਦੇ ਘਰ ਚ ਆ ਗਏ, ਕਹਿੰਦੇ ਬੰਦਾ ਹੈ ਤਾਂ ਮਾੜਾ ਪਰ ਉਹ ਕਹਿੰਦੇ ਵੀ ਚੰਗਾ ਵੀ ਹੈ, ਆਪਦੇ ਪਾਪ ਜਿਹੜਾ ਮੰਨ ਜਾਵੇ ਚੰਗੀ ਗੱਲ ਆ, ਇਹਨੂੰ ਹੀ ਹੁਣ ਆਪਾਂ ਮਦਦ ਕਰੀਏ, ਇਹਨੂੰ ਪਤਾ ਵੀ ਮੈਂ ਦੋਸ਼ੀ ਹਾਂ ਮੈਂ ਪਾਪ ਕਰੇ ਆ। ਉਹ ਕਹਿੰਦੇ ਲੈ ਵੀ ਸਿੱਖਾਂ ਭੋਜਨ ਪਾਣੀ ਤਾਂ ਨਹੀਂ ਹੁਣ ਤੇਰਾ ਛਕਣਾ, ਪਰ ਤੇਰੇ ਘਰੇ ਰਵਾਂਗੇ ਤੇ ਜਾਗਦਾ ਰਹਿਣਾ ਪਊ। ਕਹਿੰਦਾ ਸੱਤ ਬਚਨ। ਸਾਰੀ ਰਾਤ ਮਹਾਤਮਾ ਨੇ ਗੱਲਾਂ ਕਰੀਆਂ, ਐਸਾ ਜੀਵਨ ਬਦਲਿਆ। ਸੁਭਾਅ ਨੂੰ ਕਹਿੰਦੇ ਲੈ ਵੀ ਸੱਜਣਾ ਹੁਣ ਅਸੀਂ ਤਾਂ ਜਾਣਾ ਹੈ, ਤੈਨੂੰ ਇੱਕ ਆਪਣੀ ਨਿਸ਼ਾਨੀ ਦੇ ਕੇ ਜਾਣੀ ਹੈ। ਉਹ ਕਹਿੰਦਾ ਜੀ ਨਾ ਮੇਰਾ ਜਲ ਛਕਿਆ ਨਾ ਭੋਜਨ ਛਕਿਆ, ਅਤੇ ਸਾਰੀ ਰਾਤ ਸਮਾਂ ਦੀ ਪਰੇਸ਼ਾਨ ਹੋਏ, ਹੁਣ ਜਾਂਦੇ ਹੋਏ ਮੈਨੂੰ ਕਹਿੰਦੇ ਨਿਸ਼ਾਨੀ ਦੇਣੀ ਹੈ, ਚਲੋ ਮੇਰੇ ਭਾਗ ਖੁੱਲ੍ਹ ਜਾਣਗੇ, ਉਹਦੇ ਕਰਕੇ ਤੁਹਾਨੂੰ ਯਾਦ ਕਰ ਲਿਆ ਕਰਾਂਗੇ, ਕਰੋ ਕਿਰਪਾ ਕੀ ਦੇਣਾ। ਉਹ ਕਹਿੰਦੇ ਵੀ ਦੇਣਾ ਤੈਨੂੰ ਪੁੱਤਰ ਹੈ। ਉਹ ਕਹਿੰਦਾ ਜੀ ਪੁੱਤਰ ਵੈਸੇ ਤਾਂ ਮੇਰੇ ਤਿੰਨ ਹੈਗੇ ਆ, ਪਰ ਤੁਸੀਂ ਬੰਦਗੀ ਵਾਲੇ ਲੋਕ ਆ, ਚੰਗੀ ਗੱਲ ਆ ਮੈਨੂੰ ਦੇ ਦਿਓ। ਕਿਉਂ? ਕਹਿੰਦਾ ਮੈਂ ਇੰਨਾ ਮਾੜਾ, ਮੇਰੀ ਤਾਂ ਆਖਰੀ ਰਸਮਤਾਂ ਦਾ ਹੋਣੀ ਨਹੀਂ, ਤਿੰਨਾਂ ਤੋਂ ਅਰਥੀ ਨਹੀਂ ਚੱਕੀ ਜਾਣੀ, ਚੰਗਾ ਚੌਥਾ ਦੇ ਦਿਓ, ਪੂਰਾ ਪ੍ਰਬੰਧ ਤਾਂ ਹੋ ਜਾਊਗਾ ਨਾ, ਕਿਰਪਾ ਕਰੋ। ਉਹ ਮਹਾਤਮਾ ਕਹਿੰਦੇ ਵੀ ਠੀਕ ਆ ਪੁੱਤਰ ਦੇਵਾਂਗੇ, ਪਰ ਇੱਕ ਗੱਲ ਹੈ, ਕਹਿੰਦੇ ਦੱਸੋ। ਉਹਦਾ ਨਾਮਕਰਨ ਅਸੀਂ ਕਰਾਂਗੇ। ਉਹ ਕਹਿੰਦਾ ਜੀ ਹੋਰ ਉਹ ਤੂੰ ਵੀ ਵਧੀਆ, ਮੈਨੂੰ ਤੁਹਾਡੇ ਵਾਲੇ ਦਾ ਨਾਂ ਰੱਖਣਾ ਵੀ ਨਹੀਂ ਆਉਣਾ ਗਾ, ਕਿਉਂਕਿ ਤੁਸੀਂ ਤਪੀ ਲੋਕ ਹੋ, ਬੰਦਗੀ ਵਾਲੇ ਆ, ਆਪਦੇ ਦਾ ਨਾਂ ਆਪੇ ਹੀ ਰੱਖੋ। ਉਹ ਕਹਿੰਦੇ ਵੀ ਫਿਰ ਉਹਦਾ ਨਾਂ ਨਾਰਾਇਣ ਹੈ। ਪਿਆਰਿਓ, ਅਜਾਮਲ ਦੇ ਘਰੇ ਪੁੱਤਰ ਹੋਇਆ, ਉਹਦਾ ਨਾਂ ਨਾਰਾਇਣ ਰੱਖਤਾ। ਇੰਨਾ ਪਿਆਰਾ ਬੱਚਾ ਸੀ ਅਜਾਮਲ, ਪਾਪੀ ਚਿੱਤੋਂ ਪੈਰ ਕੀ ਕਰਿਆ ਕਰੇ, ਨਾਰਾਇਣ ਨਾਰਾਇਣ ਨਾਰਾਇਣ। ਕਹਿੰਦੇ ਦੇਖੋ ਨਾਰਾਇਣ ਨਾਰਾਇਣ ਕਰਦਾ ਇੱਕ ਦਿਨ ਅੰਤ ਸਮਾਂ ਆਇਆ, ਤੇ ਲੈਣ ਆ ਗਏ ਕਹਿੰਦੇ ਉਹਨੂੰ ਦੂਤ ਜਮ। ਜਦੋਂ ਉਹਨੂੰ ਲੈਣ ਆਏ ਤੇ ਉਹਨੇ ਆਵਾਜ਼ ਮਾਰੀ ਨਾਰਾਇਣ, ਜਦੋਂ ਨਾਰਾਇਣ ਕਿਹਾ ਉਹ ਭੱਜ ਗਏ ਪਾਰ ਖਦਾ ਗਏ। ਪਿਆਰਿਓ, ਮਹਾਰਾਜ ਕਹਿੰਦੇ ਵੇਖੋ ਵਾਹਿਗੁਰੂ ਦੇ ਨਾਮ ਦਾ ਮਹਾਤਮ ਹੈ। ਬੇਸ਼ੱਕ ਪੁੱਤਰ ਦੇ ਕਾਰਨ ਬੰਦਗੀ ਕਰੀ, ਪਰ ਭਗਵਾਨ ਨੇ ਉਹਨੂੰ ਵੀ ਤਾਰਤਾ। ਬੇਸਵਾ ਰਬਤ ਅਜਾਮਲ ਉਧਰਿਓ, ਮੁਖ ਬੋਲੇ ਨਾਰਾਇਣ ਨਰ ਹਰੈ। ਸਾਰੇ ਦੋਸ਼ਾਂ ਪਾਪਾਂ ਨੂੰ ਖਤਮ ਕਰਨ ਵਾਲਾ ਪਰਮਾਤਮਾ ਮਾਂ, ਉਹਦੇ ਨਾਂ ਦੇ ਨਾਲ ਸਾਰੇ ਹੀ ਦੋਸ਼ ਖਤਮ ਹੋ ਗਏ। ਹੁਣ ਅੱਗੇ ਕੀ ਕਹਿੰਦੇ ਗੁਰੂ? ਨਾਮ ਜਪਤ ਉਗਰ ਸੈਨ ਗਤ ਪਾਈ, ਤੋੜ ਬੰਦਨ ਮੁਕਤ ਕਰੇ।
ਨਾਮ ਜਪਦਾ ਰਿਹਾ ਉਗਰਸੈਨ ਨਾਨਾ ਸੀ ਕ੍ਰਿਸ਼ਨ ਜੀ ਦਾ ਕੰਸ਼ ਮਾਮਾ ਸੀ ਮਾਮੇ ਨੇ ਆਪਦੇ ਪਿਤਾ ਨੂੰ ਬੰਦੀ ਬਣਾ ਲਿਆ ਆਪਣਾ ਭਣੋਈਆ ਵੀ ਬੰਦੀ ਆਪਣੀ ਭੈਣ ਵੀ ਬੰਦੀ ਆਪਣਾ ਪਿਤਾ ਵੀ ਬੰਦੀ ਉੱਥੇ ਕ੍ਰਿਸ਼ਨ ਦਾ ਜਨਮ ਹੁੰਦਾ ਉਸੇ ਜੇਲ੍ਹ 'ਚ ਹੀ ਉਗਰਸੈਨ ਪਰ ਕਹਿੰਦੇ ਉਗਰਸੈਨ ਨੇ ਰਾਜ ਭਾਗ ਦਾ ਮੋਹ ਤਿਆਗਤਾ ਵਾਹਿਗੁਰੂ ਦੀ ਬੰਦਗੀ ਕਰਨ ਲੱਗ ਗਿਆ ਇੱਥੇ ਕਹਿੰਦੇ ਨਾਮ ਜਪਤ ਉਗਰਸੈਨ ਗੱਤ ਪਾਈ ਪਰਮਾਤਮਾ ਦੇ ਭੇਦ ਨੂੰ ਉਗਰਸੈਨ ਪਾ ਗਿਆ ਕਿਉਂ ਕਿਉਂਕਿ ਅਵਤਾਰੀ ਪੁਰਸ਼ ਉਹਦੀ ਕੰਨਿਆ ਦੇ ਘਰੇ ਪੁੱਤਰ ਬਣ ਕੇ ਆਇਆ ਇਸ ਲਈ ਭਾਗਾਂ ਵਾਲਾ ਪੁਰਸ਼ ਸੀ ਤੇ ਵਾਹਿਗੁਰੂ ਦੀ ਬੰਦਗੀ ਦੇ ਨਾਲ ਕਹਿੰਦੇ ਉਹ ਵਾਹਿਗੁਰੂ ਦੇ ਭੇਦ ਨੂੰ ਪਾ ਗਿਆ ਤੋੜ ਬੰਧਨ ਮੁਕਤ ਕਰੇ ਸਾਰੇ ਜਿੰਦੇ ਜੇਲ੍ਹ ਦੇ ਤੌਰ ਤੇ ਮੁਕਤੀ ਦੇ ਕੇ ਰਾਜ ਭਾਗ ਦੇਤਾ ਇਹ ਵਾਹਿਗੁਰੂ ਦੇ ਨਾਮ ਦਾ ਮਹਾਤਮ ਹੈ ਹੁਣ ਦ੍ਰਿਸ਼ਟਾਂਤ ਦਾ ਸੰਖੇਪ ਦਿੱਤਾ ਪਰ ਗਿਆਨੀ ਲੋਕ ਗੁਰੂ ਸੰਗਤ ਪਿਆਰੇ ਰੱਬ ਦੇ ਹੋ ਸਭ ਨੂੰ ਇਹ ਸਮਝ ਹੈ ਸਾਰੇ ਲੋਕ ਜਾਣਦੇ ਹੈ ਪਰ ਆਪਾਂ ਤਾਂ ਸਮਾਂ ਸਤਸੰਗ ਦਾ ਮਿਲਿਆ ਆਨੰਦ ਮਾਨਣ ਲਈ ਸੋ ਪਿਆਰਿਓ ਆਓ ਬੰਦਗੀ ਵਾਲਿਆਂ ਦੇ ਬੰਧਨ ਰੱਬ ਐਂ ਤੋੜ ਦਿੰਦਾ ਗੁਰੂ ਚੌਥੇ ਪਾਤਸ਼ਾਹ ਆਪਣੇ ਤੇ ਓ ਮਿਹਰ ਕਰ ਰਹੇ ਆ ਜਨ ਕੋ ਆਪਾ ਨਗਰੋ ਕੀਆ ਹਰ ਅੰਗੀਕਾਰ ਕਰੇ ਸੇਵਕ ਪੈਜ ਰੱਖੈ ਮੇਰਾ ਗੋਬਿੰਦ ਸ਼ਰਨ ਪਰੇ ਉਦਰੇ ਜਨ ਨਾਨਕ ਹਰ ਕਿਰਪਾ ਧਾਰੀ ਔਰ ਧਰਿਓ ਨਾਮ ਹਰੇ ਗੁਰੂ ਜੀ ਕਹਿੰਦੇ ਜਨ ਕੋ ਆਪ ਅਨੁਗ੍ਰਹਿ ਕੀਆ ਹਰ ਅੰਗੀਕਾਰ ਕਰੇ ਜਿਹੜੇ ਗੁਰਮੁਖਾਂ ਨੇ ਰੱਬ ਦੇ ਪਿਆਰਿਆਂ ਨੇ ਵਾਹਿਗੁਰੂ ਦਾ ਨਾਮ ਜਪਿਆ ਨਾ ਉਹਨਾਂ ਤੇ ਪ੍ਰਭੂ ਜੀ ਨੇ ਬੇਅੰਤ ਕਿਰਪਾ ਵੀ ਕਰੀ ਆ ਪਰਮਾਤਮਾ ਨੇ ਅੰਗੀਕਾਰ ਦਾ ਮਤਲਬ ਆ ਉਹਨਾਂ ਨੂੰ ਆਪਣੇ ਵੀ ਬਣਾ ਲਿਆ ਵਾਹਿਗੁਰੂ ਪਰਮਾਤਮਾ ਨੇ ਆਪਣੇ ਬਣਾ ਲਏ ਉਹਨਾਂ ਤੇ ਐਸੀ ਕਿਰਪਾ ਕਰੀ ਜਿਹਨਾਂ ਗੁਰਮੁਖਾਂ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਨਾਮ ਦਾ ਬੜਾ ਮਹਾਤਮ ਹੈ ਪਿਆਰੇ ਉਹ ਬੰਦਗੀ ਕਰਨ ਵਾਲਿਆਂ ਤੇ ਪ੍ਰਭੂ ਦੀ ਕਿਰਪਾ ਹਮੇਸ਼ਾ ਵਾ ਪਰਮਾਤਮਾ ਉਹਨਾਂ ਨੂੰ ਆਪਣੇ ਬਣਾ ਲੈਂਦਾ ਜਿਵੇਂ ਗੁਰੂ ਪਿਆਰਿਓ ਆਪਾਂ ਇੱਕ ਸ਼ਬਦ ਲਾਉਂਦੇ ਹੁੰਦੇ ਹਾਂ ਨਾ ਬਈ ਸੱਚੇ ਪਾਤਸ਼ਾਹ ਐਸੀ ਕਿਰਪਾ ਕਰੀ ਅਸੀਂ ਤੈਨੂੰ ਨਾ ਭੁੱਲੀਏ ਅਤੇ ਤੂੰ ਸਾਨੂੰ ਨਾ ਭੁਲਾਈ ਇਹ ਸ਼ਬਦ ਹੈ ਸੋ ਪਿਆਰਿਓ ਇਹੀ ਹੈ ਜਦੋਂ ਗੁਰੂ ਆਪਣੇ ਬਣਾ ਲੈਂਦਾ ਜਿਵੇਂ ਬੱਚਾ ਮਾਂ ਬਾਪ ਨੂੰ ਯਾਦ ਕਰਦਾ ਉਵੇਂ ਹੀ ਮਾਂ ਬਾਪ ਬੱਚੇ ਨੂੰ ਯਾਦ ਕਰਦੇ ਆ ਜਿਵੇਂ ਭਗਤ ਰੱਬ ਨੂੰ ਯਾਦ ਕਰਦੇ ਆ ਉਵੇਂ ਪ੍ਰਭੂ ਆਪਣੇ ਭਗਤਾਂ ਨੂੰ ਯਾਦ ਕਰਦਾ ਪਿਆਰੇ ਉਹ ਆਪਣਾਪਣ ਹੋ ਗਿਆ ਮਹਾਰਾਜ ਕਹਿੰਦੇ ਹੇ ਗੁਰਮੁਖੋ ਨਾਮ ਦਾ ਐਡਾ ਵੱਡਾ ਮਹਾਤਮ ਸੇਵਕ ਪੈਜ ਰੱਖੇ ਮੇਰਾ ਗੋਬਿੰਦ ਸ਼ਰਨ ਪਰੇ ਉਦਰੇ ਆਪਣੇ ਸੇਵਕਾਂ ਦੀ ਪਤ ਪ੍ਰਭੂ ਜੀ ਪਰਮੇਸ਼ਰ ਜੀ ਗੁਰੂ ਜੀ ਹਮੇਸ਼ਾ ਰੱਖਦੇ ਆ ਆਪਣੇ ਪਿਆਰਿਆਂ ਦੀ ਪਤ ਗੁਰੂ ਜੀ ਹਮੇਸ਼ਾ ਰੱਖਦੇ ਨੇ ਇੱਥੇ ਕਹਿੰਦੇ ਸ਼ਰਨ ਪਰੇ ਉਦਰੇ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਉਹਨਾਂ ਦਾ ਉਧਾਰ ਹੋ ਗਿਆ ਜਿਹੜੇ ਆ ਗਏ ਸ਼ਰਨ 'ਚ ਉਧਾਰ ਹੋ ਗਿਆ ਜਿਵੇਂ ਇੱਕ ਸ਼ੇਰ ਆਪਾਂ ਸਵਾਮੀ ਜੀ ਮਹਾਰਾਜ ਦਾ ਬੋਲਦੇ ਹੁੰਦੇ ਹਾਂ ਨਾ ਵੀ ਗੁਰੂ ਨਾਨਕ ਸਰਬ ਕਲਾ ਸਮਰੱਥ ਸ਼ਕਤੀ ਦੁੱਖ ਭਾਰਤ ਭੂਮੀ ਕਾ ਹਰਨ ਆਏ ਕਾਲੂ ਰਿਸ਼ੀ ਨੇ ਕਰੀ ਉਪਾਸ਼ਨਾ ਸੀ ਪੂਰੇ ਕੌਲ ਕਰਾਰ ਸੀ ਕਰਨ ਆਏ ਬਣ ਗਏ ਸਹਾਰੇ ਦੁਖੀਆਂ ਦੇ ਸ਼ਰਨ ਜਿਨ੍ਹਾਂ ਦੀ ਚਾਰ ਹੀ ਵਰਨ ਆਏ ਆ ਹੋਣਗੇ ਸਭ ਮੁਕਤ ਦਰਬਾਰ ਸਿੰਘਾਂ ਜਿਹੜੇ ਨਾਨਕ ਗੁਰੂ ਦੀ ਸ਼ਰਨ ਜਿਹੜੇ ਗੁਰੂ ਦੀ ਸ਼ਰਨ 'ਚ ਆ ਜਾਂਦਾ ਹੈ ਨਾ ਪਿਆਰਿਓ ਉਹਨਾਂ ਦਾ ਉਧਾਰ ਹੋ ਜਾਂਦਾ ਭਾਵ ਤਰ ਜਾਂਦੇ ਆ ਗੁਰੂ ਜੀ ਕਿਰਪਾ ਕਰਦੇ ਨੇ ਜਨ ਨਾਨਕ ਹਰ ਕਿਰਪਾ ਧਾਰੀ ਜਿਨ੍ਹਾਂ ਤੇ ਪ੍ਰਭੂ ਜੀ ਆਪ ਆਪਣੇ ਪਿਆਰਿਆਂ ਤੇ ਕਿਰਪਾ ਕਰਦੇ ਆ ਜਿਨ੍ਹਾਂ ਤੇ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕਰੀ ਹੈ ਪਿਆਰਿਓ ਕੀ ਮਿਲਿਆ ਉਹਨਾਂ ਨੂੰ ਕਹਿੰਦੇ ਔਰ ਧਰਿਓ ਨਾਮ ਹਰੇ ਕਹਿੰਦੇ ਗੁਰੂ ਜੀ ਉਹਨਾਂ ਦੇ ਨਾਮ ਅੰਦਰ ਟਿਕਾ
ਪ੍ਰਸਾਦ ਆਉਂਦਾ ਵਾਹਿਗੁਰੂ ਦਾ, ਪਰਮਾਤਮਾ ਦਾ ਨਾਮ ਉਹਨਾਂ ਦੇ ਅੰਦਰ ਟਿਕ ਜਾਂਦਾ। ਹੁਣ ਨਾਮ ਜਿਨ੍ਹਾਂ ਦੇ ਅੰਦਰ ਹੈ ਪਿਆਰਿਓ, ਫਿਰ ਉਹਨਾਂ ਨੂੰ ਬੋਲਣ ਦੀ ਤਾਂ ਲੋੜ ਨਹੀਂ ਪੈਂਦੀ, ਅੰਦਰੋਂ ਹੀ ਫੁਆਰੇ ਫੁੱਟਦੇ ਆ, ਅੰਦਰੋਂ ਹੀ ਪ੍ਰਗਟ ਹੁੰਦਾ ਵਾਹਿਗੁਰੂ ਦਾ ਨਾਮ। ਹੈ ਤਾਂ ਆਪਣੇ ਅੰਦਰ ਹੀ ਆ, ਪਰ ਆਪਾਂ ਨੂੰ ਭੇਦ ਨਹੀਂ ਆਉਂਦਾ ਗੁਰੂ ਤੋਂ ਬਿਨਾਂ, ਇਹ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਸਮਝ ਨਹੀਂ ਆਉਂਦੀ। ਇਹ ਨਾਮ ਦਾ ਫੁਆਰਾ ਅੰਦਰੋਂ ਫੁੱਟਦਾ ਵਾ, ਨਾਮ ਦਾ ਖਜ਼ਾਨਾ ਸਾਡੇ ਅੰਦਰ ਹੈ, ਪਰ ਉਹਦੀ ਪ੍ਰਾਪਤੀ ਲਈ ਗੁਰੂ ਕਿਰਪਾ ਕਰਦਾ। ਸੋ ਗੁਰੂ ਦੀ ਕਿਰਪਾ ਜਿਨ੍ਹਾਂ ਤੇ, ਉਹ ਨਾਮ ਜਪਦੇ ਆ। ਸੋ ਪਿਆਰਿਓ, ਇੱਥੇ ਗੁਰੂ ਜੀ ਕਹਿੰਦੇ ਸਾਰੇ ਦੁੱਖਾਂ ਕਲੇਸਾਂ ਕਸ਼ਟਾਂ ਨੂੰ ਹਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਨਾਮ ਜ਼ਰੂਰ ਜਪਣਾ ਚਾਹੀਦਾ, ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਗੁਰੂ ਨੇ ਪ੍ਰਵਾਨ ਕਰ ਲਿਆ, ਆਪਣੇ ਬਣਾ ਲਿਆ, ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ ਨੇ। ਸਾਰੇ ਦਾ ਸਾਰਾ ਜੀਵਨ ਪੂਰਨ ਸਫਲ ਹੋ ਗਿਆ, ਉਹਨਾਂ ਦੇ ਵਾਹਿਗੁਰੂ ਦੀ ਕਿਰਪਾ ਹੋ ਗਈ। ਇਸ ਤਰ੍ਹਾਂ ਗੁਰੂ ਦੀ ਸ਼ਰਨ ਦਾ ਮਹਾਤਮ ਹੈ, ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ਾਂ ਨੇ। ਸੋ ਗੁਰੂ ਪਿਆਰਿਓ, ਆਪਾਂ ਵੱਡੇ ਭਾਗਾਂ ਵਾਲੇ ਹਾਂ ਜਿਹੜੇ ਗੁਰੂ ਦੀ ਸ਼ਰਨ ਵਿੱਚ ਹੈ ਅਤੇ ਗੁਰੂ ਸਾਡੇ 'ਤੇ ਮਿਹਰਾਂ ਕਰ ਰਿਹਾ। ਇਸੇ ਤਰ੍ਹਾਂ ਹੀ ਕਿਰਪਾ ਹੁੰਦੀਆਂ ਰਹਿਣ। ਆਪਾਂ ਕਮ ਸੇ ਕਮ ਇੱਕ ਘੰਟਾ ਸੁਬਾਹ ਇੱਕ ਸ਼ਾਮ ਨਾਮ ਜਪੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।